ਮੈਨੂੰ ਪਤਾ ਕਿਉਂ ਡਰ ਲੱਗ ਰਿਹਾ ਇਹ ਬੰਦੇ ਨਾਲ ਲੈ ਗਿਆ ਇਹ ਚਲ ਗਿਆ ਸੱਸ ਕੁੱਟਣੀ ਯੰਤਰ ਇਹ ਬੰਦਿਆਂ ਨੂੰ ਵੀ ਕੁੱਟ ਦਿੰਦਾ ਜੀ ਇਹ ਸਸਮਟਾ ਕੇ ਬੰਦਾ ਲਿਖ ਦਾਂਗੇ ਫਿਰ ਬੰਦੇ ਨੂੰ ਬੰਦੋ ਲੱਗੇ ਯੰਤਰ ਮਲਟੀਪਰਪਸ ਹੈ ਕਿਸੇ ਨੂੰ ਵੀ ਕੁੱਟਣ ਦੇ ਕੰਮ ਆ ਸਕਦਾ ਅੰਮ੍ਰਿਤਸਰ ਦੀ ਕੋਈ ਵਧੀਆ ਗੱਲ ਦੱਸਿਓ ਮੈਮ ਅੰਮ੍ਰਿਤਸਰ ਹਾਏ ਹਾਏ ਕੀ ਬਾਤ ਹੈ ਅੰਮ੍ਰਿਤਸਰ ਦਾ ਸਾਰਾ ਕੁਝ ਬੜਾ ਵਧੀਆ ਹੈ ਜਿਸ ਜਗ੍ਹਾ ਦੇ ਉੱਤੇ ਗੋਲਡਨ ਟੈਂਪਲ ਹੈ ਦਰਬਾਰ ਸਾਹਿਬ ਹੈ ਨਾ RAM TEV ਸੁਰਗ ਦੀ ਜਗ੍ਹਾ ਹੈ ਜਿੱਥੇ ਇੰਨੇ ਸੋਹਣੇ ਮੰਦਿਰ ਗੁਰਦੁਆਰੇ ਇੰਨਾ ਵਧੀਆ ਫੂਡ ਇੰਨੇ ਵਧੀਆ ਲੋਕ ਇੰਨੀ ਪੋਜ਼ਿਟਿਵਿਟੀ ਹੈ ਔਰ ਸਭ ਤੋਂ ਵੱਧ ਕੇ ਅਲੂ ਵਾਲੇ ਕੁੰਝੀ। ਤੁਸੀਂ ਆਪ ਆਪਣੀ ਰੀਅਲ ਲਾਈਫ ਚ ਕਰਦੇ ਐਕਟਿੰਗ ਕਰਦੇ ਹੋ ਜਿੱਦਾਂ ਕਿਸੇ ਨੂੰ ਮਨਾਉਣਾ। ਹਰਦੀਪ ਜੀ ਗੱਲ ਸੁਣੋ। ਕਰਨੀ ਕਿੰਦੀ ਆ? ਕਰ ਦਿੰਦੇ ਹੋ ਨਾ ਪੈਂਪਰ ਜਦੋਂ ਕਿਸੇ ਨੂੰ ਵੀ ਪੈਂਪਰ ਕਰਦੇ। ਮੇਰੇ ਤੋਂ ਹੁੰਦੀ ਹੀ ਨਹੀਂ। ਮੇਰੇ ਹਾਸੇ ਨਿਕਲ ਜਾਂਦੀ ਹੈ। ਮੇਰੇ ਫਰੈਂਡ ਸਰਕਲ ਨੂੰ ਸਭ ਨੂੰ ਪਤਾ ਲੱਗ ਜਾਂਦਾ ਇਹ ਝੂਠ ਬੋਲ ਰਹੀ ਹਾਂ ਮਜ਼ਾਕ ਕਰ ਰਹੀ ਐ। ਗਰਮੀ ਬਹੁਤ ਜ਼ਿਆਦਾ ਹੋ ਰਹੀ ਆ। ਆਪਾਂ ਨੂੰ ਚਾਹੀਦਾ ਕੀ ਆਪਾਂ ਰੁੱਖ ਲਗਾਈਏ ਜਾਂ ਕੁਝ ਬਿਲਕੁਲ ਚਾਹੀਦਾ ਬਿਲਕੁਲ ਮੈਂ ਕਿਤੇ ਪੜ੍ਹ ਰਹੀ ਸੀ ਕਿ 2.5 3 ਕਰੋੜ ਰੁੱਖ ਲਗਾਉਣ ਦੀ ਲੋੜ ਹੈ ਨੇ ਆ 2045 ਤੋਂ ਬਾਅਦ ਬਿਲਕੁਲ ਸਾਡੇ ਲਈ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਣਗੀਆਂ ਤੇ ਆ ਜਿਹੜਾ ਹੁਣ ਅਗਲਾ ਮਹੀਨਾ ਆਉਣਾ ਹੈ ਅਸੀਂ ਕੁਝ ਵੀ ਨਾ ਕਰੀਏ ਹੀ ਇੱਕ ਇਹ ਕਿ ਰੁੱਖ ਆਪਣੇ ਘਰ ਦੇ ਲਾਗੇ ਲਾ ਲਈਏ ਕਿਤੇ ਤਾਂ ਉਹਦੇ ਨਾਲ ਹੀ ਮਸਲਾ ਹੱਲ ਹੋ ਗੁਰਤਾਂ ਨੂੰ ਯਾਦ ਹੋਵੇ ਡਾਇਲੌਗ ਬੋਲਦੇ ਆ ਫਿਰ ਚਲੋ ਬਸ ਹੈ ਅੱਛਾ ਹੈਗਾ ਇਹ ਤਾਂ ਮਿਸ ਕਰ ਜਣਾ ਸੀ ਮੈਂ ਸੱਸ ਪੁੱਤ ਇੱਕ ਸੱਸਾ ਹੁੰਦਾ ਤੇ ਸੱਸ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਤੇਰਾ ਕੀ ਬਣੂਗਾ ਮੈਂ ਹਮੇਸ਼ਾ ਤੁਹਾਨੂੰ ਆਪਣੀ ਮਾਂ ਵਾਂਗ ਟ੍ਰੀਟ ਕੀਤਾ ਤੁਸੀਂ ਕਦੇ ਮੈਨੂੰ ਆਪਣੀ ਧੀ ਦਾ ਦਰਜਾ ਨਹੀਂ ਦਿੱਤਾ 7 ਜੂਨ ਨੂੰ ਸਾਰੇ ਕਾਲੇ ਚਿੱਟੇ ਖੋਲਾਂਗੀ ਹੁਣ ਮੈਂ ਬੜੀ ਦਿਰੀ ਲਈ ਹਾਂਜੀ ਕਹਿੰਦਾ ਫਿਰ ਵੈਲਕਮ ਬੈਕ ਟੂ ði ਚੈਨਲ ਗਾਇਸ ਹਾਈਲਾਈਟਸ ਤੁਸੀਂ ਦੇਖ ਲਿਆ ਨੀ ਮੈਂ ਸੱਸ ਕੁੜਨੀ ਮੈਮ ਦੀ ਫਿਲਮ ਆ ਰਹੀ ਹੈ ਨਾਲ ਤਨਵੀ ਮੈਮ ਨੇ ਨਾਲ ਅਨੀਦਾ ਮੈਮ ਨੇ ਅਨੀਤਾ ਮੈਮ ਤੋਂ ਮੈਂ ਡਰ ਰਿਹਾ ਥੋੜਾ ਜਿਹਾ ਵੀ ਸੀਨੀਅਰ ਆਰਟਿਸਟ ਨੇ ਮੈਮ ਤੁਹਾਡਾ ਸਵਾਗਤ ਹੈ ਜੀ ਸ਼ੋਅ ਚ ਬਹੁਤ ਸ਼ੁਕਰੀਆ ਜੀ ਕੰਫਰਟेबल ਹੋ ਜੀ ਬਹੁਤ ਵਾਹ ਆ ਤੁਸੀਂ ਮੈਨੂੰ ਥੋੜੀ ਗੁੱਸੇ ਜਿਹਾ ਲੱਗਦੇ ਹੋ ਮੇਰਾ ਮੂੰਹ ਹੀ ਇੰਜ ਦਾ ਮੈਮ ਜੱਸੀ ਗੱਲ ਮੈਨੂੰ ਬਹੁਤ ਖੁਸ਼ੀ ਹੈ ਵੀ ਤੁਸੀਂ ਸ਼ੋਅ ਚ ਆਏ ਹੋ ਸਾਡਾ ਸ਼ੋਅ ਵੱਡਾ ਹੁੰਦਾ ਬਹੁਤ ਸ਼ੁਕਰੀਆ ਜੀ ਤੇ ਮੈਮ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ ਥੈਂਕ ਯੂ ਜੀ ਤੁਹਾਡੇ ਇਅਰਿੰਗਸ ਬਹੁਤ ਯੂਨੀਕ ਹੈ ਤੁਸੀਂ ਯਾਰੀ ਇੰਟਰਵਿਊ ਕੀਤਾ ਕਿਸੇ ਨੇ ਦੱਸਿਆ ਤੁਹਾਨੂੰ ਇਅਰਿੰਗਸ ਬਹੁਤ ਸੋਨੇ ਦੇ ਐਕਚੁਅਲੀ ਇਹ ਵਾਲੇ ਇਅਰਿੰਗਸ ਇਸੇ ਸ਼ੋਅ ਲਈ ਰੱਖੇ ਹੋਏ ਸੀਗੇ ਅੱਛਾ ਪਹਿਲੇ ਮੈਂ ਚੇਂਜ ਯਸ ਹੋਰ ਕੋਈ ਸੀਗੇ ਹੁਣ ਮੈਂ ਚੇਂਜ ਕਰਕੇ ਆਈ ਹਾਂ ਠੀਕ ਹੈ ਮੈਨੂੰ ਪਤਾ ਕਿਉਂ ਡਰ ਲੱਗ ਰਿਹਾ ਬੀਲਣਾ ਬੁੱਲਣਾ ਨਾਲ ਲੈ ਗਿਆ ਆ ਇੱਥੇ ਲੱਗਿਆ ਸੱਸ ਕੁੱਟਣੀ ਯੰਤਰ ਇਹ ਬੰਦਿਆਂ ਨੂੰ ਵੀ ਕੁੱਟ ਦਿੰਦਾ ਜੀ ਇਹ ਸਾਸਮਟਾ ਕੇ ਬੰਦਾ ਲਿਖ ਦਾਂਗੇ ਫਿਰ ਬੰਦੇ ਨੂੰ ਬੰਦੇ ਲਈ ਯੰਤਰ ਮਲਟੀਪਰਪਸ ਹੈ ਕਿਸੇ ਨੂੰ ਵੀ ਕੁੱਟਣ ਦੇ ਕੰਮ ਆ ਸਕਦਾ ਇਹ ਵੇਲਣਾ ਵੈਸੇ ਰੋਟੀ ਵੇਲਣ ਦੇ ਕੰਮ ਆਉਂਦਾ ਇੱਕ ਮੈਮ ਕਹਿੰਦੇ ਵੇਲਣੇ 'ਚ ਬਾਹ ਆਉਣੀ ਵੇਲਣੇ 'ਚ ਨਾ ਬਾਹ ਉਹ ਕੀ ਹੁੰਦਾ ਵਾ ਆ ਮੇਰੇ ਖਿਆਲ ਉਹ ਸਾਡੇ ਖੇਤੀਬਾੜੀ ਨਾਲ ਸੰਬੰਧਿਤ ਕੋਈ ਸੰਦ ਹੈਗਾ ਉਹਨੂੰ ਵੀ ਵੇਲੜਾ ਬੋਲਦੇ ਆ ਤੇ ਸ਼ਾਇਦ ਗੰਨੇ ਪੀੜਨ ਵਾਲਾ ਜਿਹੜਾ ਹੁੰਦਾ ਆ ਉਹਨੂੰ ਜਦੋਂ ਗੰਨੇ ਉਹਦੇ ਵਿੱਚ ਦੰਦੇ ਤੋਂ ਗਲਤੀ ਦੇ ਨਾਲ ਬਾਂ ਜਿਹੜੀ ਉਹ ਕਿਸੇ ਵੇਲੇ ਆ ਜਾਂਦੀ ਹੁੰਦੀ ਸੀ ਤਾਂ ਫਿਰ ਇੰਨਾ ਹੱਥ ਕੱਟਿਆ ਜਾਂਦਾ ਸੀਗਾ ਉਦੋਂ ਇੰਨੀ ਫੈਸਿਲਿਟੀ ਨਹੀਂ ਹੁੰਦੀ ਫਿਰ ਉਹ ਵਿਚਾਰਾ ਸਾਰੀ ਜ਼ਿੰਦਗੀ ਅੰਜੀ ਰਹਿੰਦਾ ਸੀ ਬੁੱਦਾ ਅੱਛਾ 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 ਕਈ ਗੁੱਸੇ ਲੱਗੇ ਆਂਦੇ ਤੇਰੀ ਕਿਹੜਾ ਵੇਲੇ ਨੇ ਚ ਬਾਂ ਆਈ ਸੀ ਵੀ ਤੂੰ ਥੋੜਾ ਠਹਿਰ ਜਾਂਦਾ ਕੁਛ ਇਦਾਂ ਦਾ ਹੁੰਦਾ ਨਾ ਜਿਹਨੂੰ ਪਤਾ ਯਾਰ ਕਮੈਂਟ ਵਧੀਆ ਤਰੀਕੇ ਨਾਲ ਕਰਦੇ ਹੋ ਸਾਨੂੰ ਪਤਾ ਲੱਗ ਜੀ ਮੈਮ ਤੁਹਾਡੇ ਹੱਥ ਚ ਠੀਕ ਲੱਗਦਾ ਨਹੀਂ ਇਹਦੇ ਇਹਦੇ ਮੇਰਾ ਖਿਆਲ ਸੱਸ ਕੋਟ ਨਹੀਂ ਲਿਖਿਆ ਹਾਂ ਅੱਛਾ ਵਿਚ ਵਧੀਆ ਲੱਗਦਾ ਹੈ ਨਾ ਇਹ ਨੂਆ ਲਈ ਐ ਸਪੈਸ਼ਲ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਪ

ਸੀ ਮੈਂ ਨਹੀਂ ਮੈਂ ਬਾਜੂ ਆ ਗਈ ਸੀ ਆਈ ਗੈਸ ਨਾ ਉਥੇ OTT ਤੇ ਦੇਖ ਲਈ ਸੀਗੀ ਚਪਾਲ ਤੇ ਆਈ ਬਾਕੀ ਕੁਝ ਕੁਝ ਜਿਹੜੇ ਸੈਗਮੈਂਟ ਸੀਗੇ ਤੇ ਉਹ ਮੈਂ ਸਾਰੇ ਦੇਖੇ ਸੀਗੇ ਹਾਂ ਤੇ ਪਹਿਲੇ ਮੈਨੂੰ ਇਹ ਦੱਸੋ ਤੁਸੀਂ ਵਿਆਹੇ ਹੋਏ ਹੋ ਜਾਂ ਮੈਂ ਨਹੀਂ ਮੈਂ ਮੈਰਿਡ ਹੈ ਜੀ ਦੇਖਿਆ ਤਾਂ ਹੀ ਨਹੀਂ ਦੇਖਿਆ ਅਜੇ ਜ਼ਰੂਰਤ ਨਹੀਂ ਪਈ ਨਾ ਕਿਉਂਕਿ ਬਸਿਕਲੀ ਸਾਡੇ ਫਿਲਮ ਦਾ ਫਰੈਸ਼ਰ ਕੋਰਸ ਹੈ ਵੀ ਪਹਿਲਾਂ ਦੇਖ ਲਓ ਨਾ ਸਸਲੀ ਤੇ ਜਿਸ ਮੁੰਡੇ ਦਾ ਵਿਆਹ ਹੋਇਆ ਹੁੰਦਾ ਉਹਦੇ ਲਈ ਉਹ ਰਫਰੈਸ਼ਰ ਕੋਰਸ ਕਰਾਉਣੇ ਅਸੀਂ ਐਸੇ ਜਿਹਨਾਂ ਦਾ ਨਹੀਂ ਹੋਇਆ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਹੈ ਟ੍ਰੇਨਿੰਗ ਹੁੰਦੀ ਹੈ ਅਪਕਮਿੰਗ ਯਾ ਇਸ ਲਾਈਫ ਸਟਾਈਲ ਜਦੋਂ ਤੁਸੀਂ ਜਦੋਂ ਆਏ ਨਾ ਤੁਸੀਂ ਬੜੇ ਇਨੋਸੈਂਟ ਜਿਹਾ ਲੱਗ ਰਹੇ ਸੀ ਵੀ ਠੀਕ ਆ ਮੈਂ ਕਿਹਾ ਵੀ ਇੰਨਾ ਜ਼ਿਆਦਾ ਟੌਕ ਐਕਟਿਵ ਨਹੀਂ ਹੋਣਗੇ ਪਰ ਕੈਮਰਾ ਆਨ ਹੁੰਦੇ ਹੀ ਬਸ ਅਸਲੀ ਰੂਪ ਆ ਜਾਂਦਾ ਸਾਹਮਣੇ ਜੀ ਜੀ ਐਕਚੁਅਲੀ ਨਾ ਮੈਂ ਆਪਣੇ ਕੈਰੈਕਟਰ ਚ ਆ ਗਈ ਫਿਲਮ ਵਾਲੇ ਕੈਰੈਕਟਰ ਚ ਥੈਟਸ ਵਾਈ ਹੁਣ ਮੈਂ ਜ਼ਿਆਦਾ ਗੱਲਾਂ ਕਰ ਰਹੀ ਹਾਂ ਟ੍ਰੇਲਰ ਦੇਖ ਲਿਆ ਕੋਈ ਤੁਹਾਡੀ ਇਜਾਜ਼ਤ ਹੋਵੇ ਸ਼ੌਂ ਹੈ ਮੰਦੀ ਤੇ ਪੈ ਕੇ ਕਾਈ ਬਣਾਉਗੇ ਤੇਰੇ ਤੁਸ਼ਾ ਮੈਂ ਬੀਟੀ ਗ੍ਰੋਸ ਪਾਨੀ پیپی تذکیر بن جانے کوئی ایک پریشان نہیں ہو بے تادرسان پہلی پریشان نہیں میری ساس ویلکم ٹو مائی یوٹیوب چینل جائے پر تیسی براہ سارا تین ویڈیو بیکتی رہن دیا نوک کو کیسے کپو میں کرو سوال آگیا سوری ولوگنگ بیا ولوگنگ میں ولوگنگ آج کل دیکھ دوں ویسے سوسی میں کئی بری کر دوں یادی میں دیکھیں تو اٹھے ساری ویڈیو میں میں نے پتہ امبر سار کتھے رہنے ہو تو سی میں تو اٹھا ہوں فین ہے ਕੋਈ ਕੋਈ ਫੰਕਸ਼ਨ ਹੋਇਆ ਸੀ ਮੈਂ ਸਾਰਾ ਕੁਝ ਦੇਖਿਆ ਹੋਇਆ ਵੀ ਜਦੋਂ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਗਲਤ ਨਾਮ ਨਾਲ ਲੈ ਲਾ ਇੱਕ ਫੋਕ ਕਾਰਜਨੀ ਉਹ ਨੂਰ ਨੂਰ ਹਾਂ ਵੀਓ ਬਹੁਤ ਵਧੀਆ ਵੀਡੀਓ ਸੀ ਉਹ ਕਲਚਰ ਬਸ ਉਹਦੇ ਜੀ ਐਂ ਕਰਦਾ ਸੀ ਉਹਨੂੰ ਲਾ ਕੇ ਨਾ ਬਸ ਦੇਖੀ ਚੱਲੋ ਤੇ ਸਮਾਈਲ ਕਰੀ ਜੱਲੋ ਅੱਧੀ ਵੱਡੇ ਟੀਵੀ ਤੇ ਥੱਲੇ ਲਾ ਕੇ ਦੇਖਿਆ ਸੀ ਹਾਂ ਅੱਛਾ ਅੱਛਾ ਤੇ ਮੇਰਾ ਸਵਾਲ ਕੀ ਸੀ ਹਾਂ ਭਈਆ ਵਲੋਗਿੰਗ ਅੱਜ ਕੱਲ ਹੁੰਦੀ ਆ ਕਪਲ ਵਲੋਗਿੰਗ ਹੁੰਦੀ ਆ ਬਹੁਤ ਕੋ ਚੱਕੇ ਮੈਨੂੰ ਲੈਣੇ ਹੋ ਤੁਸੀਂ ਵੀ ਇਹਦੀ ਹੱਦ ਕੀ ਹੋਣੀ ਚਾਹੀਦੀ ਹੈ ਜਾਂ ਕਿਦਾਂ ਨਹੀਂ ਮੈਨੂੰ ਇਹ ਲੱਗਦਾ ਕਿ ਕਿਸੇ ਨੂੰ ਹਾਰਟ ਕਰਨ ਵਾਲੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸ਼ਾਮਿਲ ਚਾਹੇ ਉਹ ਕਿਸੇ ਵੀ ਲੈਵਲ ਦੇ ਉੱਤੇ ਬਾਕੀ ਜਿਹਦੇ 'ਚ ਵੀ ਕਪੈਸਿਟੀ ਹਰ ਬੰਦਾ ਜਿਹੜਾ ਉਹ ਰੇਡੀਓ ਤੱਕ ਨਹੀਂ ਪਹੁੰਚ ਸਕਦਾ ਟੀਵੀ ਤੱਕ ਨਹੀਂ ਪਹੁੰਚ ਸਕਦਾ ਫਿਲਮ ਤੱਕ ਨਹੀਂ ਪਹੁੰਚ ਸਕਦਾ ਬਟ ਸਾਨੂੰ ਬlesed ਸਮਝੋ ਇਸ ਗੱਲੋਂ ਅਸੀਂ ਕਿ ਸਾਡੇ ਕੋਲ ਇੱਕ ਇੱਕੋ ਜਿਹੇ ਮੀਡੀਅਮ ਹੈਗੇ ਨੇ ਜਿਵੇਂ YouTube ਆ ਜਾ Insta ਆ ਜਾ ਹੋਰ ਬਾਕੀ ਵੀ ਜਿੰਨੀਆਂ ਥਾਵਾਂ ਨੇ ਕਿ ਅਸੀਂ ਆਪਣਾ ਟੈਲੈਂਟ ਨੂੰ ਉੱਥੇ ਵਿਖਾ ਸਕਦੇ ਹਾਂ ਔਰ ਹੁਣ ਤੱਕ ਤੇ ਮਤਲਬ ਸਾਡੀ ਪੀੜ੍ਹੀ ਤੱਕ ਤੇ ਇਹ ਹੋ ਰਿਹਾ ਕਿ ਜਿਹਨੂੰ ਨਹੀਂ ਮੌਕੇ ਮਿਲੇ ਉਹਦਾ ਟੈਲੈਂਟ ਜਿਹੜਾ ਉਹ ਰੋਟੀਆਂ ਪਕਾਉਂਦਾ ਹੀ ਨੰਗ ਗਿਆ ਖਤਮ ਹੋ ਗਈਆਂ ਚੀਜ਼ਾਂ ਸਾਰੀਆਂ ਉਹ ਕੰਟੀਨਿਊ ਨਹੀਂ ਕਰ ਸਕਿਆ ਪਰ ਹੁਣ ਤਾਂ ਤੁਸੀਂ ਦੇਖੋ ਨਾ ਕਿੰਨਾ ਕੁਸ਼ ਹੈਗਾ ਸਾਡੇ ਕੋਲ ਤੇ ਅਸੀਂ ਆਪਣੇ ਨੂੰ ਨਖਾਰ ਸਕਦੇ ਆ ਪੇਸ਼ ਕਰ ਸਕਦੇ ਆ ਆਪਣਾ ਟੈਲੈਂਟ ਦੁਨੀਆ ਨਾਲ ਸ਼ੇਅਰ ਕਰ ਸਕਦੇ ਆ ਤੇ ਬਹੁਤ ਵਧੀਆ ਚੀਜ਼ ਹੈ ਜਿਹਨੂੰ ਜੋ ਵੀ ਆਉਂਦਾ ਉਹਨੂੰ ਕਰਨਾ ਚਾਹੀਦਾ ਹੂੰ ਮੈਨੂੰ ਲੱਗਦਾ ਹੁਣ ਕੰਜੇ ਕਈ ਵੀ ਹੁਣ ਔਖਾ ਬਹੁਤ ਆ ਕੰਪੀਟੀਸ਼ਨ ਮੈਨੂੰ ਲੱਗਦਾ ਹੁਣ ਈਜ਼ੀ ਹੋ ਗਿਆ ਨਹੀਂ ਉਹ ਸੋਖਾ ਹੋ ਗਿਆ ਨਹੀਂ ਔਖਾਗਾ ਜਿਹੜਾ ਵੀ ਬੈਸਟ ਹੋਏਗਾ ਉਹਨੇ ਆਪਣੇ ਆਪ ਵੀ ਅੱਗੇ ਨਿਕਲ ਜਾਣਾ ਜਿਹੜਾ ਅਜੇ ਨਹੀਂ ਬੈ ਦੂਸਰੇ ਵੱਲ ਦੇਖ ਕੇ ਵੀ ਤਾਂ ਸਿੱਖਦੇ ਆ ਮਿਲ ਗਿਆ ਹੁਣ ਸਾਰਿਆਂ ਨੂੰ ਬਿਲਕੁਲ ਜੀ ਤੁਹਾਡੇ ਕੀ ਨਜ਼ਰੀਆ ਵੈਸੇਆ ਵਲੋਗਿੰਗ ਯਾ ਬਧੀਆ ਐ ਇੰਜੋਇਮੈਂਟਲੀ ਵੀ ਵਧੀਆ ਐ ਕਿ ਇੱਕ ਤਾਂ ਮੈਨੂੰ ਸਭ ਤੋਂ ਸਪੈਸ਼ਲ ਚੀਜ਼ ਇਹਦੀ ਇਹ ਲੱਗਦੀ ਐ ਕਿ ਜਿਵੇਂ ਹੁਣ ਅਸੀਂ ਵੀ ਕਿਤੇ ਟਰੈਵਲ ਨਹੀਂ ਜਾਂਦੇ ਆ ਸਾਡੇ ਗਰੁੱਪ ਚੋਂ ਇੱਕ ਕੁੜੀ ਐ ਉਹ ਵਲੋਗਿੰਗ ਕਰਦੀ ਐ ਸੋ ਇਹ ਆ ਟਰੈਵਲ ਵਲੋਗ ਸੋ ਕਦੇ ਵੀ ਸਾਡਾ ਦਿਲ ਕਰ ਰਿਹਾ ਹੁੰਦਾ ਨਾ ਕਿ ਮੈਮਰੀਜ਼ ਨੂੰ ਆਪਾਂ ਦੁਬਾਰਾ ਰਿਵਾਈਵ ਕਰੀਏ ਸੋ ਆਪਾਂ ਵਲੌਗ ਲਾ ਕੇ ਬੈਠ ਜਾਂਦੇ ਆ ਸੋ ਮਜ਼ਾ ਆਉਂਦਾ ਐ ਦੇਖਦੇ-ਦੇਖਦੇ ਐਂਟਰਟੇਨਿੰਗ ਹੋ ਗਿਆ। ਮੈਂ ਮੈਮਰੀ ਕੈਪਚਰ ਕਰ ਲੈਣੇ ਆ। ਥੋੜੀ ਕੋਈ ਮੈਮਰੀ ਦੇਖਣੀ ਤੁਸੀਂ ਕਹਿੰਨਾ ਮੈਂ ਇੱਕ ਵਾਰ ਗਈ ਸੀ ਉਦੋਂ ਵੀਡੀਓ ਲਾ। ਹਾਂ ਬਿਲਕੁਲ ਤੇਰੀ ਮਾਸੀ ਨੂੰ ਮਿਲੀ ਸੀ ਐਦਾਂ। ਬਿਲਕੁਲ ਆਪਮੀ 올ਡ ਏਜ ਚ ਜਾ ਕੇ ਵੀ ਜਦੋਂ ਆਪਾਂ ਇਹ ਚੀਜ਼ਾਂ ਦੇਖਾਂਗੇ ਤਾਂ ਵੀ ਹੈਵ ਫਨ ਕਰਨਾ ਅੱਛਾ ਲੱਗੂਗਾ ਹੈਨਾ। ਨੋ ਮਰੋ ਹੋਂ ਟੇਕ ਕਾਪੂਚੀ ਵੇਟੇ ਵਟੇ ਕੋਇੰਟ ਦੀ ਸਰਪੰਚਣੀ ਐ ਤੁੰ ਨੂੰ ਤੋਹੀ ਲਿਆ ਕਰ ਲਿਆ ਫਿਰ ਜੂਜੀ ਮੇਰਾ ਜਵਾਈ ਵਾਹਿਆ ਪੜਿਆ ਕੱਲੀ ਗਰੜ ਰੜਾ ਤੋਂ ਫਿਰਦਾ ਕੋਡੀ ਪੇ ਇਦਲੇ ਮੇਰੀ ਮਾਂ ਨੇ ਜੜ ਕੇ ਆਗੀ ਕਿਹਾ ਸੀ ਤੇਰੀ ਮਾਂ ਨੂੰ ਇੰਗਲੈਂਡ ਭੇਜਦੇ ਮੈਨੂੰ ਆਇਲ ਜੀ ਜਮਨੂ ਮੈਂ ਮਾਈ ਸੀ ਪਿੱਛੇ ਉਹਨੇ ਕੌਰ ਦੇ ਸੁਣਿਆ ਮੈਨੂੰ ਨਹੀਂ ਆਇਲ ਸੋੜੇ ਡਾਣ ਕਰਾਂਗੀ ਮੈਨੂੰ ਨਹੀਂ ਸੀ ਪਤਾ ਤੇ ਮੇਰੀ ਆਉਣ ਵਾਲੀ ਨੋ ਮੇਰੀ ਸਭ ਤੋਂ ਵੱਡੀ ਪਰੇਸ਼ਾਨੀ ਬਣੂਗੀ ਹੈ ਤਾਂ ਸੁਣੀ ਤੇ ਨਿਗਾਰ ਮੈਨੂੰ ਦੱਸਤਾ ਪਈ ਸੀ ਕਿਨੇ ਪਰ ਕੁੜੀ ਹੈ ਸਿਤਰੀ ਜੀ ਪਰ ਹੈ ਸੱਸ ਦੇ ਕਾਪੂਚੀ ਰਹਿਣਾ ਨੇ ਸ਼ੱਕ ਕਿੱਥੇ ਠੀਗ ਗਈ

ਇਹ ਜਮਿੰਟ ਬਾਮੀਆ ਬੜਾ ਗੰਬੀਰ ਹੈ ਮੇਰੇ ਇਨੋਂ ਮੁਟਿਆ ਹੋ ਜਲਾ ਵਿੱਚ ਥੱਲੇ ਡਿੱਗ ਗਈ ਉਹ ਮਿਲੋਂ ਨੂੰ ਲੱਗੇ ਨਾ ਚੈਸ ਦੇਸੀ ਟਾਕ ਹੁਣ ਆ ਦੇ ਬਈ ਮਾਰ ਹੁਣ ਚਾਹ ਗੰਦਾ ਮਤਲਬ ਮੈਂ ਟ੍ਰੇਲਰ ਦੇਖਿਆ ਵੀ ਇਹਦੇ ਵਿੱਚ ਕੀ ਆ ਕਿ ਇੱਕ ਫੈਮਲੀ ਕਾਮੇਡੀ ਹੈਲਥੀ ਕਾਮੇਡੀ ਵਿਦਾਊਟ ਕਿਸੇ ਨੂਨਾ ਹੋ ਕੀਤੇ ਆਪਸ ਵਿੱਚ ਜਿੱਦ ਆਪ ਆਪਸ ਵਿੱਚ ਇੱਕ ਦੂਜੇ ਨੂੰ ਤਾਂ ਨਹੀਂ ਮਾਰੀ ਉਹ ਕਾਮੇਡੀ ਨਾ ਕਿ ਕਿਸੇ ਦੀ ਗੱਲ ਕਰੀ ਬਿਲਕੁਲ ਹੋਰ ਮਾਡਰਨ ਵਿੱਚ ਚੀਜ਼ਾਂ ਪਾਈਆਂ ਅੱਜ ਕੱਲ ਦੀਆਂ ਜੀ ਵਲੋਗਿੰਗ ਹੋਗੀ ਹੋਰ ਬਹੁਤ ਛੋਟੇ ਛੋਟੇ 엘ਿਮੈਂਟਸ ਹੋਰ ਥੋੜਾ ਤਾਂਤ੍ਰਿਕ ਜੋ ਵਿਸ਼ਵਾਸ ਅੱਜ ਕੱਲ ਨਾ ਉਹ ਚੀਜ਼ ਅੰਧਵਿਸ਼ਵਾਸ ਉਹ ਹੋ ਗਿਆ ਥੋੜਾ ਥ੍ਰਿਲਰ ਆ ਯਾ ਯਾ ਵੀ ਹੈ ਤਾਂ ਮਤਲਬ ਕਾਮੇਡੀ ਚ ਆ ਬਿਲਕੁਲ ਵੀ ਮਾਰਤਾ ਪਰ ਡਰਾਮਾ ਕਰ ਸਕਦੇ ਆ ਵੀ ਐਕ ਸੀਰੀਅਸ ਨਹੀਂ ਹੈਗਾ ਪਰ ਥ੍ਰਿਲਰ ਆ ਯਾ ਫਿਰ ਉਹ ਫਲੇਵਰ ਉਹਤਲਾ ਉਹਤਲਾ ਪੋਲਿਟিক্যাল ਡਰਾਮਾ ਵਿੱਚ ਚੋਣਾ ਚੜਾ ਦੀ ਗੱਲ ਹੈਗੀ ਚੋਣਾ ਦੀ ਗੱਲ ਉਹ ਪਹਿਲਾਂ ਮੈਨੂੰ ਵੋਟਾਂ ਗਾਣਾ ਆਇਆ ਮੈਨੂੰ ਲੱਗਿਆ ਸਪੈਸ਼ਲ ਕਿਤੇ ਇਹ ਗਾਣਾ ਵਾ ਫਿਰ ਮੈਂ ਪੁੱਛਿਆ ਮੈਂ ਕਹਿੰਦਾ ਇਹ ਕਰਮਜੀਤ ਭਾਈ ਦਾ ਗਾਣਾ ਨਹੀਂ ਕਿ ਫਿਲਮ ਦਾ ਗਾਣਾ ਫਿਲਮ ਦਾ ਪੱਕੀਆਂ ਨੂੰ ਕਨਫਿਊਜ਼ਨ ਹੋ ਗਈ ਸੀ ਥੱਲੇ ਕਮੈਂਟਾਂ ਵਿੱਚ ਲਿਖਦੇ ਫਿਰ ਇਹਨੇ ਨੈਗੇਟਿਵ ਕਮੈਂਟਸ ਆ ਰਹੇ ਨੇ ਸੋ ਅਸੀਂ ਈਵਨ ਕਿ ਇੰਟਰਵਿਊਜ਼ ਵਿੱਚ ਵੀ ਪਿੱਛੇ ਕਲੀਅਰ ਕੀਤਾ ਕਿ ਸਾਡੀ ਫਿਲਮ ਦਾ ਗਾਣਾ ਹੈ ਅਸੀਂ ਕਿਸੇ ਪਾਰਟੀ ਦਾ ਪ੍ਰਚਾਰ ਨਹੀਂ ਕਰ ਰਹੇ ਉਹ ਮੈਨੂੰ ਲੱਗਦਾ ਮੈਚ ਹੋ ਗਈਆਂ ਚੀਜ਼ਾਂ ਤੇ ਉਹ ਲੋਕਾਂ ਨੂੰ ਲੱਗਦਾ ਕਿ ਹਾਂ ਵੀ ਇੱਕ ਤਾਂ ਚਲੋ ਉੱਧਰ ਹੈਗੇ ਨੇ ਉਹ ਭਾਜੀ ਤੇ ਵੀ ਆਪਣਾ ਹੀ ਗਈ ਅੰਦਰ ਧਿਆਨ ਨਾ ਵੋਟ ਪਾਇਓ ਕਿਆ ਕਰ ਗਏ ਪਰ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਮੈਮ ਨੈਚਰਲ ਹੁੰਦੀਆਂ ਨਾ ਉਹ ਵਧੀਆ ਹੁੰਦੀਆਂ ਵਾਈਗਰ ਨਹੀਂ ਜਿੱਦਾ ਜਿੱਦਾਂ ਅੱਗੇ ਸਾਹਮਣੇ ਆਉਂਦੀਆਂ ਮੈਮ ਬਹੁਤ ਵਧੀਆ ਲੱਗਿਆ ਡ੍ਰੇਲ ਥੈਂਕ ਯੂ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਂ ਥੋੜਾ ਟੇਡਾ ਜਾਂ ਡਾਇਰੈਕਟ ਜਾਂਦਾ ਵੀ ਚੀਜ਼ ਨਹੀਂ ਦੇਖੀ ਤਾਂ ਕਹਿਆ ਤਾਂ ਨਹੀਂ ਦੇਖੀ ਪਰ ਆ ਬਹੁਤ ਵਧੀਆ ਨਹੀਂ ਅੱਛਾ ਝੂਠ ਬੋਲਣ ਨਾਲੋਂ ਚੰਗਾ ਜੀ ਸੱਚ ਬਿਲਕੁਲ ਵੇ ਇਹ ਟ੍ਰੇਲਰ ਤਾਂ ਵਧੀਆ ਇਹਦੇ ਵਿੱਚ ਜਿਹੜੀ ਮਿਸਿੰਗ ਹੋ ਗਈ ਸੀ ਜੀ ਇਸ ਨਿਮੇਜ ਵਈ ਆਪਾਂ ਸਿਰਫ ਪਿੱਛੇ ਜਿਹਵੇਂ ਮੈਂ ਮਾ ਚੰਗੇ ਕਹਿੰਦਾ ਹੀ ਫਿਲਮਾਂ ਕੁਝ ਬਣੀਆਂ ਬਟ ਉਹ ਭਟਕ ਜਾਂਦੇ ਆ ਉਹ ਬਿਜ਼ਨਸ 'ਚ ਜ਼ਿਆਦਾ ਧਿਆਨ ਦੇ ਲੈਂਦੇ ਆ ਐਕਟਰ ਫਿਰ ਕਹਿੰਦਾ ਤੂੰ ਪੈਸੀ ਕਮਾਉਣਿਆ ਭਰਾਵਾ ਜਿੰਨਾ ਸਾਡਾ ਕੰਮ ਕਰਾਇਆ ਕਰਕੇ ਅਸੀਂ ਵਿਲੇ ਹੋਈਏ ਮਤਲਬ ਰਿਐਲਿਟੀ ਜਿਹੜੀ ਐਕਟਰ ਦੱਸ ਦਿਆ ਸਾਨੂੰ ਆ ਗਈ ਜਦੋਂ ਵਿੱਚ એનર્ਜੀ ਬੰਦੀ ਆ ਸਾਰਿਆਂ ਦੀ ਇੱਕ ਇੱਕ ਜੀ ਦੀ ਇੱਕ ਇੱਕ ਹੈਨਾ ਫਿਰ ਮਨ ਲੱਗਦਾ ਚੀਜ਼ ਐਦਾਂ ਦੀ ਬਣਦੀ ਆ ਬਿਲਕੁਲ ਕਿਉਂਕਿ ਇਸ ਫਿਲਮ ਚ ਨਾ ਕੱਲੇ ਕੱਲੇ ਕੈਰੈਕਟਰ ਦੇ ਮਤਲਬ ਕੈਰੈਕਟਰਾਇਜ਼ੇਸ਼ਨ ਹੋਈ ਹੈ ਇਹ ਨਹੀਂ ਹੈ ਕਿ ਜਸਟ ਪੰਚ ਮਾਰ ਕੇ ਅੱਗੇ ਤੁਰ ਰਹੀ ਹੈ ਇੱਕ ਪ੍ਰੋਪਰ ਕਹਾਣੀ ਹੈ ਐਂਡ ਮੋਰਓਵਰ ਜਿੰਨੇ ਵੀ ਇਧਰ ਤੁਸੀਂ ਟ੍ਰੇਲਰ ਚ ਐਕਟਰਸ ਦੇਖੋਗੇ ਸਾਰਿਆਂ ਦਾ ਨਾ ਇੱਕ ਕੈਰੈਕਟਰਾਇਜ਼ੇਸ਼ਨ ਦਿੱਤੀ ਗਈ ਇੱਕ ਬਿਜ਼ਨਸ ਦਿੱਤਾ ਗਿਆ ਹੈ ਕਿ ਜਿਵੇਂ ਹੁਣ ਉਹਨਾਂ ਨੂੰ ਕਰਮਜੀਤ ਸਰ ਨੂੰ ਉਹ ਕਿਸਾਨ ਵਾਲੇ ਉਹਦੇ ਤੇ ਭੇਜਿਆ ਹੋਇਆ ਹੈ ਤੇ ਦਾਦੀਆਂ ਜਿਹੜੇ ਉਹ ਵਲੋਗਿੰਗ ਕਰਦੇ ਪਏ ਨੇ ਸੋ ਸਾਰਿਆਂ ਦੇ ਨਾ ਬੜੇ ਪਿਆਰੇ ਪਿਆਰੇ ਜਿਹੀ ਕੈਰੈਕਟਰਾਇਜ਼ੇਸ਼ਨ ਕੀਤੀ ਹੋਈ ਹੈ ਹਾਂ ਯਾ ਐਂਡ ਮੈਂ ਵਕੀਲ ਵੀ ਬਣੀ ਆ ਇਹਦੇ 'ਚ ਉਹ ਵਕੀਲ ਉਹ ਤੇ ਬਾਅਦ 'ਚ ਤੁਹਾਡਾ ਜਿਹੜਾ ਮੇਕਓਵਰ ਕੀਤਾ ਗਿਆ ਉਹ ਤੁਸੀਂ ਉਹਨਾਂ ਜਿਹੜੇ ਉਹ ਥੋੜਾ ਜਿਹਾ ਕਲਿੱਪ ਦਿਖਾਇਆ ਮੈਨੂੰ ਲੱਗਦਾ ਫਿਲਮ 'ਚ ਧਿਆਨ ਨਾਲ ਦੇਖਾਂਗੇ ਉਹਦਾ ਵੀ ਰੱਖਿਆ ਆਸਾਮ ਕੇ ਵੀ ਉਹ ਫਿਲਮ 'ਚ ਦੇਖੋ ਜਾ ਦੇਣਾ ਕਿੰਨੇ ਦਾ ਟਾਈਮ ਲੱਗਦਾ ਸੀ ਯਾਰ ਉਹ ਲੋ ਉਹ ਲੋਕ ਕ੍ਰੀਏਟ ਕਰਨ ਚ ਆਲਮੋਸਟ 4-5 ਘੰਟੇ ਲੱਗਦੇ ਸੀ ਤੇ ਜਿੰਨਾ ਟਾਈਮ ਉਹਨੂੰ ਕ੍ਰੀਏਟ ਕਰਨ ਚ ਲੱਗਦਾ ਸੀ ਉਨਾ ਹੀ ਰਿਮੂਵ ਕਰਨ ਚ ਵੀ ਲੱਗਦਾ ਸੀ ਐਂਡ ਮੋਰਓਵਰ ਇੱਕ ਹੋਰ ਚੀਜ਼ ਨਾ ਮੈਂ ਦੱਸਣੀ ਭੁੱਲ ਗਈ ਸੀ ਸਾਰਿਆਂ ਨੂੰ ਕਿ ਨਾ ਮੈਂ ਖਾ ਵੀ ਨਹੀਂ ਸਕਦੀ ਸੀ ਕੁਝ ਕਿਉਂਕਿ ਇੱਥੋਂ ਦੀ ਪ੍ਰੋਪਰ ਐਸਥੈਟਿਕਲੀ ਮੇਕਅਪ ਹੋਇਆ ਹੁੰਦਾ ਸੀ ਸਕਿਨਸ ਐਕਸਟਰਾ ਲੱਗਦੀ ਸੀ ਐਕਸਟਰਾ ਚੀਜ਼ਾਂ ਨਾਲ ਨਾ ਮੂੰਹ ਇੱਥੋਂ ਦੀ ਬੰਦ ਹੋ ਜਾਂਦੀ ਸੀ ਓਪਨ ਨਹੀਂ ਕਰ ਸਕਦੇ ਸੀ ਓਪਨ ਨਹੀਂ ਕਰ ਸਕਦੀ ਸੀ ਸੋ ਹਿਲ ਜਾਂਦਾ ਸੀ ਅਗਰ ਮੈਂ ਥੋੜਾ ਜਿਹਾ ਵੀ ਓਪਨ ਕਰਦੀ ਸੀ ਸੋ ਮੈਨੂੰ ਸਟਰੌ ਨਾਲ ਪਾਣੀ ਪੀਣਾ ਪੈਂਦਾ ਸੀ ਮੈਂ ਕੁਝ ਤੁਰਦੇ ਵੀ ਆ ਸੀ ਕਿ ਆਮ ਆਪਾਂ ਹੀ ਕਰ ਸਕਦੇ ਤੇ ਮੈਂ ਥੋੜਾ ਲਾਈਕ ਮੈਂ ਵੀਡੀਓਜ਼ ਬਣਾਈਆਂ ਕੁਝ ਨਾ ਵੈਸੀ ਰੀਲਸ ਵਗੈਰਾ ਲਈ ਉਹ ਜ਼ੌਂਬੀ ਵਾਲੇ ਟਾਈਪ ਬਟ ਫਿਲਮ 'ਚ ਤਾਂ ਮੈਂ ਨਾਰਮਲ ਥੋੜੇ ਇੰਸਟਾਗ੍ਰam ਤੇ ਹੈਗੇ ਨਹੀਂ ਮੈਂ ਨਹੀਂ ਮੈਂ ਹਜੇ ਅਪਲੋਡ ਨਹੀਂ ਕੀਤੀ ਉਹ ਲੱਗਦਾ ਕਰੂੰਗੀ ਤੁਸੀਂ ਦੇਖਾਂਗੇ ਕੁਝ ਸਾਰੀ ਮੇਕਿੰਗ ਦੀ ਵੀਡੀਓ ਬਣਾਈ ਹੋਈ ਹੈ ਮੈਂ ਪ੍ਰੈਂਕਸ ਕਿਤੇ ਜਿਹੜੇ ਸੈੱਟ ਤੇ ਜਿਨ੍ਹਾਂ ਨੂੰ ਡਰਾਇਆ ਮੈਮ ਨੂੰ ਵੀ ਡਰਾਇਆ ਸੀ ਉਹ ਵੀ ਵੀਡੀਓਜ਼ ਬਣਾਈਆਂ ਹੋਈਆਂ ਸੋ ਮੈਨ ਲੱਗਦਾ ਹੈ ਪੰਜਾਬੀ ਸਿਨੇਮਾ 'ਚ ਹੁਣ ਤੱਕ ਐਦਾਂ ਦੀ ਜਿਹੜੀ ਭੂਤ ਵਾਲੀ ਲੁੱਕ ਹੈ ਨਾ ਆਈ ਬੈਟ ਕਿ ਕਦੇ ਵੀ ਨਹੀਂ ਆਈ ਕਿਆ ਬਾਤ ਹੈ ਜੀ ਸਿਸ ਦ ਫਰਸਟ ਟਾਈਮ ਇਨ ਪੰਜਾਬੀ ਸਿਨੇਮਾ ਕਿ ਇੰਨਾ ਮਤਲਬ ਉਸ ਲੈਵਲ ਦਾ ਹਾਰਰ ਮੇਕਅਪ ਐਂਡ ਉਸ ਲੈਵਲ ਦੀ ਚੀਜ਼ਾਂ ਹੋਈਆਂ ਜੀ ਠੀਕ ਹੈ ਚਲੋ मैम ਨੀਮਾ ਸਾਸ ਕੁਟਨੀ ਸਸਤੇ ਨੋ ਦੀ ਗੱਲ ਮੈਂ ਕਰਨਾ ਚਾਹੁੰਦਾ ਵੀ ਅਸੀਂ ਮੁੰਡੇ ਜਿਹੜੇ ਮਰਦ ਹੁੰਨੇ ਅਸੀਂ ਕੀ ਦੇਖਦੇ ਆ ਜਿੱਦਾਂ ਸਾਨੂੰ ਸਮਾਜ ਨੇ ਦੱਸਿਆ ਹਾਂਜੀ ਵੀ ਬਾਹਲੀ ਸੀਰੀਅਸ ਗੱਲ ਨਹੀਂ ਹੈਗੀ ਉਦਾਂ ਦੱਸਦਾ ਵੀ ਉਹ ਮਜ਼ਾਕ ਵੀ ਕਰਦੇ ਗਈ ਵੀ ਸੱਸ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਇਹ ਵੀ ਗੱਲ ਹੈ ਸੱਸ ਨੂੰ ਨੋਹਦੀ ਲੱਗਣੀ ਚਾਹੀਦੀ ਔਰ ਤੈਨੂੰ ਮਾਂ ਲੱਗਣੀ ਚਾਹੀਦੀ ਬਿਲਕੁਲ ਪਰ ਜਦੋਂ ਕੁੜੀ ਵਿਆਹ ਕੇ ਆ ਜਾਂਦੀ ਆ ਕੀ ਆਪਾਂ ਵੀ ਉਹ ਕੁੜੀ ਮੰਨ ਸਕਦੀ ਆ ਵੀ ਹਾਂ ਇਹ ਮੇਰੀ ਮਾਂ ਹੀ ਆ ਵੀ ਕੀ ਰਿਲੇਸ਼ਨ ਉਦਾਂ ਹੋਣਾ ਚਾਹੀਦਾ ਕੀ ਪਿਆਰ ਹੋਣਾ ਚਾਹੀਦਾ ਕੀ ਡਿਊਟੀਆਂ ਨੇ ਸੱਸ ਦੀਆਂ ਜਾਂ ਮਾਂ ਦੀਆਂ ਮੈਨੂੰ ਲੱਗਦਾ ਗਰੋਮਿੰਗ ਹੀ ਸਾਡੇ ਇੰਜ ਇੰਜ ਨਾਲ ਹੁੰਦੀ ਆ ਨਾ ਕਿ ਸ਼ੁਰੂ ਤੋਂ ਘਰ ਦੇ ਵਿੱਚ ਇਹ ਕਿਹਾ ਜਾਂਦਾ ਵੀ ਇਤਰਾ ਨਾ ਕਰ ਗਾ ਤੈਨੂੰ ਆਪਣੇ ਸਹੁਰੇ ਘਰ 'ਚ ਫਿਰ ਪ੍ਰੋਬਲਮ ਆਊਗੀ ਹੈ ਹੁਣ ਕਰ ਲੈ ਇੱਥੇ ਜੋ ਕੁਝ ਹੁੰਦਾ ਮੁੜ ਕੇ ਸੱਸ ਨੇ ਨਹੀਂ ਕਰਨ ਦੇਣਾ ਜੇ ਤੈਨੂੰ ਸੱਸ ਟੱਕਰ ਗਈ ਨਾ ਬਾ ਕੋੜੀ ਫਿਰਦੈ ਨੂੰ ਪਤਾ ਲੱਗਣਾ ਜਿੰਨੇ ਨਖਰੇ ਤੋਂ ਇੱਥੇ ਕਰਦੀਆਂ ਸੋ ਇਹੋ ਜਿਹੜੀਆਂ ਗੱਲਾਂ ਨਾ ਸ਼ੁਰੂ ਤੋਂ ਸਾਡੇ ਜ਼ਿਹਨ ਦੇ ਵਿੱਚ ਬੈਠ ਜਾਂਦੀਆਂ ਕੁੜੀਆਂ ਦੇ ਔਰਤਾਂ ਦੇ ਜ਼ਿਹਨ ਦੇ ਵਿੱਚ ਕਿ ਸੱਸ ਨੁਮਾ ਇੱਕ ਪਤਾ ਨਹੀਂ ਕੀ ਸ਼ੈ ਆ ਹੈਨਾ ਜਿੰਨੇ ਬੜਾ ਐਕਸਟਰਾਔਡਨਰੀ ਵਿਹਾਰ ਕਰਨਾ ਉਹਦੇ ਨਾਲ ਤੇ ਅਸੀਂ ਮੁਹੱਬਤ ਤੇ ਸੱਸ ਦੇ ਨਾਮ ਨਾਲ ਜੋੜ ਕੇ ਕਦੀ ਧੀਆਂ ਨੂੰ ਦੱਸਿਆ ਹੀ ਨਹੀਂ ਇਸ ਤਰ੍ਹਾਂ ਹੀ ਅਸੀਂ ਵੱਡੇ ਹੁੰਨੇ ਆ ਤੇ ਉਹ ਡਰ ਹੁੰਦਾ ਅੰਦਰ ਕਿਤੇ ਥੋੜਾ ਜਿਹਾ ਖੌਫ ਹੁੰਦਾ ਉਹੀ ਲੈ ਕੇ ਅਸੀਂ ਉਸ ਦਹਲੂਜ਼ ਦੇ ਪਰਲੇ ਪਾਰ ਜਦੋਂ ਜਾਂਦੇ ਆ ਤੇ ਜਿੰਨੀ ਮਰਜ਼ੀ ਮੁਹੱਬਤ ਸੱਜ ਸਪਖਾਵੇ ਸਾਨੂੰ ਲੱਗਦਾ ਵੀ ਇਹ ਅਦਾਕਾਰੀ ਕਰ ਰਹੀ ਹੈ ਤੇ ਪਤਾ ਨਹੀਂ ਕਿਹੜੇ ਅਸਮਾਨ ਤੋਂ ਉਤਰਿਆ ਹੋਇਆ ਇੱਕ ਈਵਲ ਆ ਹੈ ਨਾ ਤੇ ਉੱਥੇ ਫਿਰ ਰਿਲੇਸ਼ਨਸ ਜਿਹੜੇ ਉਹ ਖਰਾਬ ਹੋਣਾ ਸ਼ੁਰੂ ਹੁੰਦੇ ਹੁਣ ਤੁਸੀਂ ਦੋਨੇ ਜਾਣੇ ਨਵੇਂ ਘਰ ਚ ਗਏ ਹੋ ਵਿਆਹ ਕੇ ਨਾ ਵੀ ਹੁਣ ਕੀ ਹੁੰਦਾ ਕਿ ਅਸੀਂ ਮੁੰਡਿਆਂ ਨੂੰ ਕਹ ਦੋ ਇੱਕ ਸੋਚ ਕੇ ਦੇਖੀਏ ਮੈਂ ਸੋਚਿਆ ਮੈਂ ਕਿ ਇਹ ਕੋਈ ਕੈਦੇ ਵਿਆ ਤੋ ਬਾਦ ਦੂ ਉਧਰ ਰਹਿਣਾ ਤੇਰਾ ਨਵਾਂ ਡੈਡੀ ਤੇਰੀ ਨਵੀਂ ਮੰਮੀ ਤੇਰਾ ਨਵਾਂ ਭਰਾ ਹਾਂ ਨਵਾਂ ਸਾਰਾ ਕੁਛ ਆ ਟੇਬਲ ਵੀ ਨਵਾਂ ਘਰ ਵੀ ਨਵਾਂ ਸ਼ਾਇਦ ਮੈਂ ਐਸੀ ਐਸੀ ਚ ਸੌਂਦਾ ਹਾਂ ਤੇ ਮੈਨੂੰ ਥੋੜਾ ਜਿਹਾ ਅਡਜਸਟਮੈਂਟ ਕਰਨੀ ਪਵੇ ਹਾਂ ਮੈਨੂੰ ਬਹੁਤ ਸਫਾਈ ਪਸੰਦ ਹੋਵੇ ਮੈਨੂੰ ਉਹ ਚਾਦਰ ਤੇ ਸੌਣਾ ਪਵੇ ਜ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਮੈਂ ਬਹੁਤ ਪਤਾ ਨਹੀਂ ਐਲਕਾਇਨ ਵਾਟਰ ਪੀਣਾ ਉੱਥੇ ਜਾ ਕੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਚੇਂਜਸ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਮੁੰਡਿਆਂ ਨੂੰ ਜਿਹੜੇ ਭੇਜਣਾ ਚਾਹੀਦਾ ਦੋ ਕੁ ਦਿਨ ਰਹਿ ਵੀ ਕਿਤਾ ਨਵੇਂ ਡੈਡੀ ਨਾਲ ਤੇ ਬਹੁਤ ਮੁਸ਼ਕਲ ਹੈ ਮੈਨੂੰ ਲੱਗਦਾ ਕਿ ਪੋਸੀਬਲ ਹੋਏਗਾ ਕਿ ਸਾਨੂੰ ਤੋਂ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਤੁਸੀਂ ਆਪਣੇ ਘਰ ਜਾਣਾ ਜਾਂ ਤੁਸੀਂ ਅਗਲੇ ਘਰ ਜਾਣਾ ਅਸੀਂ ਮੈਂਟਲੀ ਪ੍ਰੀਪੇਅਰ ਹੋ ਜਾਂਦੇ ਹਾਂ ਕਿ ਅਸੀਂ ਜਾਣਾ ਹੈ ਤੇ ਇੱਕ ਤੰਮ ਤਾਂ ਇਸ ਤਰ੍ਹਾਂ ਮੁਸ਼ਕਲ ਹੋਏਗੀ ਨਾ ਮੋਢੇ ਦੇ ਲਈ ਫਿਰ ਜਿਹੜੀ ਘਰ ਰਹਿ ਰਹੇ ਹੁੰਦੇ ਐ ਨਹੀਂ ਲੱਗਦਾ ਵੀ ਇਹ ਘਰ ਜਿੱਦਾ ਆ ਮੇਰਾ ਘਰ ਆ ਮੰਨ ਲਓ ਮੈਂ ਕੁੜੀ ਆ ਵੀ ਵਿਆਹ ਕੇ ਜਾਣਾ ਪਹਿ ਨਹੀਂ ਲੱਗ ਜਾਂਦਾ ਹੁੰਦਾ ਵੀ अच्छा ये मेरा नहीं हैगा भी मेरा है पर मैं तो किसी <laughs> कि जित्थ, और ਘਰੇ ਜਾਣਾ ਹਾਂ ਹਾਂ ਨਹੀਂ ਐਦਾਂ ਤਾਂ ਨਹੀਂ ਲੱਗਦਾ ਓਕੇ ਕਿਦਾਂ ਐਜ਼ ਅ ਊਮਨ ਨਹੀਂ ਲੱਗਦਾ ਸੱਚੀ ਨਹੀਂ ਲੱਗਦਾ ਕਿਉਂਕਿ ਇਹ ਦੇਖੋ ਜਿੱਥੇ ਜਿੱਥੇ ਆਪਾਂ ਪੈਦਾ ਹੋਏ ਪੂਰਾ ਬਚਪਨ ਉਥੇ ਸਪੈਂਡ ਕੀਤਾ ਸੋ ਐਦਾਂ ਤਾਂ ਬਿਲਕੁਲ ਲੱਗੇਗਾ ਹੀ ਨਹੀਂ ਕਿ ਇਹ ਮੇਰਾ ਘਰ ਨਹੀਂ ਹੈ ਕੁੜੀਆਂ ਦੇ ਤਾਂ ਦੋ ਘਰ ਹੁੰਦੇ ਨੇ ਪਹਿਲੇ ਵਾਲਾ ਵੀ ਔਰ ਬਾਅਦ ਵਾਲਾ ਵੀ ਸੋ ਸੋਚਿਆ ਕਿ ਕਿਉਂ ਮੇਰਾ ਘਰ ਨਹੀਂ ਹੁੰਦਾ ਐਂਡ ਜਦੋਂ ਆਪਾਂ ਨਵੇਂ ਘਰ ਜਾਂਦੇ ਆ ਉਦੋਂ 노 ਡਾਊਟ ਕਿ ਐਡਜਸਟਮੈਂਟ ਕਰਨ ਚ ਥੋੜੇ ਦਿਨ ਜ਼ਰੂਰ ਲੱਗਦੇ ਆ ਕੁਝ ਮਹੀਨੇ ਸਾਲ ਵੀ ਲੱਗ ਸਕਦੇ ਨੇ ਬਟ ਕੁੜੀਆਂ ਲਈ ਬਹੁਤ ਚੈਲੈਂਜਿੰਗ ਹੁੰਦਾ 노 ਡਾਊਟ ਕਿ ਲੱਗਦੇ ਪੂਰੀ ਦੁਨੀਆ ਚੇਂਜ ਹੋ ਜਾਂਦੀ ਹੈ ਜਿਵੇਂ ਤੁਸੀਂ ਕਿਹਾ ਕਿ ਸਾਰਾ ਹੀ ਇੱਕ ਇੱਕ ਬਚਪਨ ਤੋਂ ਜਿਹੜੇ ਮਾਹੌਲ ਚ ਰਹੇ ਬਿਲਕੁਲ ਹੀ ਇੱਕਦਮ ਚੇਂਜ ਸੋ ਆਬਵੀਅਸਲੀ ਉਹਦੇ ਚ ਐਡਜਸਟਮੈਂਟ ਉਹ ਸਾਰੀਆਂ ਜੀਜ਼ਾਂ ਯਾਦ ਤੁਸੀਂ ਜਦੋਂ ਨਵੇਂ ਘਰ ਗਏ ਬਈ ਕੀ ਕਿੱਦਾਂ ਤੁਸੀਂ ਆਪਣੇ ਆਪ ਨੂੰ ਚੇਂਜ ਕੀਤਾ ਜਾਂ ਢਾਲਿਆ ਸਾਰੀ ਚੀਜ਼ਾਂ ਜਿਵੇਂ ਥੋੜਾ ਟਾਈਮ ਲੱਗਦਾ ਕਿਉਂਕਿ ਬਿਲਕੁਲ ਹੀ ਡਿਫਰੈਂਟ ਚੀਜ਼ਾਂ ਸੀਗੀਆਂ ਕਲਚਰ ਐਂਡ 올 ఎవਰੀਥਿੰਗ ਹਣਾ ਸੋ ਮੈਨੂੰ ਕੁਝ ਚੀਜ਼ਾਂ ਬਹੁਤ ਨਵੀਆਂ ਦੇਖਣ ਨੂੰ ਮਿਲੀਆਂ ਕਿ ਇਦਾਂ ਵੀ ਹੁੰਦੀਆਂ ਨੇ ਸੋ ਉਹ ਚੀਜ਼ਾਂ ਵਿੱਚ ਢਲਣ ਚ ਥੋੜਾ ਟਾਈਮ ਤਾਂ ਜ਼ਰੂਰ ਲੱਗ ਨਵੀਆਂ ਗੱਲਾਂ ਦੇ ਵਿੱਚ ਅਸੀਂ ਵੀ ਇਹਨਾਂ ਦੇ ਘਰੇ ਹਮੇਸ਼ਾ ਕੜੀ ਦੇ ਨਾਲ ਔਰੇਲੇ ਬਣਦੇ ਹੁੰਦੇ ਸੀ ਕੜੀ ਦੇ ਨਾਲ ਕਰੇਲੇ ਹਾਂ ਤੇ ਜਦੋਂ ਮੈਂ ਆਪਣੇ ਸਹੁਰੇ ਦੇ ਘਰ ਗਈ ਤੇ ਕੜੀ ਦੇ ਨਾਲ ਕਰੇਲੇ ਨਹੀਂ ਪਿੰਡੀਆਂ ਬਣਦੀਆਂ ਸੀ ਸਭ ਤੋਂ ਵੱਡੀ ਚੀਜ਼ ਇਹਨੇ ਇਹ ਫੀਲ ਕੀਤੀ ਤੇ ਬੜੀ ਡਿਸਟਰਬ ਹੋਈ ਉਸ ਚੀਜ਼ ਨੂੰ ਲੈ ਕੇ ਨਾ ਮੇ ਲੋਕਾਂ ਨੂੰ ਪਿੰਡ ਦੇ ਦੇਖੋ ਐਗਜ਼ਾਮਪਲ ਦੇ ਰਹੇ ਨੇ ਮੈਮ ਕਿ ਹੁੰਦੀ ਹੈ ਜਿਹੜੀਆਂ ਚੀਜ਼ਾਂ ਜ਼ਿਆਦਾ ਡਿਸਟਰਬ ਕਰਦੀਆਂ ਜਿਵੇਂ ਹੁਣ ਤੂੰ ਕਿਹਾ ਨਾ ਕਿ ਰੋਜ਼ ਤੁਹਾਨੂੰ ਬੈੱਡ ਸ਼ੀਟ ਚੇਂਜ ਕਰਨ ਦੀ ਆਦਤ ਹੁੰਦੀ ਆ ਤੁਸੀਂ ਗਿੱਲਾ ਤੌਲੀਆ ਜਿਹੜਾ ਉਹ ਤੁਹਾਨੂੰ ਬੈੱਡ ਤੇ ਰੱਖਣ ਦੀ ਆਦਤ ਨਹੀਂ ਹੁੰਦੀ ਛੋਟੀਆਂ ਚੀਜ਼ਾਂ ਅਰੇ ਛੋਟੀਆਂ ਚੀਜ਼ਾਂ ਉਹ ਜ਼ਿਆਦਾ ਤੁਹਾਨੂੰ ਡਿਸਟਰਬ ਕਰਦੀ ਹੈ ਉੱਥੇ ਤਾਂ ਲੱਗਦਾ ਹੈ ਕਿਹੜਾ ਕਲਚਰ ਹੈਗਾ ਉੱਥੇ ਸਭ ਤੋਂ ਪਹਿਲਾਂ ਲੱਗਦਾ ਵੀ ਕਲਚਰ ਬਦਲ ਗਿਆ ਤੁਹਾਡਾ ਲਿਵਿੰਗ ਸਟਾਈਲ ਜਦੋਂ ਕਲਚਰ ਚੇਂਜ ਹੁੰਦਾ ਨਾ ਉਹ ਤੁਹਾਨੂੰ ਮੈਂਟਲੀ ਜ਼ਿਆਦਾ ਅਪਸੈਟ ਕਰਦਾ ਜੀ 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 ਤੁਹਾਡੇ ਤਾਂ ਨਾਲ ਖੇ ਤੁਸੀਂ ਇੱਥੇ ਕਿਚਨ ਗਾਰਡਨ ਕਿਚਨ ਗਾਰਡਨ ਵੀ ਆਪਣੇ ਹੀ ਆਰਗੈਨਿਕ ਸਬਜ਼ੀਆਂ ਲਗਾਉਂਦੇ ਅਸੀਂ ਖਾਂਦੇ ਗਵਾਂਢੀ ਨੇ ਕਿਉਂਕਿ ਸੰਤ ਖਾਣ ਦਾ ਮੌਕਾ ਨਹੀਂ ਮਿਲਦਾ ਘਰ ਵੀ ਤੁਸੀਂ ਟਰੈਵਲ ਦੀ ਰਹਿੰਦੇ ਹੋ ਜਾਂ ਇੱਧਰ ਉੱਧਰ ਬਤਾਉ ਹੋ ਗਏ ਉਹਨੇ ਪੱਟ ਲਿਓ ਖਲਾ ਬਣਾ ਲਿਓ ਨਾ ਹਾਂ ਜਦੋਂ ਘਰ ਹੋਈਦਾ ਉਦੋਂ ਜ਼ਰੂਰ ਸਾਡੇ ਛੋਟੇ ਛੋਟੇ ਖਰਗੋਸ਼ ਨਹੀਂ ਦੇਡੇ अच्छा okay. जी कुछ मतलब ਉਥੇ ਵੈਸੇ ਹੀ ਨੇਚਰਲੀ ਜਿਹੜੇ ਰਹਿੰਦੇ ਰਹਿੰਦੇ ਹੁੰਦੇ ਹੁਣ ਕਿਉਂਕਿ ਪਹਿਲਾਂ ਪੈਲੀਆਂ ਸੀਗੀਆਂ ਉਥੇ ਤੇ ਉਹ ਬਹੁਤ ਖਾਂਦੇ ਨੇ ਸਮਝੀਂ ਫਰੂਟ ਫਿਰ ਸਾਨੂੰ ਦਮ ਚਲੋ ਜਿਹੜਾ ਜੀ ਖਾ ਸਕਦਾ ਜਿਹਦੇ ਹਿੱਸੇ ਆ ਉਹ ਖਾਵੇ ਅੰਮ੍ਰitsar ਦੀ ਕੋਈ ਵਧੀਆ ਗੱਲ ਦੱਸਿਓ ਮੈਮ ਅੰਮ੍ਰਸਰ ਹੈ ਹੈ ਕੀ ਬਾਤ ਹੈ ਅੰਮ੍ਰਸਰ ਦਾ ਸਾਰਾ ਕੁਝ ਬੜਾ ਵਧੀਆ ਹੈ ਜਿਸ ਜਗ੍ਹਾ ਦੇ ਉੱਤੇ ਗੋਲਡਨ ਟੈਂਪਲ ਹੈ ਦਰਬਾਰ ਸਾਹਿਬ ਹੈ ਨਾ RAM TEER ਸਵਰਗੀ ਜਗ੍ਹਾ ਹੈ ਜਿੱਥੇ ਇੰਨੇ ਸੋਹਣੇ ਮੰਦਿਰ ਗੁਰਦੁਆਰੇ ਇੰਨਾ ਵਧੀਆ ਫੂਡ ਇੰਨੇ ਵਧੀਆ ਲੋਕ

ਤੇ ਇੱਦਾਂ ਤੇ ਵਧੀਆ ਹੈ ਘੈਂਟ ਵਾਲਾ ਫੂਡ ਖਾ ਸਕਦੇ ਹੋ ਨਾਲੇ ਕੁਆਲਟੀ ਵਾਲਾ ਨਾਲੇ ਵਧੀਆ ਸਾਰਾ ਕੁਝ ਨਾ ਬਿਲਕੁਲ ਘੈਂਟ ਵਾਲਾ ਡਿਫਰੈਂਟ ਤੁਸੀਂ ਲੁਧਿਆਣੇ ਤੋਂ ਮੈਮ ਜੀ ਮੈਂ ਲੁਧਿਆਣੇ ਦੀ ਕੋਈ ਖਾਸ ਗੱਲ ਲੁਧਿਆਣੇ ਤੋਂ ਸਾਰਾ ਕੁਝ ਹੀ ਖਾਸ ਹੈ ਆਈ ਲਵ ਮਾਈ ਹੋਮ ਟਾਊਨ ਤੇ ਮੈਨੂੰ ਨਾ ਇੱਕ ਸਪੈਸ਼ਲ ਚੀਜ਼ ਹੈ ਮੈਂ ਜਿਹੜੇ ਉਹ ਭਰੇ ਹੋਏ ਗੋਲ ਗੱਪੇ ਹੁੰਦੇ ਸੀਗੇ ਨਾ ਉਹ ਨਹੀਂ ਮੈਨੂੰ ਕਦੇ આજ ਤੱਕ ਕਿਤੇ ਵੀ ਮਿਲੇ ਮੈਂ ਸਾਰੇ ਸ਼ਹਿਰਾਂ 'ਇਂ ਜਾ ਕੇ ਟਰਾਈ ਕਰ ਲਿਆ ਉਹ ਖਾਣ ਮੈਨੂੰ ਲੁਧਿਆਣੇ ਹੀ ਜਾਣਾ ਪੈਂਦਾ ਸਪੈਸ਼ਲੀ ਉਹ ਜਿਹੜੇ ਹੁੰਦੇ ਨਾ ਕਿ ਗੋਲ ਗੱਪੇ ਦੇ ਵਿੱਚ ਪ੍ਰੋਪਰ ਭਰ ਕੇ ਉੱਪਰ ਇੰਨਾ ਵੱਡਾ ਉਹ ਬਣਾ ਦਿੰਦੇ ਆ ਅੱਜ ਕੱਲ ਤਾਂ ਤੰਦੂਰੀ ਸੌਸੇਜ਼ ਨੇ ਪੂਰੀ ਵਗੈਰਾ ਨੇ ਸੌਸੇਜ਼ ਵੀ ਪਾਉਂਦੇ ਆ ਤਾਂ ਮੈਨੂੰ ਉਹ ਚੀਜ਼ ਨਹੀਂ ਮਿਲੀ ਨਾ ਇੱਥੇ ਮੁਹਾਲੀ ਨਾ ਚੰਡੀਗੜ੍ਹ ਨਾ ਹੋਰ ਕਿਤੇ ਨਹੀਂ ਮਿਲੀ ਹਮਦਰ ਸ਼ਾਮ ਠੀਕ ਹੈ ਹਮੇਸ਼ਾ ਟਰਾਈ ਕਰੂੰਗੀ ਪਰ ਮੈਂ ਉੱਥੇ ਕਿੱਤਾ ਸੀਗਾ ਇੱਕ ਵਾਰ ਟਰਾਈ ਮੈਨੂੰ ਉੱਥੇ ਵੀ ਨਹੀਂ ਮਿਲੀ ਉਹ ਲੁਧਿਆਣੇ ਦੀ ਸਪੈਸ਼ਲਿਟੀ ਦੇਖੋ ਹਰ ਇੱਕ ਚੀਜ਼ ਦੀ ਇੱਕ ਜਗ੍ਹਾ ਹੁੰਦੀ ਨਾ ਖਾਸ ਸਪੈਸ਼ਲ ਕਿ ਇੱਥੋਂ ਹੀ ਵਧੀਆ ਮਿਲਣਾ ਹਾਂਜੀ ਹਾਂ ਗੋਰੇ ਵੀ ਜਿਹੜੇ ਅੰਬਰਸਰ ਵੀਡੀਓਜ਼ ਬਣਾਉਣਾ ਹੁੰਦੇ ਆ ਖਾਣ ਪੀਣ ਦੀ ਹਾਂ ਵਲੋਗਿੰਗ ਕਰਦੇ ਆ ਮੈਂ ਦੇਖਿਆ ਕੋਈ ਫੂਡ ਵਾਲੇ ਉਹ ਅੰਬਰਸਰ ਹੀ ਜਾਂਦੇ ਨੇ ਫੂਡ ਵਾਲੇ ਸਹੀ ਕਹਿੰਨਾ ਹੋਰ ਕੁਲਚੇ ਨੇ ਬੇਟਾ ਉਹ ਕੁਲਚੇ ਸਿਰਫ ਅੰਬਰਸਰ ਚ ਬਣਦੇ ਮੈਂ ਹੋਰ ਕਿਸੇ ਸ਼ਹਿਰ ਚ ਨਹੀਂ ਵੇਖਿਆ 47 ਤੋਂ ਪਹਿਲਾਂ ਬਣਦੇ ਸੀ ਉਹ ਛੋਲਿਆਂ ਦੀ ਦਾਲ ਤੇ ਸੌਫ ਉਹਨੂੰ ਪਾਣੀ ਦੇ ਵਿੱਚ 24 ਘੰਟੇ ਭਿਓ ਕੇ ਰੱਖਦੇ ਆ ਫਿਰ ਉਹਦੇ ਚ ਨੇ ਝਾਗ ਆ ਜਾਂਦੀ ਚਿੱਟੇ ਚਿੱਟੇ ਪਾਣੀ ਦੇ ਉੱਪਰ ਫਿਰ ਉਸ ਝਾਗ ਜਿਹੜੀ ਆ ਨਾ ਉਹਦੇ ਨਾਲ ਉਹ ਆਟਾ ਗੁੰਨਦੇ ਆ ਅੱਛਾ ਜੀ ਫਿਰ ਉਹ ਬੇਕ ਕਰਦੇ ਉਹ ਬੇਕਡ ਕੁਲਚੇ ਹੁੰਦੇ ਨੇ ਅੱਛਾ ਹਾਂ। ਔਰ ਦੋ ਦੋ ਤਿੰਨ ਤਿੰਨ ਦਿਨ ਖਰਾਬ ਨਹੀਂ ਹੁੰਦੇ। ਕਿੱਥੇ ਮਿਲਦੇ ਆ? ਹਾਂ ਅਮਰਸਰ ਚ ਕਾਫੀ ਥਾਂ ਮਤੈ ਨੇ। ਕੀ ਕੋਈ ਸਪੈਸੀਫਿਕ ਨਾਮ ਹੈ ਇਹਨਾਂ ਦਾ? ਹਾਂ ਬੇਕਡ ਕੁਲਚੇ ਹੈ ਬਿਲਕੁਲ। ਬੇਕਡ ਮੈਨੂੰ ਲੱਗਦਾ ਹਾਂ ਉਹ ਮੈਂ ਪਿੱਛੇ ਜੇ ਦੇਖਿਆ ਸੀ ਉਹ ਤੰਦੂਰ ਦੇ ਵਿੱਚ ਕੁਲਚੇ ਹੀ ਲਾਉਂਦੇ। ਹਾਂ ਔਰ ਜ਼ਮੀਨ 'ਚ ਤੰਦੂਰ ਹੁੰਦੇ ਉੱਪਰ ਨਹੀਂ ਹੁੰਦੇ। ਹਾਂ ਜੀ ਨਹੀਂ ਮੈਂ ਦੇਖਿਆ। نیچے ਬੈਠ ਕੇ ਇੰਦਾਂ ਕਰਕੇ ਲੱਗਦਾ। ਮੇਰੇ ਫਰੈਂਡ ਨੇ ਵੀਡੀਓ ਭਾਈ ਸੀ। ਹਾਂ। ਉਹ ਵਧੀਆ ਫਰੈਸ਼ ਹੁੰਦੇ ਨੇ ਨਾਲ ਇਹ ਜੀ। ਔਰ ਉਹਦੀ ਹੁਣ ਮੇਕਿੰਗ ਜਿਹੜੀ ਨਾ ਬਹੁਤ ਲਿਮਟਡ ਲੋਕਾਂ ਕੋ ਔਰ ਉਹ ਪੀਜਾ ਕੁਲਚਾ ਉਹਦੇ ਵਿੱਚ ਬਣਦਾ ਕਿ ਉਹਨੂੰ ਪੀਜਾ ਕੁਲਚਾ ਬੋਲਦੇ ਕਿ ਇੱਕ ਪਹਿਲਾਂ ਤੈ ਥੱਲੇ ਛੋਲਿਆਂ ਦੀ ਪਿਆਜ਼ ਚਟਣੀ ਪਾਉਂਦੇ ਉਹਦੇ ਉੱਤੇ ਫਿਰ ਕੁਲਚਾ ਐਡਾ ਕੋੰਦਾ ਪੂੜੀ ਜਿੱਡਾ ਉਹਨੂੰ ਰੱਖਦੇ ਆ ਫਿਰ ਉਹਦੇ ਉੱਤੇ ਛੋਲੇ ਫਿਰ ਪਿਆਜ਼ ਫਿਰ ਹਰੀ ਮਿਰਚ ਫਿਰ ਚਟਣੀ ਫਿਰ ਨੀਕਾਨੀ ਕਾ ਔਰ ਜਿਹੜਾ ਆਂਬੂ ਦਾਣਾ ਕੱਚਾ ਉਹਦੇ ਨੇ ਕਿਤੇ ਕਿਟੂਕੜੇ ਕੱਟ ਕੇ ਉਹ ਵੀ ਉਹਦੇ ਵਿੱਚ ਆਏ ਹਾਏ 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 ਹੈ ਤਾਂ ਥੋੜੀ ਜੀ ਹੋਰ ਖੱਟੀ ਚਟਣੀ ਉਹਦੇ ਤੇ ਪਾਉਂਦੇ ਤਾਂ ਫਿਰ ਨਾ ਉਹਨੂੰ ਤੁਸੀਂ ਚਿਮਚੇ ਨਾਲ ਐਂਜ ਕਰਕੇ ਕੱਟ ਕੇ ਨਾ ਫਿਰ ਉਸ ਚਿਮਚੇ ਨਾਲ ਖਾਂਦੇ ਆਹ ਇੰਝ ਪਾਣੀ ਆ ਗਿਆ ਠੰਡੇ ਪਾਣੀ ਹਾਂ ਜੀ ਲਾ ਹੋ ਰਹੀ ਹੈ ਸੈਟ ਤੇ ਕੋਈ ਤੁਹਾਡਾ ਸਪੈਸ਼ਲ ਕੁਝ ਖਾਣਾ ਪੀਣਾ ਹੁੰਦਾ ਜਦਾਂ ਯਾ ਫਿਲਮ ਦੇ ਸੈਟ ਤੇ ਗੱਲ ਕਰਾਂ ਹਾਂ ਹਾਂ ਹਮੇਸ਼ਾ ਹੀ ਹੁੰਦਾ ਕਿਉਂਕਿ ਸਾਰੇ ਜਿੰਨੇ ਵੀ ਕਲਾਕਾਰ ਆ ਇਸ ਫਿਲਮ ਦਾ ਹਿੱਸਾ ਨੇ ਸਾਰੇ ਖਾਣ ਪੀਣ ਦੇ ਬੜੇ ਸ਼ੌਕੀਨ ਨੇ ਪੰਜਾਬੀ ਵੈਸੇ ਵੀ ਬੜੇ ਸ਼ੌਕੀਨ ਨੇ ਜੀ ਜੀ ਪਰ ਤੁਸੀਂ ਜੇ ਡਾਈਟ ਕਰਦੇ ਹੋਗੇ ਥੋੜਾ ਬਦਵੀਂ ਆ ਉਦੋਂ ਉਦੋਂ ਸੱਚੀ ਮੈਂ ਡਾਈਟ ਕਰਦੀ ਸੀ ਪਰ ਹੁਣ ਮੈਂ ਸਭ ਕੁਝ ਖਾਂਦੀ ਆ ਉਦੋਂ ਤਾਂ ਮੈਂ even ਕਿ ਰੋਟੀ ਵੀ ਛੱਡੀ ਹੋਈ ਸੀ ਸੈਟ ਤੇ ਮੈਂ ਇੱਕ ਮਹੀਨਾ ਪੂਰਾ ਉੱਤੇ ਨਹੀਂ ਖਾਦੀ ਆਪਣਾ ਡਾਈਟ ਵਾਲਾ ਫੂਡ ਖਾਂਦੀ ਸੀ ਯਾ ਮੈਂ ਜਿਹੜੀ ਜਸੈਟ ਥੀਏਟਰ ਤੋਂ ਤੁਸੀਂ ਜੀ ਜੀ ਕਿਹੜੇ ਟਾਈਮ ਦੇ ਥੀਏਟਰ ਕਰਦੇ ਹੋ ਤੁਸੀਂ ਮੈਂ 92 ਚੋਂ ਕੀਤਾ ਸੀ ਜੀ 92 ਚ ਹਾਂ ਕੋਣ ਮੈ ਸਮਝ ਨਹੀਂ ਆ ਪਰ ਕੋਣ ਕੋਣ ਸੀ ਨਾ ਆਖਰੀ ਸਾਲ ਸੀਗਾ ਅੱਛਾ ਜੀ ਮੇਰੇ ਗ੍ਰੈਜੂਏਸ਼ਨ ਦਾ ਆਖਰੀ ਸਾਲ ਸੀ ਮੈਂ ਕੋਈ ਇੱਕ ਲੈਸਨ ਦੇ ਦੋ ਮਨੋ ਵੀ ਜਾਂ ਜਿਹੜੀ ਆਡੀਸ ਸਿੱਖਦੀ ਕੋਈ ਇੱਕ ਲੈਸਨ ਐਕਟਿੰਗ ਦਾ ਬਈ ਜਿਹੜਾ ਜ਼ਿੰਦਗੀ ਭਰ ਸਾਨੂੰ ਆ ਰਵੇ ਵੀ ਆ ਮੈਂ ਮੈਮ ਦੱਸ ਕੇ ਗਏ ਸੀ ਕੀ ਮੇਨ ਚੀਜ਼ ਆ ਐਕਟਿੰਗ ਦੀ ਮੈਨੂੰ ਤਾਂ ਸਿਰਫ ਇਹੀ ਲੱਗਦਾ ਹੁੰਦਾ ਕਿ ਕਦੇ ਵੀ ਦਿਮਾਗ 'ਚ ਨਹੀਂ ਸੋਚਣਾ ਕਿ ਐਕਟਿੰਗ ਕਰਨੀ ਐਕਟਿੰਗ ਕਰਨੀ ਐ ਕਦੇ ਨਹੀਂ ਇਹ ਸੋਚਣਾ ਕਰੈਕਟਰ ਦੀ ਡਿਮਾਂਡ ਕੀ ਆ ਉਹ ਸੋਚੋ ਕਿ ਕਰੈਕਟਰ ਹੈ ਤਾਂ ਕਿਤ ਤਰ੍ਹਾਂ ਬੈਠਦਾ ਹੋਊਗਾ ਕਿਤ ਤਰ੍ਹਾਂ ਗੱਲਬਾਤ ਕਰਦਾ ਹੋਊਗਾ ਇਹਦਾ ਕੀ ਖਾਸ ਕੋਈ ਜੈਸਚਰ ਕੀ ਹੋਏਗਾ ਉਹਨੂੰ ਕੋਸ਼ਿਸ਼ ਕਰੋ ਥੋੜਾ ਜਿਹਾ ਅਡਾਪਟ ਕਰਨ ਦੀ ਕਰਕੇ ਤੇ ਜਿਵੇਂ ਆਪਾਂ ਕਿਸੇ ਦੀ ਸਾੰਗ ਨਹੀਂ ਲਾਉਂਦੇ ਜਾਂ ਆਪਾਂ ਕਹਿੰਨੇ ਆਹ ਗੱਲ ਨਾ ਫਲਾਣੇ ਨੂੰ ਜਾ ਕੇ ਕਹਿ ਦੋਈਂ ਤੇ ਜਦੋਂ ਆਪਾਂ ਸਾਰੇ ਜਣੇ ਐਕਟਿੰਗ ਕਰਦੇ ਆਂ ਜਿਵੇਂ ਤਨੂ ਕੋਈ ਸੁਨਾਹ ਦਿੱਤਾ ਵੀ ਆ ਜਾ ਕੇ ਨਾ ਤਨਵੀਰ ਨੂੰ ਕਹਿ ਦੇ ਤੇ ਤੂੰ ਕਹਿਣਾ ਵਾ ਨਾ ਜਾ ਕੇ ਵੀ ਮੈਡਮ ਨੇ ਇੰਜ ਕਿਹਾ ਵਾ ਮੈਡਮ ਨੇ ਇੰਜ ਕਿਹਾ ਇਹ ਸ਼ਬਦ ਕੱਟ ਦੋ ਅਗਲਾ ਜੋ ਹੈਗਾ ਉਹ ਐਕਟਿੰਗ ਹੀ ਆ ਜੀ 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 ਬਿਲਕੁਲ ਕੀ ਬਾਤ ਹੈ ਹੈਨਾ ਮੈਡਮ ਨੇ ਇਦਾਂ ਵੀ ਨੈਚਰਲ ਰਹਿਣ ਦੀ ਕੋਸ਼ਿਸ਼ ਕਰੋ ਜਿੰਨਾ ਨੈਚਰਲ ਰਹਿ ਸਕਦੇ ਹੋ ਫਿਲਮ ਦੇ ਲਈ ਫਿਲਮ ਦਾ ਜਿਹੜਾ ਮੀਡੀਅਮ ਆ ਮੈਨੂੰ ਲੱਗਦਾ ਐ ਐਕਸਪ੍ਰੈਸ਼ਨਸ ਦਾ ਮੀਡੀਅਮ ਆ ਫੇਸ ਦੇ ਐਕਸਪ੍ਰੈਸ਼ਨਸ ਉਹਦੇ ਥਰੂ ਤੁਸੀਂ ਗੱਲ ਕਰਦੇ ਹੋ ਬਹੁਤ ਚੀਜ਼ਾਂ ਫਿਲਮ ਦੇ ਵਿੱਚ ਤੁਹਾਨੂੰ ਸ਼ਬਦਾਂ ਦੇ ਰਾਹੀਂ ਕਹਿਣ ਦੀ ਲੋੜ ਨਹੀਂ ਹੁੰਦੀ ਜੇ ਤੂੰ ਫਿਲਮ ਵਾਲੀ ਦੇਖੀ ਹੁੰਦੀ ਨਾ ਫਰਸਟ ਪਾਰਟ ਇਹਦਾ ਨੀ ਮੈਂ ਸੱਸ ਕੁੱਟਣ ਦਾ ਤੂੰ ਦੇਖਦਾ ਉਸ ਚੀਜ਼ ਨੂੰ ਮੈਂ ਕਾਫੀ ਜ਼ਿਆਦਾ ਮਤਲਬ ਆਪਣੇ ਉਸ ਸਿਨੇਮੇ ਦੇ ਵਿੱਚ ਸ਼ਾਮਲ ਕੀਤਾ ਕਿ ਜਿੱਥੇ ਬਹੁਤ ਚੀਜ਼ਾਂ ਤੁਹਾਨੂੰ ਨਾ ਅੱਖਾਂ ਦੇ ਰਾਹੀਂ ਕਹਿਣ ਦੀ ਇੱਕ ਕਲਾ ਜਿਹੜੀ ਹੁੰਦੀ ਹੈ ਉਹਦੀ ਪੇਸ਼ਕਾਰੀ ਹੁੰਦੀ ਆ ਬਹੁਤ ਚੀਜ਼ਾਂ ਖੰਗੂਰੇ ਦੇ ਨਾਲ ਹੀ ਕੀਤੀਆਂ ਜਾ ਸਕਦੀਆਂ ਬਹੁਤ ਇੱਕ ਸਿੰਪਲ ਜੀ ਲੁੱਕ ਦੇ ਨਾਲ ਕੀਤੀਆਂ ਜਾ ਸਕਦੀਆਂ ਬਹੁਤ ਚੀਜ਼ਾਂ ਤੁਸੀਂ ਸਿਰਫ ਬਾਡੀ ਮੂਵਮੈਂਟ ਨਾਲ ਹੀ ਕਰ ਸਕਦੇ ਹੋ ਉਹ ਐਕਸਪੈਰੀਮੈਂਟ ਕੀਤੇ ਨੇ ਉਸ ਫਿਲਮ ਚ ਮੈਂ ਜੀ 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 ਇਹ ਚੀਜ਼ਾ ਮੈਨੂੰ ਪਤਾ ਮੈਂ ਕਿਹਾ ਮੈਂ ਉਹੀ ਪੌਡਕਾਸਟ ਸਟਾਰਟਿੰਗ ਗਿਆ ਮੈਂ ਮੈਮ ਮੈਮ ਤੱਕ ਪਛਾਣ ਲੈਣ ਵੀ ਕੋਣ ਕਿਦਾਂ ਕਿਉਂਕਿ ਮੈਨੂੰ ਲੱਗਦਾ ਜਿਨ੍ਹਾਂ ਨੇ ਬਹੁਤ ਕਿਰਦਾਰ ਨਿਭਾ ਲਏ ਨਾ ਜ਼ਿੰਦਗੀ ਚ ਸਾਰਾ ਕੁਝ ਦੇਖ ਲਿਆ ਉਹ ਬੰਦੇ ਦਾ ਹੱਥ ਪੈਰ ਮੂਵਮੈਂਟ ਉੱਤੇ ਜਜ ਕਰ ਲੈਂਦੇ ਵੀ ਇਹ ਕੌਣ ਆ ਕਿੱਥੇ ਕਿਵੇਂ ਆ ਕਿਉਂਕਿ ਬੇਸਿਕਲੀ ਇਹ ਜ਼ਰੂਰੀ ਨਹੀਂ ਕਿ ਜਿਹੜੇ ਥੀਏਟਰ ਦੇ ਆਰਟਿਸਟ ਹੋਹੀ ਅੱਛੇ ਕੰਮ ਕਰਦੇ ਨੇ ਕਿਉਂਕਿ ਇੱਕ ਬਰੀਕ ਲਾਈਨ ਹੁੰਦੀ ਆ ਥੀਏਟਰ ਐਂਡ ਫਿਲਮ ਦੇ ਦਰਮਿਆਨ ਇੱਕ ਬਰੀਕ ਲਾਈਨ ਹੁੰਦੀ ਆ ਉਸ ਲਾਈਨ ਦੇ ਵਿੱਚ ਨਾ ਥੀਏਟਰ ਤੋਂ ਇਧਰਲੇ ਪਾਸੇ ਆਉਣਾ ਜਿਹੜਾ ਨਾ ਉਹ ਐਕਸਪ੍ਰੈਸ਼ਨਸ ਦਾ ਵਰਕ ਆ ਜਿਹੜਾ ਥੀਏਟਰ ਹੈਗਾ ਨਾਟਕ ਆ ਉਹ ਤੁਸੀਂ ਸ਼ਬਦਾਂ ਦੇ ਰਾਹੀਂ ਐਕਸਪ੍ਰੈਸ਼ਨ ਦੇਣਾ ਸਿਰਫ ਚਿਹਰੇ ਤੇ ਆਵੇ ਨਾ ਆਵੇ ਕਿਉਂਕਿ ਦਰਸ਼ਕ ਦੜ ਤੋਂ ਏਡੀ ਦੂਰ ਬੈਠਾ ਹੋਣਾ ਹੈ ਨਾ ਤਾਂ ਉਹ ਲਾਊਡ ਕਰਨਾ ਪੈਣਾ ਤੁਹਾਨੂੰ ਹੁਣ ਤੁਸੀਂ ਡਗੋਰ ਚ ਇੱਥੇ ਥੀਏਟਰ ਦੇਖ ਰਹੇ ਹੋ ਜੋ 16 ਚ ਦੇਖ ਰਹੇ ਹੋ ਤੇ ਲਾਸਟ ਸੀਟਾਂ ਜਿਹੜੀਆਂ ਦੋ ਨੇ ਉੱਥੇ ਬੈਠੇ ਹੋਏ ਜਿਹੜੇ ਦਰਸ਼ਕ ਨੇ ਉਹ ਤੁਹਾਡੀ ਆਵਾਜ਼ ਤੋਂ ਹੀ ਪਤਾ ਲੱਗੇਗਾ ਨਾ ਉਹਨੂੰ ਵੀ ਗੁੱਸੇ ਚ ਬੋਲਿਆ ਜਾ ਰਿਹਾ ਪਿਆਰ ਚ ਬੋਲਿਆ ਜਾ ਰਿਹਾ ਤਾਂ ਉਹ ਸਾਰੇ ਦਾ ਸਾਰਾ ਐਕਸਪ੍ਰੈਸ਼ਨ ਸਾਨੂੰ ਆਵਾਜ਼ ਚ ਦੇਣਾ ਪੈਂਦਾ ਰੇਡੀਓ ਵੀ ਇੰਜ ਹੀ ਸਾਰੇ ਸਾਰਾ ਐਕਸਪ੍ਰੈਸ਼ਨ ਜਿਹੜਾ ਉਹ ਆਵਾਜ਼ ਦੇ ਰਿਹਾ ਹੈ ਆਵਾਜ਼ ਹੁੰਦਾ ਹੈ ਜੀ ਬਟ ਫਿਲਮ ਜਿਹੜੀ ਹੈ ਨਾ ਉਹਦੇ ਨਾਲੋਂ ਟੋਟਲ ਡਿਫਰੈਂਟ ਹੈ ਤੇ ਸਾਡੇ ਬਹੁਤੇ ਆਰਟਿਸਟ ਜਿਹੜੇ ਥੀਏਟਰ ਤੋਂ ਆਉਂਦੇ ਨੇ ਉਹ ਉਸੇ ਚੀਜ਼ ਨੂੰ ਲੈ ਕੇ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਜਾਂ ਤਾਂ ਕੋਈ ਸਿਖਾਉਂਦਾ ਨਹੀਂ ਜਾਂ ਉਹ ਕੋਸ਼ਿਸ਼ ਨਹੀਂ ਕਰਦੇ ਜਾਂ ਉਹਨਾਂ ਨੂੰ ਲੱਗਦਾ ਕਿ ਜੋ ਐਕਟਿੰਗ ਸੈਂਟਰ 'ਚ ਕਰ ਰਹੇ ਉਹ ਹੀ ਇੱਥੇ ਕਰਨੀ ਹੈ। ਉਹ ਐਕਸਪ੍ਰੈਸ਼ਨ ਜਿਹੜਾ ਉਹ ਆਵਾਜ਼ ਦੇ ਥਰੂ ਦਿੰਦੇ ਤੇ ਚਿਹਰਾ ਸਪਾਰਟ ਹੁੰਦਾ। ਪਰ ਇਹ ਤਾਂ ਉਹ ਮੀਡੀਅਮ ਹੈ ਨਾ ਜਿੱਥੇ ਨਾਂ ਵੀ ਕੁਝ ਬੋਲੋ ਤੇ ਬਸ ਚਿਹਰਾ ਹੀ ਬੋਲੇ। ਵਾਹ ਵਾਹ ਬਹੁਤ ਖੂਬਸੂਰਤ ਬਿਲਕੁਲ। ਕਿਉਂਕਿ ਅਸੀਂ ਐਕਟਿੰਗ ਕਿਰਦਾਰ ਕਰਦੇ ਦੇਖਦੇ ਆ ਫਿਲਮਾਂ 'ਚ। ਵੀ ਉਹ ਪਤਾ ਲੱਗਦਾ ਵੀ ਐਨਾ ਨੈਚੁਰਲ ਕੋਈ ਡਾਇਲੋਗ ਚੱਲਦਾ ਹੋਵੇ ਹੱਥਾਂ ਦੀ ਮੂਵਮੈਂਟ ਕੋਈ ਐਂ ਕਰਦਾ ਕਰੀ ਜਾ ਰਿਹਾ ਨਾ ਕੋਈ ਗੈਸਚਰਸ ਉਹਦਾ ਤਾਂ ਪਤਾ ਲੱਗਦਾ ਯਾਰ ਐਨਿਕ ਨੈਚੁਰਲ ਹੋ ਚੁੱਕੇ ਨੇ ਵੀ ਅੱਛਾ ਮੈਂ ਤੁਹਾਡੇ ਕੋਲ ਜਿਵੇਂ ਸਕ੍ਰਿਪਟ ਆਈ ਜੀ ਵੀ ਪੜ੍ਹੀ ਹੋਈ ਆ ਇਧਰੋਂ ਮੈਂ ਗਈ ਇਧਰ ਮੈਂ ਡਾਇਲੋਗ ਬੋਲਣਾ ਵਾ ਫਿਰ ਕਿੱਦਾਂ ਉਹਨੂੰ ਆਪਣੇ ਵਿੱਚ ਢਾਲ ਲੈਣੇ ਵੀ ਮੈਂ ਹੈਗੀਆਂ ਤਨਵੀ ਮੇਰਾ ਇਹ ਕਿਰਦਾਰ ਆ ਸਿਚੁਏਸ਼ਨ ਇਹ ਆ ਕਿ ਮੈਂ ਵਕੀਲ ਆ ਹਾਂ ਤੇ ਹੁਣ ਮੈਂ ਇਨੋਸੈਂਟ ਆ ਫਿਰ ਮੈਂ ਸਵਿਚ ਕਰਨਾ ਇਹੀ ਸੀਗਾ ਮੈਨੂੰ ਲੱਗਦਾ ਬਿਲਕੁਲ ਐਦਾਂ ਹੀ ਹੁੰਦਾ ਐਕਚੁਅਲੀ ਇੱਕ ਐਕਟਰ ਲਈ ਨਾ ਸਵਿਚ ਆਨ ਐਂਡ ਆਫ ਵਾਲੀ ਜਿਹੜੀ ਉਹ ਚੀਜ਼ ਹੈ ਨਾ ਬਹੁਤ ਬਟਨ ਵਰਗ ਹੋ ਰਹੀ ਹੈ ਜਦੋਂ ਆਏ ਗਰਮੀ ਚੋਂ ਬੈਠੇ ਹਾਂ ਠੀਕ ਆ ਮਨ ਆਪਾਂ ਠੀਕ ਆ ਫਿਰ ਕੈਮਰਾ ਉਹ ਹੈ ਚਲੋ ਕਿਉਂਕਿ ਬਿਊਟੀ ਆਪਣੀ ਹੈ ਮੈਨੂੰ ਆਈ ਗੈਸ ਕੈਮਰਾ ਹੀ ਜ਼ਿਆਦਾ ਕੁਝ ਦੇ ਰਿਹਾ ਕੈਮਰਲ ਹੀ ਹੈਗੇ ਆਪਾਂ ਬਿਲਕੁਲ ਤੁਹਾਨੂੰ ਲੱਗਦਾ ਤਾਂ ਮੇਰਾ ਤਾਂ ਐਦਾਂ ਹੁੰਦਾ ਸੀਗਾ ਮੋਰਓਵਰ ਸਾਰੇ ਐਕਟਰਸ ਦਾ ਐਦਾਂ ਹੀ ਹੁੰਦਾ ਆਈ ਗੈਸ ਜਿਵੇਂ ਆਪਾਂ ਘਰ ਤੋਂ ਨਿਕਲੇ ਆ ਰੈਡੀ ਹੋਏ ਆ ਕਾਰ 'ਚ बस ओदो तो होली होली फील्स ਆਪਾਂ ਆਣਾ ਸ਼ੁਰੂ ਹੋ ਗਏ ਐਂਡ ਮੋਰਓਵਰ ਜਿਸ ਟਾਈਮ ਆਪਾਂ ਵੈਨਿਟੀ ਚ ਐਂਟਰ ਹੋਏ ਨਾ ਉਦੋਂ ਐਕਚੁਅਲ ਜਿਸ ਵਿੱਚ ਆਨ ਹੁੰਦਾ ਆਪਣਾ ਜਦੋਂ ਆਪਾਂ ਸ਼ੀਸ਼ੇ ਦੇ ਸਾਹਮਣੇ ਬੈਠ ਗਏ ਆ ਰੈਡੀ ਹੋਣ ਦੀ ਉਦੋਂ ਫਿਰ ਸਕ੍ਰਿਪਟ ਵੀ ਆਉਂਦੀ ਐ ਸਾਹਮਣੇ ਤੇ ਬਸ ਫਿਰ ਉਦੋਂ ਸਾਰਾ ਕੰਮ ਸ਼ੁਰੂ ਹੋ ਜਾਂਦਾ ਕਿ ਯੈਸ ਦਿਸ ਇਜ਼ ਮਾਈ ਕੈਰੈਕਟਰ ਗੁਰਬਾਣੀ ਕੌਰ ਦਾ ਕੈਰੈਕਟਰ ਹੈ ਸੋ ਹੁਣ ਮੈਂ ਤਨਵੀਨੀ ਗੁਰਬਾਣੀ ਆ ਯਾ ਜੀ 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 ਠੀਕ ਹੈ ਠੀਕ ਹੈ ਤੇ ਦੂਜਾ ਮੈਂ ਤੁਹਾਡੇ ਆਲੇ ਦੁਆਲੇ ਸਾਰੇ ਸੀਨੀਅਰ ਐਕਟਰਸ ਦੇ ਜਿਹੜੇ ਕਿੰਨੀਆਂ ਹੀ ਫਿਲਮਾਂ ਕਰ ਚੁੱਕੇ ਆ ਮੈਨੂੰ ਲੱਗਦਾ ਉਹ ਤਾਂ ਸਕ੍ਰਿਪਟ ਸਾਹਮਣੇ ਕਹਿੰਦੇ ਬੋਲੀ ਡਾਇਲੋਗ ਇਧਰੋਂ ਅੱਛਾ ਹੁੰਦਾ ਮੈਨੂੰ ਲੱਗਦਾ ਮੈਂ ਨਿਲਮਲੈਸ਼ੀ ਮੈਮ ਨੂੰ ਐਕਟ ਪਰਫਾਰਮ ਕਰਦੇ ਦੇਖਿਆ ਸੀ ਇਹ ਕੋਈ ਫਿਲਮ ਕੀਤੀ ਸੀ ਹੋ ਰਿਲੀਜ਼ ਨਹੀਂ ਹੋਈ ਮੈਨੂੰ ਲੱਗਦਾ ਉਹ ਤਾਂ ਨਾ ਉਹਨਾਂ ਜੀਗਾਂ ਉਹ ਮੈਂ ਮੈਂ ਇੱਦਾਂ ਸੀ ਉਹ ਕੋਲੇ ਬੈਠੇ ਅਮਨ ਭੜੀ ਡਾਇਲੋਗ ਮੈਂ ਪੜੀ ਗਿਆ ਮੈਮ ਇਹ ਤੋ ਅੱਛਾ ਮੈਂ ਆ ਬੋਲਾਂ ਹਾਂ ਕੇ ਬੋਲ ਕੇ ਮੈਂ ਕਿਹਾ ਅੱਧੇ ਟ੍ਰੇਨਡ ਹੋ ਚੁੱਕੇ ਆ ਉਹਨਾਂ ਨੂੰ ਲੋੜ ਨਹੀਂ ਹੈਗੀ ਸਕ੍ਰਿਪਟ ਬਦਲ ਦੀ ਤੁਸੀਂ ਪੜ੍ਹ ਦਿਓ ਤਾਂ ਸਕ੍ਰਿਪਟ ਮੈਮ ਪੂਰੀ ਕਿ ਤੁਹਾਨੂੰ ਬਸ ਸਿਚੁਏਸ਼ਨ ਪਤਾ ਲੱਗ ਗਈ ਨਹੀਂ ਨਹੀਂ ਮੈਂ ਪੜ੍ਹਦੀ ਆ ਚਲੋ ਉਹ ਪਾਪਾ ਰਹਿਣਾਵਾ ਡਾਇਲੌਗਸ ਚ ਪਰ ਇਧਰ ਉਧਰ ਤਾਂ ਹੋ ਹੀ ਜਾਂਦਾ ਥੋੜਾ ਪਾਪਾ ਆਪਣਾ ਸਟਾਈਲ ਇੰਪਰੋਵਾਈਜ਼ੇਸ਼ਨ ਕਮੇਡ ਇੰਡੀਆ ਤਾਂ ਲੱਗ ਹੀ ਜਾਂਦੀ ਹੈ ਬਹੁਤ ਜੀਸੀ ਹੈ ਉਹ ਬਿਲਕੁਲ ਕੋਸ਼ਿਸ਼ ਤੇ ਕਰੀ ਦੀ ਹੈ ਕਿ ਸਕ੍ਰਿਪਟ ਦੇ ਵਿੱਚ ਹੀ ਰਹੀ ਹੈ ਪਰ ਕਈ ਵਾਰੀ ਹੁੰਦਾ ਕਿ ਜਦੋਂ ਤੁਸੀਂ ਡਾਇਲੌਗ ਬੋਲ ਰਹੇ ਹੋ ਤਾਂ ਕਰਦਿਆ ਕਰਦਿਆ ਤੁਸੀਂ ਕਿਉਂਕਿ ਉਸ ਕੈਕਟਰੈਕਸ ਚੋਂ ਹੁੰਦੇ ਹੋ ਤਾਂ ਇੱਕਦਮ ਤੁਹਾਨੂੰ ਕੋਈ ਚੀਜ਼ ਐਡ ਆਨ ਕਰਨ ਲਈ ਤੁਹਾਡੇ ਮੂਹ ਨਿਕਲ ਜਾਂਦੀ ਤੇ ਮੈਂ ਬੋਲ ਦਿੰਨੀ ਜੇ ਡਾਕਟਰ ਨੂੰ ਅੱਛਾ ਲੱਗੇਗਾ ਉਹ ਰੱਖ ਲੇਗਾ ਨਹੀਂ ਲੱਗੇਗਾ ਐਡਿਟ ਕਰ ਐਂਡ ਮੋਰਓਵਰ ਇੰਪਰੋਵਾਈਜ਼ੇਸ਼ਨ ਤਾਂ ਹੁੰਦੀ ਹੀ ਹੈ ਇੰਪਰੋਵਾਈਜ਼ ਹੁੰਦਾ ਹੀ ਹੈ ਸ ਜਿਹੜੇ ਮੇਰੇ ਨਾਲ ਦੇ ਨੇ ਮਤਲਬ ਪਰਫੈਕਟ ਨੇ ਆਪਣੇ ਲੈਜੈਂਡਸ ਐ ਪੰਜਾਬ ਦੇ ਸੋ ਮੈਨੂੰ ਤਾਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੁਣ ਮੈਮ ਨਾਲ ਮੈਂ ਡੇਲੀ ਇੰਟਰਵਿਊਜ਼ ਵੀ ਕਰ ਰਹੀ ਆ ਤਾਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਮੈਮ ਮੇਰੇ ਵਰਗੇ ਨਾਇਕ ਨੂੰ ਤੁਸੀਂ ਇੱਕ ਸੁਝਾਅ ਦਿਓ ਵੀ ਸਿਨੇਮਾ ਨੂੰ ਬਚਾਉਣ ਦੀ ਲੋੜ ਐ ਵੈਸੇ ਮਤਲਬ ਬਚਾਉਣ ਦੀ ਅੱਧਾ ਕੀ ਜਾਣਾ ਚਾਹੀਦਾ ਥੀਟਰਾਂ ਚ ਮੈਂ ਬਲੀਵ ਕਰਦਾ ਕਿਉਂਕਿ ਜੇ ਫਿਲਮਾਂ ਨਹੀਂ ਚੱਲਣਗੀਆਂ ਸਾਡਾ ਜਿਹੜਾ ਕਾਰੋਬਾਰ ਚੱਲਦਾ ਸਾਰਿਆਂ ਨੂੰ ਇਫੈਕਟ ਪੈਂਦਾ ਟੈਕਸ ਤੋਂ ਲੈ ਕੇ ਬਿਜ਼ਨਸ ਤੋਂ ਲੈ ਕੇ ਐਂਟਰਟੇਨਮੈਂਟ ਫੀਲਡ ਅਗਰ ਪੰਜਾਬ ਦੀ ਡਾਊਨ ਜਾਂਦੀ ਆ ਐਨਾ ਸੋਚੋ ਅਸੀਂ ਘਰੇ ਬੈਠੇ ਅਸੀਂ ਜੌਬ ਕਰਦੇ ਆ ਵੀ ਸਾਡੀ ਤਾਂ ਜੌਬ ਚੱਲੀ ਨਹੀਂ ਸਾਰਿਆਂ ਨੂੰ ਇਫੈਕਟ ਕਰਦਾ ਕਿਉਂਕਿ ਐਂਟਰਟੇਨਮੈਂਟ ਜਿਹੜਾ ਟੈਕਸ ਭਰ ਦਿਆ ਗਾਣੇ ਅੱਡੇ ਵੱਡੇ ਵੱਡੇ ਆਪਣੇ ਜਾਂਦੇ ਆ ਫਿਲਮਾਂ ਕਰੋੜਾਂ ਚ ਜਾਂਦੀਆਂ ਤਾਂ ਸਰਕਾਰ ਨੂੰ ਟੈਕਸ ਵੀ ਉੱਨਾ ਜਾਂਦਾ ਵਾ ਤਾਂ ਮੈਂ ਸਮਝਦਾ ਹਾਂ ਉਹ ਨਹੀਂ ਮੈਂ ਛੋਟੀ ਲੈਵਲ ਤੇ ਹੈਗਾ ਪਰ ਕਿੱਦਾਂ ਬਚਾਇਆ ਜਾ ਸਕਦਾ ਵੀ ਸਾਨੂੰ ਕੀ ਸੁਝਾਵਾ ਵੀ ਸੀ ਸਿਨੇਮਾ ਚ ਜਾਈਏ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਰਾਈਟਰਸ ਦੀ ਜ਼ਿੰਮੇਵਾਰੀ ਹੈ ਕਿ ਬੜੇ ਅੱਛੇ ਕੰਟੈਂਟ ਹੋਣ ਅਤੇ ਬੜੀ ਕ੍ਰਿਸਪੀ ਸਟੋਰੀਜ਼ ਜਿਹੜੀਆਂ ਨੇ ਪੰਜਾਬੀਆਂ ਦੇ ਮੂਡ ਦੇ ਅਕੋਰਡਿੰਗ ਨੇ ਜਿਹੜੀਆਂ ਫੈਮਿਲੀ ਸਟੋਰੀਜ਼ ਜਿਹੜੀਆਂ ਉਹ ਲੈ ਕੇ ਆਉਣ ਠੀਕ ਹੈ ਜੀ ਪ੍ਰੋਡਿਊਸਰ ਉਹਨੀਆਂ ਹੀ ਅੱਛੀਆਂ ਫਿਲਮਾਂ ਬਣਾਉਣ ਦੂਸਰੇ ਨੰਬਰ ਤੇ ਕਿ ਫਿਲਮਾਂ ਦੇ ਬਜਟ ਥੋੜੇ ਘੱਟ ਹੋਣ ਫਿਲਮਾਂ ਦੇ ਬਜਟ ਇੰਨੇ ਜ਼ਿਆਦਾ ਕਈ ਵਾਰੀ ਹੋ ਜਾਂਦੇ ਆ ਕਿ ਉਹਨੇ ਪੈਸੇ ਵੀ ਵਸੂਲ ਨਹੀਂ ਹੁੰਦੇ ਤਾਂ ਫਿਰ ਸਾਨੂੰ ਟੱਪਾ ਲੱਗ ਜਾਂਦਾ ਕਿ ਫਿਲਮ ਚੱਲੀ ਨਹੀਂ ਬਹੁਤ ਮੈਨੂੰ ਲੱਗਦਾ ਕਿ 50% ਤੇ ਨੀਚੇ ਹੋਣੇ ਚਾਹੀਦੇ ਆ ਬਜਟ ਤੇ ਉਸ ਤੋਂ ਬਾਅਦ ਫਿਰ ਇਹ ਹੈਗਾ ਕਿ ਜਿਹੜੇ ਸਰਕਾਰ ਆ ਉਹ ਥੋੜਾ ਜਿਹਾ ਟੈਕਸ ਵੀ ਕੱਟ ਲਾਵੇ ਪੰਜਾਬੀ ਸਿਨੇਮੇ ਦੇ ਉੱਤੇ ਕਿਉਂਕਿ ਪਾਸ਼ਾ ਨੂੰ ਕਲਚਰ ਨੂੰ ਜੇ ਬਚਾਉਣਾ ਤੇ ਕੁਰਬਾਨੀ ਫਿਰ ਸਾਰਿਆਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ ਨਾ ਟਿਕਟਾਂ ਥੋੜੀਆਂ ਸਸਤੀਆਂ ਹੋਣੇ ਚਾਹੀਦੀਆਂ ਤੇ ਉਸ ਤੋਂ ਵੀ ਵੱਧ ਕੇ ਜਿਹੜੇ ਉਹਨਾਂ ਮਾਲਸ ਦੇ ਅੰਦਰ ਵੈਸੇ ਤੇ ਨਾਰਮਲ ਰੇਟਾਂ ਤੋਂ ਥੋੜੇ ਜਿਹਾ ਵੱਧ ਤੁਹਾਨੂੰ ਕੋਕਾ ਕੋਲਾ ਵਗੈਰਾ ਵੱਧ ਰੇਟ ਲੱਗਣਗੇ ਤਾਂ ਬਟ ਜਿਹੜਾ ਸਿਨੇਮਾ ਵਾਲੀ ਉਹ ਜਗ੍ਹਾ ਵਾ ਉਹਦੇ ਵਿੱਚ ਤੇ ਕਿੰਨੇ ਗੁਣਾ ਵੱਧ ਪੈਸੇ ਲਾਉਂਦੇ ਨੇ ਕੋਲਡ ਡਰਿੰਕ ਤੇ ਉਹ ਨਿਆਣੇ ਨਾਲ ਜਾਣਗੇ ਨਿਆਣੇ ਨਾਲ ਜਿੱਦ ਕਰਨੀ ਵੀ ਫੁੱਲੇ ਵੀ ਲੈਣੇ ਆ ਤੇ ਕੋਲਡ ਡਰਿੰਕ ਵੀ ਪੀਣੀ ਹੈ ਹੈਨਾ ਤੇ ਉਹਨਾਂ ਦੇ ਰੇਟ ਜਿਹੜੇ ਨੇ ਉਹ ਕਿਉਂ ਨਹੀਂ ਉਹ ਹੀ ਰੱਖੇ ਜਾਂਦੇ ਜਿਹੜੇ ਨਾਰਮਲ ਬਾਹਰ ਕਿਤੇ ਵੀ ਕਿਤੋਂ ਵੀ ਤੁਸੀਂ ਲੈ ਲਓ ਤੇ ਇਹ ਪਾਬੰਦੀ ਵੀ ਨਹੀਂ ਹੋਣੀ ਚਾਹੀਦੀ ਕਿ ਸਿਨੇਮੇ ਦੇ ਅੰਦਰ ਤੁਸੀਂ ਖਾਣ ਪੀਣ ਦਾ ਸਾਮਾਨ ਨਹੀਂ ਲੈ ਕੇ ਜਾ ਸਕਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹਨਾਂ ਸਾਰੀਆਂ ਨੂੰ ਥੋੜਾ ਜਿਹਾ ਇਹਦੇ ਤੇ ਗੌਰ ਕਰਨਾ ਚਾਹੀਦਾ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਫਿਲਮ ਆਉਂਦੀ ਆ ਸਾਡੇ ਪ੍ਰੋਡਿਊਸਰਸ ਦੀ ਜਿਹੜੀ ਐਸੋਸੀਏਸ਼ਨ ਇੱਕ ਬਣਨੀ ਚਾਹੀਦੀ ਹੈ ਜੇ ਨਹੀਂ ਬਣੀ ਤੇ ਉਹਨਾਂ ਨੂੰ ਇੱਕ ਇਹ ਚੀਜ਼ ਬਹੁਤ ਹੀ ਜ਼ਿਆਦਾ ਸਖਤੀ ਨਾਲ ਲਾਗੂ ਕਰਨੀ ਚਾਹੀਦੀ ਆ ਕਿ ਸਾਲ ਤੋਂ ਪਹਿਲਾਂ ਕੋਈ ਵੀ ਨਵੀਂ ਫਿਲਮ ਕਿਸੇ ਵੀ OTT ਪਲੇਟਫਾਰਮ ਤੇ ਨਾ ਜਾਵੇ ਬਿਲਕੁਲ ਕੋ ਸਾਡੇ ਦਰਸ਼ਕਾਂ ਨੂੰ ਲੱਗਦਾ ਵਾ ਕਿ ਕੋਈ ਗੱਲ ਨਹੀਂ ਚੱਲੇ ਯਾਰ ਹੋਰ ਮਹੀਨਿਆਂ ਨੂੰ ਤਾਂ ਫਿਲਮ ਆ ਹੀ ਜਾਣੀ ਆ ਤੇ ਕਈ ਵਾਰ ਰੇਂਜ ਵੀ ਹੁੰਦਾ ਉਧਰੋਂ ਲਾਸਟ ਸ਼ੋਅ ਚੱਲਦੇ ਹੁੰਦੇ ਸਿਨੇਮਿਆਂ ਦੇ ਵਿੱਚ ਤੇ ਉਧਰੋਂ OTT ਦੇ ਉੱਤੇ ਫਿਲਮ ਆ ਜਾਂਦੀ ਫਿਰ ਕਿਉਂ ਲੋਕੀ ਵੇਖਣ ਜਾਣਗੇ ਜਾਨਕਿ ਜਦੋਂ ਕਿ ਫ੍ਰੀ ਦੇ ਵਿੱਚ ਉਹਨਾਂ ਨੂੰ ਜਿਹੜੇ ਇੱਕ ਵਾਰੀ ਐਪ ਦੇ ਪਾਸੇ ਭਰੇ ਨੇ ਬਿਲਕੁਲ ਤਾਂ ਉਹਨਾਂ ਨੂੰ ਉਹ ਫਿਲਮ ਤੇ ਮੁਫਤਾਂ ਵਾਂਗੂ ਮਿਲ ਜਾਣੀ ਤੇ ਕਿਉਂ ਵੇਖਣ ਜਾਣਗੇ ਸੋ ਇਹ ਇੱਕ ਚੀਜ਼ ਨਹੀਂ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਜੀ ਖੂਬ ਗਿਆ ਮੈਮ ਕਿਉਂਕਿ ਆਉਂਦੇ ਐਕਟਰਸ ਉਹ ਕਹਿੰਦੇ ਯਾਰ ਵੀ ਉਹੀ ਬਜਟ ਡੇਟ ਕੇ ਡੀ ਮੈਂ ਫਿਲਮ 7 7 ਜੂਨ 7 ਜੂਨ ਮਤਲਬ ਆ ਰਹੀ ਹੈ ਨਹੀਂ ਮੈਂ ਸੱਸ ਕੋਟ ਨਹੀਂ ਮੈਨੂੰ ਲੱਗਦਾ ਟਾਈਮ ਕੱਢਣਾ ਚਾਹੀਦਾ ਫੈਮਿਲੀ ਲਈ ਆਪਾਂ ਬੱਚੇ ਸੋਚਦੇ ਆ ਯਾਰ ਮੈਂ ਹੀ ਕਰ ਲੂੰਗਾ ਮੈਂ ਇਹ ਕਰੂੰਗਾ ਗਿਫਟ ਕਰੋ ਪੈਰੈਂਟਸ ਨੂੰ ਫਿਲਮ ਗਿਫਟ ਕਰ ਦੋ ਇਹ ਕਿੰਨੀ ਵਧੀਆ ਚੀਜ਼ ਹੈ ਦੱਸਿਆ ਨਾ ਗਿਫਟ ਫਿਲਮ ਦੀ ਹੈ ਟਿਕਟਾਂ ਟਿਕਟਾਂ ਕੇ ਕਰੋ ਜੀ ਤੇ ਮੈਨੂੰ ਲੱਗਦਾ ਕਿ ਨਵਾਂ ਨੂੰ ਸੱਸ ਨੂੰ ਗਿਫਟ ਕਰਨੀ ਚਾਹੀਦੀ ਟਿਕਟਾਂ ਤੇ ਸੱਸਾਂ ਨੂੰ ਨਵਾਂ ਨੂੰ ਗਿਫਟ ਕਰਨੀ ਚਾਹੀਦੀਆਂ ਤੇ ਪੁੱਤਾਂ ਨੂੰ ਦੋ ਦੋ ਟਿਕਟਾਂ ਇੱਕ ਆਪਣੀ ਪਤਨੀ ਲਈ ਇੱਕ ਆਪਣੀ ਮਾਂ ਲਈ ਤੇ ਆਪਣੇ ਬਾਪ ਲਈ ਜਾਂ ਆਪਣੇ ਸੱਸ ਜਿਹੜੀ ਉਹਦੀ ਵਾਈਫ ਦੀ ਮਦਰ ਆ ਉਸ ਫੈਮਿਲੀ ਦੇ ਲਈ ਵੀ ਜੀ 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 ਕਰ ਸਕਦਾ ਮੈਨੂੰ ਲੱਗਦਾ ਮਨ ਮਿਟਾਉ ਹੁੰਦੇ ਤੁਸੀਂ ਜਦੋਂ ਕੰਜਾ ਵੀ 10 ਮਨ ਮਿਟਾਉ ਉਹਨੇ ਇੱਕ ਪਿਆਰ ਦੋ ਵੀ ਤੁਸੀਂ ਗੈਸਸਰ ਫੀਲ ਕਰਾਇਆ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ ਹਾਂ ਇਹ ਇੱਕ ਨਵੀਂ ਰਵਾਇਤ ਸ਼ੁਰੂ ਹੋਊਗੀ ਅਗਲੇ ਨੂੰ ਕਹਿ ਦੋ ਵੀ ਟਿਕਟਾ ਮੇਰੇ ਵੱਲੋਂ ਤੇ ਫੁੱਲੇ ਫੱਲੇ ਜਿਹੜੇ ਉਹ ਤੇਰੇ ਵੱਲ ਮੈਂ ਹਮ ਗਨਵਾਦੀ ਹੋਰ ਇਹਨਾਂ ਫੁੱਲੇ ਵੱਲੇ ਮਾਦੀਏ ਯਾਰ ਗਿਫਟ ਕਰੋ ਪੇਰੈਂਟਸ ਨੂੰ ਲੈ ਕੇ ਜਾਓ ਯਾਰ ਆਪਣੇ ਪੇਰੈਂਟਸ ਦੀ ਇੱਜ਼ਤ ਕਰੋ ਉਹਨਾਂ ਨੇ ਨਹੀਂ ਦੇਖੀਆਂ ਚੀਜ਼ਾਂ ਉਹਨਾਂ ਨੂੰ ਦਿਖਾਓ ਵੀ ਆ ਚੀਜ਼ਾਂ ਚੱਲਦਾ ਸਿਨੇਮਾ ਦੇਖਣਾ ਵੀ ਜ਼ਰੂਰੀ ਹੈ ਤੁਹਾਨੂੰ ਨੌਲੇਜ ਦੀ ਅੱਜ ਕੱਲ ਚੱਲਦਾ ਕੀ ਹੈ ਬਾਕੀ ਹਾਜ਼ਰ ਜਦੋਂ ਤੁਸੀਂ ਤੁਹਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਯਾਰ ਮੇਰੇ ਮਦਰ ਇਨ ਲਾ ਜਿਹੜੇ ਨਾ ਉਹ ਮੇਰੇ ਵਿਆਹ ਤੋਂ 4-5 ਸਾਲ ਬਾਅਦ ਅਸੀਂ ਇੱਕ ਫਿਲਮ ਦੇ ਲਈ ਉਹਨਾਂ ਨੂੰ ਲੈ ਕੇ ਗਿਆ ਸਪੈਸ਼ਲਿਸਟ ਸੈਟਰ ਬੁੱਕ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਦੇਖੋ ਆਪਣੇ ਜਠਾਣੀਆਂ ਨਾਲ ਦਰਾਣੀਆਂ ਨਾਲ ਆਪਣੇ ਡਣਾਨਾਂ ਨਾਲ ਬੈਠ ਕੇ ਪੂਰੇ ਪਰਿਵਾਰ ਦੇ ਲਈ ਉਹ ਥੀਟਰ ਬੁੱਕ ਹੋਇਆ ਸੀਗਾ ਤੇ ਬਹੁਤ ਸਾਰੇ ਸਾਡੇ ਰਿਸ਼ਤੇਦਾਰ ਹੋਰ ਵੀ ਅਸੀਂ ਬੁਲਾਏ ਤੇ ਉਹਨਾਂ ਨੂੰ ਫਿਲਮ ਦਿਖਾਈ ਤੇ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਮੈਨੂੰ ਫਿਲਮ ਜਦੋਂ ਉਹਨਾਂ ਨੇ ਦੇਖ ਲਈ ਉਸ ਤੋਂ ਬਾਅਦ ਮੈਨੂੰ ਹਰਦੀਪ ਉਹਨਾਂ ਨੇ ਇਹ ਗੱਲ ਸ਼ੇਅਰ ਕੀਤੀ ਕਿ ਮੇਰੀ ਮਾਂ ਅੱਜ ਪਹਿਲੀ ਵਾਰ ਥੀਟਰ ਦੇ ਵਿੱਚ ਫਿਲਮ ਦੇਖਣ ਆਈ ਹੈ ਅੱਛਾ ਜੀ ਅੱਛਾ ਜੀ ਹਾਂ ਤਾਂ ਮਤਲਬ ਮੈਂ ਇੰਨੀ ਸਰਪ੍ਰਾਈਜ਼ਡ ਹੋਈ ਕਿ ਅੰਜ ਕਿਉਂ ਇੱਕ ਤੁਸਤ ਕਲਾਕਾਰ ਹੋ ਹੈਨਾ ਤੇ ਇਹ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਸਭ ਤੋਂ ਪਹਿਲੀ ਫਿਲਮ ਹੀ ਤੁਹਾਡੀ ਮਦਰ ਦੇ ਨਾਲ ਹੋਣੀ ਚਾਹੀਦੀ ਸੀ ਬਿਲਕੁਲ ਤੇ ਕਿੰਨੀ ਵਾਰੀ ਅਸੀਂ ਮਦਰਸ ਡੇ ਮਨਾਉਨੇ ਆ ਕਿੰਨੀ ਵਾਰੀ ਹੋਰ ਇਹੋ ਜਿਹਾ ਸੋਹਣੇ ਦਿਨ ਹੁੰਦੇ ਮੈਨੂੰ ਲੱਗਦਾ ਕਿ ਜਿਸ ਦਿਨ ਤੁਹਾਡਾ ਜਨਮ ਦਿਨ ਹੁੰਦਾ ਨਾ ਉਸ ਦਿਨ ਮਦਰਸ ਡੇ ਹੋਣਾ ਚਾਹੀਦਾ ਜਰੂਰ ਸਾਲ ਚ ਦੋ ਵਾਰੀ ਆਵੇ ਇੱਕ ਤੇ ਜਿਹੜਾ ਆਪਾਂ ਸੰਜੇ ਰੂਪ ਚ ਮਨਾਉਣੇ ਦੂਸਰਾ ਉਹ ਦਿਨ ਕਿਉਂਕਿ ਉਹ ਇੱਕ ਸਧਾਰਨ ਔਰਤ ਉਸ ਤੋਂ ਪਹਿਲਾਂ ਇਹ ਨੌ ਸੀਗੀ ਉਸ ਤੋਂ ਪਹਿਲਾਂ ਉਹ ਪਤਨੀ ਸੀ ਮਾਂ ਉਸ ਦਿਨ ਬਣੀ ਜਿਸ ਦਿਨ ਤੁਸੀਂ ਪੈਦਾ ਹੋਏ ਹਣਾ ਤਾਂ ਇਹ ਗੌਰਵ ਜਿਹੜਾ ਔਰਤ ਨੂੰ ਉਦੋਂ ਮਿਲਦਾ ਜਦੋਂ ਉਹ ਬੱਚਾ ਪੈਦਾ ਕਰਦੀ ਹੈ ਤੇ ਮਦਰਸ ਡੇ ਵੀ ਉਹ ਹੁੰਦਾ ਤੇ ਚਿਲड्रन ਡੇ ਵੀ ਉਹੀ ਹੋਣਾ ਚਾਹੀਦਾ ਕਿ ਤੁਹਾਡਾ ਵੀ ਤੇ ਉਹੀ ਦੇਣਾ ਨਾ ਪਹਿਲਾਂ ਜਦੋਂ ਤੁਸੀਂ ਇਸ ਧਰਤੀ ਦੇ ਉੱਤੇ ਅੱਖਾਂ ਖੋਲੀਆਂ ਤੇ ਉਸ ਦਿਨ ਤੇ ਟਿਕਟ ਜਿਹੜੀ ਉਹ ਮਾਂ ਦੇ ਲਈ ਹੋ ਸਕਦੀ ਹੈ ਨਾ ਗਿਫਟ ਫਿਲਮ ਦੀ ਬਿਲਕੁਲ ਜ਼ਰੂਰ ਕਿਉਂਕਿ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਮੈਡਮ ਤੁਸੀਂ ਸਾਡੀ ਮਾਸੀ ਵਰਗੇ ਤੁਸੀਂ ਸਾਡੀ ਚਾਚੀ ਵਰਗੇ ਭੂਆ ਵਰਗੇ ਮਦਰ ਵਰਗੇ ਹਾਂਜੀ ਹਾਂ ਹੈਨਾ ਫਿਰ ਮੈਨੂੰ ਇਹ ਲੱਗਦਾ ਕਿ ਮੇਰੀੋ ਫਿਲਮ ਥੀਏਟਰ ਚ ਜਾ ਕੇ ਕਿਉਂ ਨਹੀਂ ਦੇਖਦੇ ਸਿਰਫ ਇਹ ਸ਼ਬਦ ਤੁਹਾਡੇ ਕਹਿਣ ਲਈ ਆ ਫਿਰ ਤੁਹਾਡੀ ਮੁਹੱਬਤ ਕੀ ਆ ਮੇਰੇ ਲਈ ਤੁਸੀਂ ਮੇਰੇ ਤੋਂ ਵਾਰ ਕੇ 200 ਰੁਪਏ ਨਹੀਂ ਛੁੱਟ ਸਕਦੇ ਥੀਏਟਰ ਦੇ ਉੱਤੇ ਬਸ ਇੰਨਾ ਹੀ ਪਿਆਰ ਆ ਮੇਰੇ ਨਾਲ ਹੈਨਾ ਤਾਂ ਜੇ ਵੀ ਨੂੰ ਵਾਕਿਆ ਹੀ ਪਿਆਰ ਕਰਦੇ ਹੋ ਤਾਂ ਮੈਂ ਤਾਂ ਫਿਰ ਡਿਜ਼ਰਵ ਕਰਦੀ ਹਾਂ ਕਿ ਤੁਸੀਂ ਘੱਟੋ ਘੱਟ ਥੀਏਟਰ ਚ ਜਾ ਕੇ ਮੇਰੀ ਫਿਲਮ ਦੇਖੋ ਔਰ ਜੇ ਜਿਹੜੇ ਇਹ ਪਲਾਨ ਕਰਦੇ ਕੋਈ ਨਿਸ਼ਾਨੀ ਵਾਰ ਐਤਵਾਰ ਸੋਮਰ ਮੰਗਲਵਾਰ ਦੇਖਾਂਗੇ ਮੈਨੂੰ ਉਹ ਵੀ ਨਹੀਂ ਅੱਛਾ ਲੱਗਦਾ ਮੈਨੂੰ ਲੱਗਦਾ ਸਭ ਤੋਂ ਵੱਡੀ ਮੁਹੱਬਤ ਇਹ ਹੁੰਦੀ ਜਿਹੜੇ ਲੋਕ ਪਹਿਲੇ ਦਿਨ ਜਾ ਕੇ ਤੁਹਾਡੀ ਫਿਲਮ ਦੇਖਦੇ ਉਹ ਤੋਂ ਪਤਾ ਲੱਗਦਾ ਤੁਸੀਂ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਜੀ 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 ਬਿਲਕੁਲ ਹੈਨਾ ਤਾਂ ਜਿਹੜੀ ਪਹਿਲੇ ਦਿਨ ਦੀ ਓਪਨਿੰਗ ਹੈ ਨਾ ਉਹ ਇੱਕ ਕਲਾਕਾਰ ਦੇ ਲਈ ਬੜੀ ਪ੍ਰਾਊਡ ਮੂਵਮੈਂਟ ਹੁੰਦੀ ਉਹ ਕਿਹਾ ਜਾਂਦਾ ਕਿ ਨੇ ਕਿੰਨੇ ਲੱਖ ਦੀ ਓਪਨਿੰਗ ਲਵਾਈ ਵਾਹ ਹੈਨਾ ਕੋਈ ਵੀ ਕਲਾਕਾਰ ਉਦੋਂ ਵੱਡਾ ਹੁੰਦਾ ਜੇ ਉਹਦਾ ਪਹਿਲਾ ਦਿਨ ਵੱਡਾ ਤੁਸੀਂ ਕਰਦੇ ਹੋ ਤੇ ਤੇ ਇਹ ਤੁਸੀਂ ਕਰਨਾ ਹੁੰਦਾ ਅਸੀਂ ਤਾਂ ਜੋ ਕਰਨਾ ਸੀ ਕਰ ਰਹੇ ਅਸੀਂ ਫਿਲਮ 'ਚ ਕੰਮ ਕਰਤਾ ਵਧੀਆ ਫਿਲਮ ਬਣਾਤੀ ਪ੍ਰਮੋਸ਼ਨਸ ਕਰਕੇ ਤੁਹਾਨੂੰ ਫਿਲਮ ਦੇ ਨਾਲ ਜੋੜਨ ਲਈ ਅਪੀਲਾਂ ਕਰ ਦਿੱਤੀਆਂ ਤੇ ਮਤਲਬ ਸਿਰਫ ਇਹ ਕਹਿਣ ਲਈ ਆ ਕਿ ਅਸੀਂ ਇਸ ਕਲਾਕਾਰ ਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਇਸ ਕਲਾਕਾਰ ਦੇ ਬਹੁਤ 팬 ਆ ਤੇ 팬 ਤੇ ਫਿਰ ਸ਼ੁੱਕਰਵਾਰ ਜਾ ਕੇ ਦੱਸੋ ਕਿ ਹੈਗੇ ਉਹ ਕਿ ਨਹੀਂ ਤਾਂ ਕਿ ਮੈਂ ਵੀ ਜ਼ਿੰਦਗੀ 'ਚ ਕਦੀ ਇਹ ਪ੍ਰਾਊਡ ਫੀਲ ਕਰ ਸਕਾਂ ਕਿ ਮੇਰੀ ਫਿਲਮ ਨੂੰ ਇੰਨੀ ਵੱਡੀ ਜਿਹੜੀ ਓਪਨਿੰਗ ਆ ਉਹ ਮੇਰੇ ਆਪਣੇ ਫੈਨਸ ਨੇ ਲਵਾਈ ਜੀ ਸਾਊਥ ਦੇ ਕਲਾਕਾਰ ਕਿਉਂ ਆਪਣੇ ਦਰਸ਼ਕਾਂ ਨੂੰ ਇੰਨਾ ਪਿਆਰ ਕਰਦੇ ਕਿਉਂਕਿ ਉਹ ਉਹਨਾਂ ਨੂੰ ਵੱਡੀਆਂ ਓਪਨਿੰਗਸ ਲਵਾਉਂਦੇ ਨੇ ਜੀ 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 ਹਾਂ ਮੈਂ ਹਰ ਇੱਕ ਫਿਲਮ ਲਈ ਨਹੀਂ ਕਹਿੰਦੀ ਬਟ ਜਿਹੜੀ ਉਹ ਫਿਲਮਾਂ ਇੱਕ ਵਾਈਬ ਹੁੰਦੀ ਹੈ ਤੁਹਾਨੂੰ ਟ੍ਰੇਲਰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਫਿਲਮ ਅੱਛੀ ਹੈ ਜਾਂ ਨਹੀਂ ਅੱਛੀ ਜਿਹੜੀ ਨਹੀਂ ਅੱਛੀ ਬੇਸ਼ੱਕ ਉਹਨਾਂ ਨੂੰ ਨਕਾਰੋ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਅਸੀਂ ਵੀ ਮਾੜੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਜੀ 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 ਪਰ ਜਿਹੜੀ ਚੀਜ਼ ਪਤਾ ਵਾਕਿ ਉਹ ਅੱਛੀ ਆ ਉਹਦੇ ਚ ਐਂਟਰਟੇਨਮੈਂਟ ਵੀ ਆ ਉਹਦੇ ਚ ਕੋਈ ਨੰਗੇਜ ਨਹੀਂ ਆ ਇੱਕ ਫੈਮਿਲੀ ਮੂਵੀ ਆ ਜਿਹਨੂੰ ਅਸੀਂ ਪਰਿਵਾਰ ਨਾਲ ਵੇਖ ਸਕਦੇ ਜਿਹਨੂੰ ਅਸੀਂ ਇੰਜੋਏ ਕਰ ਸਕਦੇ ਜਿੱਥੇ ਅਸੀਂ ਸਿੱਖ ਕੇ ਕੁਝ ਕਰਨ ਨੂੰ ਜਾਣਾ ਜੀ 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 ਤੇ ਫਿਰ ਕਿਉਂ ਨਹੀਂ ਆਪਾਂ ਉਹਨਾਂ ਕਲਾਕਾਰਾਂ ਨੂੰ ਪਿਆਰ ਕਰਦੇ ਕਿਉਂ ਨਹੀਂ ਇਹ ਸਤਿਕਾਰ ਉਹਨਾਂ ਕਲਾਕਾਰਾਂ ਨੂੰ ਦਿੰਦੇ ਕਿ ਪਹਿਲੇ ਦਿਨ ਉਸ ਫਿਲਮ ਨੂੰ ਵੱਡੀ ਓਪਨਿੰਗ ਲਵਾਈ ਜਾਵੇ ਜੀ 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 ਬਹੁਤ ਸੋਹਣੀ ਗੱਲ ਕੀਤੀ ਤੁਸੀਂ ਤੇ ਹੁਣ ਦੇਖ ਲਓ ਜਿਹੜੇ ਤੁਸੀਂ ਪਿਆਰ ਕਰਦੇ ਹੋ ਮੈਂ ਟਾਈਮ ਲੰਨਾ ਪ੍ਰੋਸੈਸ ਆਇਆ ਦਰਵਾਜ਼ਾ ਪਰਵਾਰ ਨਾ ਜਾਓ ਯਾਰ ਕਿਉਂਕਿ ਮੈਨੂੰ ਲੱਗਦਾ ਆਪਾਂ ਕਹਿੰਨੇ ਆਪਣੀ ਮਾਵਾ ਕਹਿੰਦੀਆਂ ਛੱਡ ਕਿਉਂ ਖਰਚਾ ਕਰਨਾ ਛੱਡ ਰਹਿਣ ਦੇ ਪੁੱਤ ਤੁਸੀਂ ਕਦੇ 100 ਰੁਪਏ ਵੀ ਫੜਾਉਂਗੇ ਉਹ ਤੁਹਾਨੂੰ ਮਹੀਨੇ ਬਾਅਦ ਵੀ ਉਹ 100 ਰੁਪਏ ਮਾਦਾ ਨਹੀਂ ਪਾਉਂਦਾ ਅੱਛਾ ਪੀਜ਼ਾ ਆਰਡਰ ਕਰਨ ਲੱਗੇ ਆਪਾਂ ਮੈਂਟਰੀ ਲਾਉਂਦੇ ਜੀ ਉਹੀ ਮੈਂ ਕਹਿੰਦਾ ਨਾਲ ਸੋਚੀ ਤੇ ਕੋਲਡ ਡਰਿੰਕ ਕਰ ਲਓ ਤੇ ਕੋਲਡ ਡਰਿੰਕ ਕਰਨਾ ਆਪਣੇ ਲਈ ਬਹੁਤ ਕੁਝ ਕਰਦੇ ਬੱਚੇ ਬਿਲਕੁਲ ਯਾਰ ਫਰਾਈਜ਼ ਵੀ ਕਰ ਹੀ ਲੈਣੇ ਆ ਨਾਲ ਇੱਕ گارਲਿਕ ਬ੍ਰੈਡ ਤੇ ਹੋਣੀ ਚਾਹੀਦੀ ਹਾਂਏ ਹਾਂਏ گارਲਿਕ ਬ੍ਰੈਡ ਤਾਂ ਹਾਂ ਤੂੰ ਖਾਏਂਗਾ ਤੂੰ ਖਾਏਂਗਾ ਤੂੰ ਖਾਏਂਗਾ ਚਲੋ ਨਾਲ ਹੀ ਉਸੇ ਵੇਲੇ 1000 1200 ਰੁਪਏ ਦਾ ਇੰਝ ਆਰਡਰ ਹੋ ਜਾਂਦਾ 1500 2000 ਰੁਪਏ ਹੈਨਾ ਘੱਟ ਤੋਂ ਘੱਟ ਦੀ ਗ ਗੋਰੀਆਂ ਦੇ ਪੈਸੇ ਭੁੱਕੀ ਚੱਲੋ ਉਹਨਾਂ ਨੂੰ ਪੈਸੇ ਲਾਈ ਚੱਲੋ ਸਾਡੇ ਤੇ ਨਾ ਲਾਇਓ ਕੁਝ ਹਾਂ ਪੰਜਾਬੀ ਸਿਨੇਮਾ ਨੂੰ ਪ੍ਰਮੋਟ ਕਰਨਾ ਚਾਹੀਦਾ ਜੀ 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 ਬਿਲਕੁਲ ਅਸੀਂ ਕਿੰਨੇ ਕੁ ਸੀਰੀਅਸ ਆ ਫਿਰ ਆਪਣੇ ਸਿਨੇਮੇ ਦੇ ਲਈ ਹਾਂ ਅਬ ਉਹਦਾ ਪੰਜਾਬੀ ਪੰਜਾਬੀ ਕਰਦੇ ਰਹਿੰਦੇ ਆ ਹਾਂ ਕਮੈਂਟਾਂ ਚ ਦੇਖੀ ਆ ਤੁਸੀਂ ਥੱਲੇ ਅੱਛਾ ਕੋਈ ਨਿੱਕੀ ਜਿਹੀ ਵੀ ਗੱਲ ਹੋ ਜਾਏਗੀ ਨਾ ਕਿਸੇ ਵੀ ਕਲਾਕਾਰ ਵੱਲੋਂ ਉਹ ਵਿਚਾਰਾ ਭਾਵੇਂ ਅਡ ਪੋਲ ਵੀ ਕਹਦੇ ਨਾ ਪਰ ਕਿਉਂਦਾ ਮੁਰਗਾ ਬਣਾ ਸੁਣਦੇ ਮਸਤੀ ਹੋਣੀ ਚਾਹੀਦੀ ਹੈ ਸੀਰੀਅਸ ਨਾ ਕਰੋ ਲਾਈਫ ਨੂੰ ਘਰੇ ਆਬ ਕੋਈ ਜ਼ਿਆਦਾ ਕੀ ਹੁੰਦਾ ਕੀ ਘਰਾਂ ਚ ਜਿਹੜੇ ਆਪਾਂ ਬਹੁਤ ਸੁਸਤ ਰਹਨੇ ਆ ਜਾਂ ਕਲੇਸ਼ ਰਹਿੰਦੇ ਨੇ ਜਾਂ ਜੋ ਇਹ ਚੱਲਦਾ ਰਹਿਣਾ ਇਹ ਜ਼ਿੰਦਗੀ ਐ ਹੀ ਆ ਐਨੀ ਵੀ ਪ੍ਰੋਬਲਮ ਸਾਰੀ ਕਦੇ ਹੁੰਦਾ ਮੈਂ ਸਾਰੀਆਂ ਪ੍ਰੋਬਲਮ ਮੇਰੀ ਸੋਲਵ ਸੋਲਵ ਹੋ ਗਈਆਂ ਕਦੇ ਵੀ ਮੈਨੂੰ ਨਹੀਂ ਲੱਗਦਾ ਤੁਹਾਡੀਆਂ ਅਜੇ ਤੱਕ ਸੋਲਵ ਹੋ ਗਈਆਂ ਨਾ 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 ਮੈਂ ਨਾ ਬੜੇ ਸਾਲਾਂ ਨੂੰ ਸੋਝਰੀ ਵੀ ਆ ਆ ਘੱਟ ਹੋ ਜਾਏਗਾ ਨਾ ਫਿਰ ਆ ਕਰਨਾ ਰਾ ਕੰਮ ਨਿਭੜ ਜਾਵੇ ਨਾ ਇਕੋਰੀ ਜੀ ਜੀ ਫੇਰਾ ਕਰਦੇ ਆ ਨਹੀਂ ਹੁੰਦਾ ਨਾ ਕਦੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਕੰਮ ਕਦੇ ਵੀ ਨਹੀਂ ਨਿਭੜਨੇ ਇਹਨਾਂ ਨੇ ਆਪਣੇ ਹਿਸਾਬ ਨਾਲ ਜਦੋਂ ਇਹਨਾਂ ਦੀ ਵਾਰੀ ਆਉਣੀ ਉਹਦੇ ਹੀ ਨਿਭੜਦੇ ਸੋ ਜੋ ਕਰਨਾ ਉਹ ਕਰ ਲੋ ਜ਼ਿੰਦਗੀ ਚ ਪਲ ਕਰੀਏਟ ਕਰੋ ਹਸਨ ਦੇ ਇੰਜੋਏ ਕਰਨ ਦੇ ਤੇ ਸਿਨੇਮਾ ਉਹ ਜੀਜ਼ ਉਹ ਤੁਹਾਨੂੰ 3 ਘੰਟੇ ਤੁਸੀਂ ਯਾਰ ਭੁੱਲ ਜਾਓਗੇ ਤੁਸੀਂ ਕੋਈ ਟੈਨਸ਼ਨ ਚੱਲਦੀ ਐਗਜ਼ਾਮ ਦੀ ਤੁਸੀਂ 3 ਘੰਟੇ ਫਿਲਮ ਦੇਖਣੀ ਸੀ ਅਸੀਂ ਜਾਣਾ ਇਧਰੋਂ ਹੱਸੇ ਅੱਛਾ ਤੁਹਾਨੂੰ ਵੇਖੋ ਕਿੰਨਾ ਮਜ਼ੇਦਾਰ ਚੀਜ਼ ਹੈ ਨਾ ਵੀ ਤੁਹਾਨੂੰ ਇੰਜ ਲੱਗੇਗਾ ਤੁਸੀਂ ਸਾਡੇ ਨਾਲ ਬੈਠੇ ਜੇ ਹਾਂਜੀ ਇਹ ਵੀ ਹੈਨਾ ਤੇ ਸਾਡੀਆਂ ਗੱਲਾਂ ਸੁਣ ਰਹਾ ਜੇ ਹਾਂ ਠੀਕ ਹੈ ਤੁਹਾਡੇ ਵਾਲੇ ਪਾਸੋਂ ਅਸੀਂ ਕਮੈਂਟ ਮਿਊਟ ਕੀਤੇ ਹੋਏ ਆ ਤੁਸੀਂ ਨਹੀਂ ਵਿੱਚ ਕਮੈਂਟ ਕਰ ਸਕਦੇ ਉਦੋਂ ਜਦੋਂ ਫਿਲਮ ਚੱਲ ਰਹੀ ਪਰ ਤੁਸੀਂ 2 3 ਘੰਟੇ ਸਾਡੇ ਨਾਲ ਰਹਿਣਾ ਵਾਹ ਬਿਲਕੁਲ ਠੰਡਾ ਠਾਰੇ ਸੀ ਉੱਥੇ ਲੱਗਿਆ ਹੋਇਆ ਤੇ ਕਿਹੜਾ ਝਟਖਾਰੇ ਦਾ ਉਥੇ ਗੱਲਾਂ ਹੋ ਰਹੀਆਂ ਨੇ ਜਿੱਦਨ ਤੁਸੀਂ ਅੰਜਾਇ ਕਰ ਰਹੇ ਹੋ ਤੁਸੀਂ ਹੱਸ ਰਹੇ ਹੋ ਹੈਨਾ ਤੋ ਕਿੰਨੀ ਮਜ਼ੇਦਾਰ ਗੱਲ ਹੈ ਹੁਣ ਤੂੰ ਅੱਜ ਸਾਡੇ ਨਾਲ ਬੈਠਾ ਤੂੰ ਕਦੀ ਜ਼ਿੰਦਗੀ ਚ ਸੋਚਿਆ ਹੈ ਨਹੀਂ ਤੂੰ ਅੰਜਾਇ ਨਹੀਂ ਕੀਤਾ ਮੈਂ ਪਰ ਤੈਨੂੰ ਜਾਣਦਾ ਦੇਖੋ ਇਦਾਂ ਹੁੰਦਾ ਨਾ ਅਸੀਂ ਫਿਲਮਾਂ ਦੇਖੀਆਂ ਤੁਸੀਂ ਫਿਲਮ ਦੇਖੋਗੇ ਆਪਾਂ ਜਾਣਿਆ ਵੀ ਹੈਨਾ ਤਨਵੀਰ ਮੈਂਨੇ ਤੁਸੀਂ ਜਾਣੇ ਆ ਪਹਿਲਾਂ ਠੀਕ ਆ ਸੀ ਜਦੋਂ ਵਾਪਸ ਆਉਨੇ ਆ ਨਾ ਅਸੀਂ ਤੁਹਾਡੇ ਨਾਲ ਵਾਪਸ ਆਉਨੇ ਆ ਹਾਂ ਤੇ ਬਸ ਅਹੀਂ ਅਹੀਂ ਸਾਰੇ ਜਣੇ ਤੁਹਾਡੇ ਨਾਲ ਜਾਣਾ ਚਾਹੁੰਨੇ ਤੁਹਾਡੇ ਘਰਾਂ ਤੱਕ ਤੁਹਾਡੇ ਜ਼ਿਹਨ ਦੇ ਵਿੱਚ ਵੜ ਕੇ ਜੀ ਜੀ ਇਹ ਇਹ ਹੈ ਜਦੋਂ ਆਪਾਂ ਕਿਸੇ ਕਿਰਦਾਰ ਨਾਲ ਅਟੈਚ ਹੋ ਜਾਂਦੇ ਆ ਫਿਰ ਕਿੰਨੇ ਦਿਨ ਆਪਾਂ ਜਦੋਂ ਫਿਲਮ ਵਿੱਚ ਘਰ ਆਉਂਦੇ ਹੁੰਦੇ ਸੀ ਜਦੋਂ ਸਾਰੀ ਫੈਮਿਲੀ ਵੇਖ ਕੇ ਆਉਨੇ ਹੁੰਦੇ ਆ ਤੇ ਕਿੰਨਾ ਚਿਰ ਘਰੇ ਗੱਲਾਂ ਕਰੀ ਜਾਣੀਆਂ ਉਹ ਹੀ ਹੈ ਨਾ ਸੋ ਕਿੰਨੇ ਦਿਨ ਉਹ ਅਦਾਕਾਰ ਜਿਹੜੇ ਨਾ ਜਾਂ ਉਹ ਕਰੈਕਟਰ ਜਿਹੜੇ ਉਹ ਤੁਹਾਡੇ ਨਾਲ ਨਾਲ ਤੁਹਾਡੇ ਘਰ ਚ ਵੀ ਰਹਿੰਦੇ ਆ ਇਹ ਕਿੰਨੀ ਪਿਆਰੀ ਮੂਵਮੈਂਟ ਜੀ ਜੀ ਉਹ ਕਰੀ ਜਾਣਾ ਉਹ ਡਾਇਲੌਗ ਹੈਡ ਬੋਲਿਆ ਸੀ ਨਾ ਉਹ ਬਹੁਤ ਨਹੀਂ ਆ ਗਈ ਸੀ ਸਾਰੇ ਤਰੀਕੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਉਹਦੇ ਵਿੱਚ ਉਹਨਾਂ ਨੇ ਆਪ ਵੀ ਮੁੜ ਕੇ ਉਹਨਾਂ ਦੇ ਘਰ ਚ ਡਾਇਲੌਗ ਜਿਹੜਾ ਇੱਕ ਅੱਧਾ ਚੱਲਣ ਲੱਗ ਪਿਆਦਾ ਹੈ ਨਾ ਫਿਰ ਜਦੋਂ ਉਹ ਚੱਲਦਾ ਫਿਰ ਸਾਰੇ ਹੱਸਦੇ ਇਹ ਨਿੱਕੇ ਨਿੱਕੇ ਗੱਲਾਂ ਦੇ ਵਿੱਚ ਹੀ ਕਿੰਨਾ ਮਜ਼ੇਦਾਰ ਹੈ ਸਾਰਾ ਕੁਝ ਹੈ ਨਾ ਕਿੰਨੇ ਦਿਨ ਤੁਸੀਂ ਕੋਸ਼ਿਸ਼ ਨਾ ਦੇਖੋ ਆ ਐਨਰਜੀ ਆ ਦੇਖੋ ਕਿੰਨੀ ਹੁਣ ਆਪਾਂ ਹੱਸ ਕੇ ਗੱਲਾਂ ਕਰ ਰਹੇ ਇਹ ਐਨਰਜੀ ਕਿੰਨ ਲਾਦਾ ਜ਼ਿੰਦਗੀ ਚ ਕਾਇਮ ਰਹਿਣੀ ਚਾਹੀਦੀ ਹੈ ਹੱਸਦੇ ਰਹਿਣਾ ਚਾਹੀਦਾ ਜ਼ਿੰਦਗੀ ਦਾ ਪਾਲੇ ਬਟਨੇ ਗਿਆ ਸੀ ਹੋਪ ਨਹੀਂ ਸੀ ਵੀ ਆ ਲਿਆ ਕ ਕੀ ਉਹਨਾਂ ਨੇ ਕਿਹਾ ਸੀ ਵੀ ਜ਼ਿੰਦਗੀ ਨਾ ਇਹ ਹਿੰਦੀ ਚ ਕਿਹਾ ਸੀ ਵੀ ਦੁੱਖ ਨੇ ਵੀ ਲਾਈਫ ਆਪਣੀ ਐ ਚਲਦੀ ਹੈ ਬਸ ਜੇ ਆਪਾਂ ਕੁਛ ਨਾ ਕਰੀਏ ਆ ਪੈਂ ਰਹੀ ਹੈ ਠੀਕ ਆ ਦੇ ਆਓ ਠੀਕ ਆ ਇਹ ਆਪਾਂ ਨੂੰ ਪਲ ਕਰੀਏਟ ਕਰਨੇ ਪੈਂਦੇ ਆ ਤੁਸੀਂ ਇਹ ਨਾ ਸੋਚੋ ਵੀ ਤੁਹ ਖੁਸ਼ੀ ਆਊਗੀ ਨਾ ਮੈਂ ਅੱਜ ਚਾਹਾਂ ਖੁਸ਼ੀ ਕ੍ਰੀਏਟ ਕਰ ਸਕਦਾ ਉਹ ਮੇਰੇ ਤੇ ਆ ਮੈਂ ਜੋ ਚੀਜ਼ ਖਾਣੀ ਮੈਂ ਆਰਡਰ ਕਰਾਂ ਮੈਂ ਖੁਸ਼ ਹੋ ਕੇ ਖਾਊਂਗਾ ਮੈਂ ਵੀ ਚੀਜ਼ ਸਿਰਫ ਪੈਸਿਆਂ ਦੀ ਗੱਲ ਨਹੀਂ ਹੋਰ ਬਹੁਤ ਆ ਇਹ ਆਪਣੇ ਤੋਂ ਹੁੰਦਾ ਮਨ ਲੱਗਦਾ ਵੀ ਖੁਸ਼ ਕਿੱਦਾਂ ਹੋਣਾ ਬਿਲਕੁਲ ਨਹੀਂ ਤਾਂ ਕਦੇ ਵੇਟ ਨਾ ਕਰੋ ਹੈਪੀਨੈਸ ਨਾ ਆਉਂਦਾ ਆ ਕਿਸੇ ਲਈ ਕ੍ਰੀਏਟ ਕਰਨ ਦਾ ਤੁਸੀਂ ਖੁਦ ਕ੍ਰੀਏਟ ਕਰ ਸਕਦੇ ਹੋ ਆਪਣੇ ਅੰਦਰੋਂ ਚਲੋ ਜ਼ਿਆਦਾ ਲੰਬਾ ਨਹੀਂ ਡਾਇਲੋਗ ਕੋਈ ਤੁਸੀਂ ਕਹਿੰਦੇ ਸੀ ਇਹ ਫਿਲਮ 'ਚ ਹੈਗਾ ਕੁਛ ਇਦਾਂ ਦਾ ਕੋਈ ਤੁਹਾਨੂੰ ਯਾਦ ਹੋਵੇ ਡਾਇਲੋਗ ਬੋਲਦੇ ਆ ਫਿਰ ਉਹਦਾਸ ਹੈ ਅੱਛਾ ਹੈਗਾ ਲੈ ਇਹ ਤਾਂ ਮਿਸ ਕਰ ਜਣਾ ਸੀ ਮੈਂ ਸੱਪ 'ਚ ਇੱਕ ਸੱਸਾ ਹੁੰਦਾ ਤੇ ਸੱਸ 'ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ 'ਚ ਤੇਰਾ ਕੀ ਬਣੂਗਾ ਮੈਂ ਹਮੇਸ਼ਾ ਤੁਹਾਨੂੰ ਆਪਣੀ ਮਾਵਾਂ ਵਾਂਗ ਟ੍ਰੀਟ ਕੀਤਾ ਤੁਸੀਂ ਕਦੇ ਮੈਨੂੰ ਆਪਣੀ ਧੀ ਦਾ ਦਰਜਾ ਨਹੀਂ ਦਿੱਤਾ ਕੋਈ ਨਾ ਸਤਜੂਨ ਨੂੰ ਸਾਰੇ ਕਾਲੇ ਚਿੱਟੇ ਖੋਲਾਂਗੀ ਹੁਣ ਮੈਂ ਬੜੀ ਦਿਰੀ ਲਈ ਯਾਰ ਕਿਦਾਂ ਅਕਰ ਦਾ ਹਾਂ ਤੱਕਦਮ ਸਵਿਚ ਲਿੰਕ ਕੀ ਆਵਾਜ਼ ਹੈ ਤੂੰ ਆਪ ਆਪਣੀ ਰੀਅਲ ਲਾਈਫ ਚ ਕਰ ਐਕਟਿੰਗ ਕਰਦੇ ਹੋ ਜਿੱਦਾਂ ਕਿਸੇ ਨੂੰ ਮਨਾਉਣਾ ਹਰਦੀਪ ਜੀ ਗੱਲ ਸੁਣੋ ਕਰਨੇ ਕਹਿੰਦੀ ਆ ਕਰ ਦਿੰਨੇ ਆ ਨਾ ਪੈਂਪਰ ਜਦੋਂ ਕਿਸੇ ਨੂੰ ਵੀ ਪੈਂਪਰ ਕਰ ਮੇਰੇ ਤੋਂ ਹੁੰਦੀ ਨਹੀਂ ਮੇਰੇ ਹਾਸੇ ਨਿਕਲ ਜਾਂਦੀ ਹੈ ਮੇਰੇ ਫਰੈਂਡ ਸਰਕਲ ਨੂੰ ਸਭ ਨੂੰ ਪਤਾ ਲੱਗ ਜਾਂਦਾ ਇਹ ਝੂਠ ਬੋਲ ਰਹੀ ਹੈ ਮਜ਼ਾਕ ਕਰ ਰਹੀ ਹੈ ਇਹ ਤਾਂ ਐਕਟਿੰਗ ਵੀ ਨਹੀਂ ਹੁੰਦੀ ਕਿੰਨੀ ਬੇਕਾਰ ਐਕਟਰਸ ਐ ਇਦਾਂ ਭੌਂ ਦਿੰਦੇ ਮੈਨੂੰ ਉਹ ਸੱਚੀ ਨਹੀਂ ਹੁੰਦੀ

ਆਪਾਂ ਨੂੰ ਚਾਹੀਦਾ ਕੀ ਆਪਾਂ ਰੁੱਖ ਲਗਾਈਏ ਜਾਂ ਕੁਝ ਬਿਲਕੁਲ ਚਾਹੀਦਾ ਵੈਸੇ ਬਿਲਕੁਲ ਵੀ ਮੈਂ ਕਿਤੇ ਪੜ੍ਹ ਰਹੀ ਸੀ ਕਿ 2.5 3 ਕਰੋੜ ਰੁੱਖ ਲਗਾਉਣ ਦੀ ਲੋੜ ਹੈ ਨੇ ਤੇ 1945 ਤੋਂ ਬਾਅਦ ਬਿਲਕੁਲ ਸਾਡੇ ਲਈ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਣਗੀਆਂ ਤੇ ਆ ਜਿਹੜਾ ਹੁਣ ਅਗਲਾ ਮਹੀਨਾ ਆਉਣਾ ਹੈ ਤੇ ਅਸੀਂ ਕੁਝ ਵੀ ਨਾ ਕਰੀਏ ਹੀ ਇੱਕ ਇੱਕ ਹੀ ਰੋਖ ਆਪਣੇ ਘਰ ਦੇ ਲਾਗੇ ਲਾ ਲਈਏ ਕਿਤੇ ਇੱਕ ਇੱਕ ਹੀ ਲਾ ਲਈਏ ਹੈਨਾ ਤਾਂ ਉਹਦੇ ਨਾਲ ਹੀ ਇਹ ਮਸਲਾ ਹੱਲ ਹੋ ਜਾਣਾ ਤੁਸੀਂ ਉਸ ਚਲੋ ਪੂਰਾ ਬਾਗ ਲਾਇਆ ਵੀ ਬਿਲਕੁਲ ਅਸੀਂ ਅਸੀਂ ਘੱਟੋ ਘੱਟ ਆ 15 20 ਦਿਨ ਪਹਿਲਾਂ 10 12 ਰੁੱਖ ਜਿਹੜੇ ਨਾ ਯੂਪੀ ਤੋਂ ਮੰਗਵਾ ਕੇ ਸਪੈਸ਼ਲ ਫਲਾਂ ਦੇ ਉਹ ਲਗਾਏ ਨੇ ਹੁਣ ਕਿਸੇ ਦਿਨ ਵਲੌਗ ਪਾਵਾਂਗੇ ਅਸੀਂ ਉਹਦਾ ਵਾ ਵਾ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਪਹਿਲਾਂ ਐਂ ਕਹਿੰਦੇ ਸੀ ਵੀ ਚੱਲ ਕੋਈ ਗੱਲ ਨਹੀਂ ਇਹ ਤਾਂ ਮੌਸਮ ਬਦਲਦੇ ਰਹਿੰਦੇ ਆ ਪਰ ਹੁਣ ਕੁਝ ਡਿਫਰੈਂਟ ਹੋ ਰਿਹਾ دار لگ ਰਿਹਾ ਇੱਕ ਚੀਜ਼ ਹੋਰ ਵੀ ਮੈਂ ਸਰਕਾਰ ਨੂੰ ਇਹ اپیل ਵੀ ਕਰਨਾ ਚਾਹੂੰਗੀ ਕਿ ਰੁੱਖਾਂ ਨੂੰ ਕੱਟਣ ਦੇ ਉੱਤੇ ਟੋਟਲ ਪਾਬੰਦੀ ਲਾ ਦੇਣੀ ਚਾਹੀਦੀ 100 ਸਾਲ ਦੇ ਲਈ ਕਿ 100 ਸਾਲ ਕੋਈ ਰੁੱਖ ਨਹੀਂ ਕੱਟਣਾ ਜੋ ਵਰਜੀ ਹੋ ਜੇ ਇੱਕ ਪਿੱਛੇ ਜੇ ਜਦੋਂ ਫਸਲ ਆ ਬਾਡੀ ਹੋ ਜਾਂਦੀ ਹੈ ਉਸ ਬਾਅਦ ਉਹਨੂੰ ਵਸਾੜ ਦਿੰਦੇ ਨੇ ਨਾ ਉਹ ਮੈਂ ਪਿੱਛੇ ਜੇ ਉਹਨਾਂ ਮੈਂ ਟਰੈਵਲ ਕਰ ਰਿਹਾ ਸੀ ਮੈਂ ਕਿਹਾ ਉਹ ਅੱਗ ਨਾ ਸੜਕ ਤੱਕ ਆਈ ਆ ਰਹੀ ਤੇ ਕੁਛ ਦਰਤ ਵੀ ਸੜ ਗਏ ਤੇ ਮੈਂ ਕਹਿੰਦਾ ਯਾਰ ਇਹ ਕਈ ਵਾਰ ਨਾ ਜੇ ਆਪਾਂ ਬਿਲਕੁਲ ਸੀਰੀਅਸ ਹੋ ਕੇ ਬੈ ਕੇ ਸੋਚੀਏ ਵੀ ਡਰ ਲੱਗਦਾ ਯਾਰ 50 ਡਿਗਰੀ ਅੱਛਾ 64 ਡਿਗਰੀ ਫੀਲ ਲਾਈਕ ਬਟ ਜੇ ਥੱਲੋਂ ਤਪ ਚੜਦਾ ਜ਼ਮੀਨ ਤੋਂ ਤਾਂ 50 52 ਡਿਗਰੀ ਬਿਲਕੁਲ ਤੇ ਡਰ ਤਾਂ ਲੱਗਦਾ ਮੈਂ ਵੀ ਹੁਣ ਇੱਕ ਚੀਜ਼ ਹੋਰ ਬੜੀ ਇੱਕ ਨਵੀਂ ਹੋਈ ਕਿ ਜਿੱਥੇ ਤੁਸੀਂ ਐਜੇ ਚੀਫ ਗੈਸਟ ਜਾਂ ਮੇਨ ਗੈਸਟ ਦੇ ਤੌਰ ਤੇ ਜਾਂਦੇ ਹੋ ਨਾ ਤਾਂ ਉਹ ਕਿ ਤੁਹਾਨੂੰ ਬੁੱਕਾਸ ਦਿੰਦੇ ਸੀ ਫੁੱਲਾਂ ਦੇ ਹੁਣ ਸਾਡੇ ਅਮਰ ਸਰ ਦੇ ਵਿੱਚ ਨਾ ਉਹ ਸਾਰੀ ਜਗ੍ਹਾ ਹਾਂਜੀ ਪਲਾਂਟਸ ਦੇਣ ਅੱਛਾ ਵੈਡਿੰਗ ਤੇ ਵੀ ਐ ਹੋ ਗਿਆ ਹੁਣ ਸ਼ੁਰੂ ਗਮਲਾ ਦੇਣ ਲੱਗੇ ਹੈ ਇਹ ਇੱਕ ਬੜੀ ਅੱਛੀ ਚੀਜ਼ ਹੈ ਮੈਨੂੰ ਲੱਗਦਾ ਕਿ ਦਰਬਾਰ ਸਾਹਿਬ ਤੋਂ ਵੀ ਇਹ ਇੱਕ ਰਵਾਇਤ ਸ਼ੁਰੂ ਹੋਈ ਸੀਗੀ ਕਿ ਅਰੋਖਾਂ ਦੇ ਜਿਹੜੇ ਆ ਉਹ ਪ੍ਰਸ਼ਾਦ ਦੇ ਰੂਪ ਵਿੱਚ ਉਹਨਾਂ ਨੇ ਦੇਣੇ ਸ਼ੁਰੂ ਕੀਤੇ ਸੀ ਤੇ ਸਾਨੂੰ ਜ਼ਰੂਰ ਤੇ ਆ ਕਿ ਅਸੀਂ ਉਹ ਰੁੱਖ ਜ਼ਿਆਦਾ ਇਸ ਤਰ੍ਹਾਂ ਨਾਲ ਵੰਡੀਏ ਜਿਨ੍ਹਾਂ ਦੇ ਵਿੱਚ ਨਿੰਮ ਕਿੱਕਰ ਹਣਾ ਜਾਂ ਟਾਲੀਆਂ ਪਿਪਲ ਇਹ ਤਰਵੈਣੀ ਵਾਲੇ ਸਾਰੇ ਜਿਹੜੇ ਉਹ ਚੀਜ਼ਾਂ ਜਿਹੜੀਆਂ ਉਹ ਹੋਣੇ ਚਾਹੀਦੇ ਜਿਹੜੇ ਸਾਡੇ ਧਰਤੀ ਦਾ ਪਾਣੀ ਚੂਸਦੇ ਆ ਨਾ ਉਹ ਰੁੱਖ ਨਹੀਂ ਹੋਣੇ ਚਾਹੀਦੇ ਬਿਲਕੁਲ ਹੀ ਉਹਨਾਂ ਨੂੰ ਕੋਈ ਲਾਉਣ ਦੀ ਲੋੜ ਨਹੀਂ ਹੈ ਔਰ ਰੁੱਖ ਵੀ ਉਹ ਲਈਏ ਜਿਹੜੇ ਸਾਡੇ ਪੰਜਾਬ ਦੀ ਸੁਭਾਅ ਦੇ ਜਿਹੜੇ ਸਾਡੇ ਅਸਲੀ origional ਇੱਥੋਂ ਦੇ ਵਿਦੇਸ਼ੀ ਨਹੀਂ ਕਿਉਂਕਿ ਕਈ ਇਸ ਤਰ੍ਹਾਂ ਦੇ ਵੀ ਮੈਨੂੰ ਪਤਾ ਲੱਗਾ ਨਰਸਰੀ ਚ ਅਸੀਂ ਸੋਹਣੇ ਜੇ ਵੇਖ ਕੇ ਲੈ ਆਉਨੇ ਆ ਬਟ ਉਹ ਕਈਆਂ ਦੇ ਨਾਲ ਦਮੇ ਦਾ ਰੋਗ ਹੋ ਜਾਂਦਾ ਸਾਧੀਆਂ ਬਿਮਾਰੀਆਂ ਹੋ ਜਾਂਦੀਆਂ ਉਹ ਸਾਨੂੰ ਪਤਾ ਨਹੀਂ ਹੁੰਦਾ चेक कर लगवे पूरा देखिए हां नहीं ये अच्छा है गुंडवन है भी तवदिया है पाम पाम है। तो अच्छा है ਤੁਸੀਂ ਇਹ ਠੀਕ ਆ ਮਤਲਬ ਕੀ ਕਹਿੰਦੇ ਹੈਲਦੀ ਹੈ ਹੈਲਦੀ ਹੈ ਮੈਂ ਇੱਥੇ ਤਾਂ ਰੱਖਿਆ ਮੈਂ ਬਾਜੂ ਖਿੜਕੀ ਖੋਲ ਦਿੰਦਾ ਨਹੀਂ ਨੂੰ ਕਦੀ ਕਦੀ ਥੋੜਾ ਥੋੜੀ ਤੋਪ ਚਾਹੀਦੀ ਹੁੰਦੀ ਹੈ ਤੋਪ ਨਾ ਨਾ ਚਾਹੀਦੀ ਹੁੰਦੀ ਹੈ ਤਾਂ ਮੈਂ ਵੀ ਮੈਂ ਘੱਟ ਵੈਸੇ ਰੱਖਦਾ ਅੰਦਰ ਵੀ ਮੇਰੇ ਕੋਈ ਗਲਤੀ ਨਾ ਹੋਵੇ ਵੀ ਪlant ਨਾ ਇਹਨਾਂ ਨਾਲ ਗੱਲਾਂ ਵੀ ਕਰਦਾ ਵੈਸੇ ਮੈਂ ਬਹੁਤ ਵਧੀਆ ਗੱਲਾਂ ਆ ਇਹੋ ਹੋਂਗਾਰਾ ਦਿੰਦੇ ਤੁਹਾਨੂੰ ਪਤਾ ਸਿਰਫ ਇਹ ਬੋਲ ਨਹੀਂ ਸਕਦੇ ਤੁਹਾਨੂੰ ਫੀਲ ਕਰਦੇ ਇਹ ਚ ਵਾਈਬ੍ਰੇਸ਼ਨਸ ਹੁੰਦੀਆਂ ਜਦੋਂ ਤੁਸੀਂ ਕਿਤੇ ਥੋੜੇ ਜੇ ਮਤਲਬ ਵੱਧ ਮੈਡੀਟੇਸ਼ਨ ਵਗੈਰਾ ਕਰਦੇ ਹੋ ਨਾ ਤੁਸੀਂ ਇਸ ਕਾਬਿਲ ਹੋ ਜਾਂਦੇ ਹੋਗੇ ਇਹਨਾਂ ਦਾ ਔਰਾ ਜਿਹੜਾ ਨਾ ਉਹ ਤੁਹਾਨੂੰ ਦਿਖਦਾ ਤੁਹਾਡਾ ਆਪਣਾ ਔਰਾ ਦਿਖਦਾ ਤੁਸੀਂ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠਾ ਉਸ ਔਰੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਐਗਰੈਸਿਵ ਆ ਜਾਂ ਐਸੋਲੇ ਬੰਦਾ ਪਿਆਰ ਚਾਹੇ ਕਿਹੜੇ ਮੋਸ਼ਨ ਦੇ ਵਿੱਚ ਜੀ ਜੀ ਇਹ ਸਿਰਫ ਬੋਲ ਨਹੀਂ ਸਕਦੇ ਇਹ ਤੁਹਾਨੂੰ ਫੀਲ ਕਰਨਗੇ ਤੁਸੀਂ ਲਗਾਤਾਰ 5 ਮਿੰਟ ਸਵੇਰੇ ਉੱਠ ਕੇ ਇਹਨਾਂ ਦੇ ਉੱਤੇ ਹੱਥ ਫੇਰੋ ਪਿਆਰ ਦੇ ਨਾਲ ਸਹਲਾਓ ਇਹਨਾਂ ਨੂੰ ਥੋੜਾ ਥੋੜਾ ਪਾਣੀ ਇਹਨਾਂ ਦੇ ਉੱਤੇ ਨਵਾਓ ਇਹਨਾਂ ਨੂੰ ਇਹਨਾਂ ਨਾਲ ਆਪਣੇ ਮਨ ਚੀ ਗੱਲਾਂ ਕਰੋ ਤੇ ਤੁਸੀਂ ਦੇਖੋਗੇ ਕਿ ਇਹ ਪੌਦੇ ਜਿਹੜੇ ਹਨ ਨਾ ਇਹ ਚੋ ਪੰਨਿਆਂ ਦੇ ਨਾਲ ਚ ਹੋਰ ਜ਼ਿਆਦਾ ਖੇੜ ਜਾਣਗੇ ਇੱਕ ਐਕਸਪੈਰੀਮੈਂਟ ਹੋਏ ਨੇ ਹਾਂਜੀ ਔਰ ਜੇ ਤੁਸੀਂ 4-5 ਦਿਨ ਇਹਨਾਂ ਨੂੰ ਬਿਲਕੁਲ ਪਾਣੀ ਨਾ ਦਿਓ ਇਹਨਾਂ ਦੇ ਲਾਗੇ ਖਲੋ ਕੇ ਇਹਨਾਂ ਨੂੰ ਗਾਲਾਂ ਕੱਢੋ ਪੰਨਿਆਂ ਦੇ ਨਾਲ ਇਹ ਪੌਦੇ ਜਿਹੜੇ ਕੁਮਲਾ ਜਾਣਗੇ ਇਹ ਇੰਨੇ ਸੈਂਸਿਟਿਵ ਨੇ ਇਹਨਾਂ ਦੇ ਫੀਲਿੰਗ ਦੀ ਇੰਨੀ ਜ਼ਿਆਦਾ ਪਾਵਰ ਹੁੰਦੀ ਹੈ ਸੋ ਇੰਜਨਾ ਸੋਚੋ ਵੀ ਅਵੇਂ ਰੋਖ ਹੀ ਨੇ ਜੀ 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 ਮੈਂ ਤਾਂ ਉਹ ਪਾਵਰ ਦੇਖਦਾ ਵੀ ਆਪਾਂ ਕੋਈ ਸ਼ਬਦ ਕੱਢਦੇ ਆ नेचर ਨੂੰ ਕਹਿੰਦੇ ਆ ਨਾ ਵੀ ਮਾੜਾ ਸ਼ਬਦ ਕੱਢੂ ਹੀ ਨਾ ਬਿਲਕੁਲ ਤੁਹਾਡਾ ਕੀ ਨਾਮ ਹੈ ਫਤਿਹ ਫਤਿਹ ਸਾਰੇ ਕੰਮ ਫਤਿਹ ਕਰਦੇ ਤੁਸੀਂ ਇਹ ਵੀ ਅੰਬਰਸਰੀ ਹੈ ਅੱਛਾ ਅੰਬਰਸਾ ਅੰਬਰਸਾਰੇ ਮੈਨੂੰ ਲੱਗਦਾ ਬੜੀ ਬੜੀ ਕਲਾ ਵਾਲੀ ਧਰਤੀ ਵੀ ਆ ਨਾ ਦੇਖੋ ਨੈਸ਼ਨਲ ਲੈਵਲ ਤੇ ਕਿੰਨੇ ਪਹਿਲਾਂ ਫਿਲਮ ਪ੍ਰੋਡਕਸ਼ਨ ਹਾਊਸ ਕਿੰਨੇ ਆਰਟਿਸਟ ਜਿਹੜੇ ਵੱਡੇ ਪੁਰਾਣੀ ਪੀੜ੍ਹੀ ਦੇ ਰਜੇਸ਼ ਕੰਨੜ ਦੀਪਤੀ ਨਵਲ ਨਵੀਨ ਨਿਸ਼ਚਲ ਉਹ ਸਾਰੇ ਹੀ ਜਿਹੜੇ ਉਹ ਕਪੂਰ ਫੈਮਿਲੀ ਸਨ ਉਹ ਜਾਂਬੀ ਸੀਗੇ ਜਾਮਰ ਸਰ ਨਾਲ ਬਿਲੋਂਗ ਕਰਦੇ ਸੀ ਤੇ ਹੁਣ ਵੇਖੋ ਕਪਲ ਸ਼ਰਮਾ ਭਾਰਤੀ ਸਿੰਘ ਐਂਡ ਕਿੰਨੇ ਆਰਟਿਸਟ ਹੋਰ ਨੇ ਜਿਹੜੇ ਅਮਰਸਰ ਨਾਲ ਬਿਲੋਂਗ ਕਰਦੇ ਮਤਲਬ ਲੈਂਦਾ ਪੰਜਾਬ ਚੜਦਾ ਪੰਜਾਬ ਸਾਰੇ ਫਲੇਵਰ ਆ ਕਿਉਂਕਿ ਪ੍ਰਾਣੇ ਘਰ ਉੱਧਰ ਬਹੁਤ ਮਿਲਦੇ ਨੇ ਪਾਕਿਸਤਾਨ ਦੇ ਮਤਲਬ ਕਹਿੰਨੇ ਆਪਾਂ 1947 ਤੋਂ ਪਹਿਲਾਂ ਵਾਲੇ ਵੀ ਹੋਰ ਜੇ ਵੀ ਘਰ ਉੱਧਰ ਹੀ ਪਏ ਨੇ ਵੀ ਉਧਰ ਬਾਜੇ ਪ੍ਰਾਣਾ ਮਾਹੌਲ ਬਹੁਤ ਕੁਝ ਹੈਗਾ ਜੀ ਮੈਂ ਅਸੀਂ ਨਾ ਮਾਡਰਨ ਬੱਚੇ ਆ ਬਜੀ ਬਹੁਤ ਟੁੱਟਦੇ ਜਾ ਰਹੇ ਆ ਵੀ ਰੱਬ ਤੋਂ ਵਾਹਿਗੁਰੂ ਤੋਂ ਨਾ ਇਹ ਜੀਜ਼ਾ ਦੋ ਵੀ ਸਾਨੂੰ ਕੁਝ ਸਿਖਿਆ ਦੋ ਅਸੀਂ ਇੱਧਰ ਨੂੰ ਹੋਈਏ ਤੇ ਇਹ ਕਿਹੜੀਆਂ ਚੀਜ਼ਾਂ ਵੀ ਹੈ ਸ਼ਕਤੀ ਕੁਛ ਹੈਗੀ ਐ ਇਦਾਂ ਦੀ ਤਾਂ ਕਿਦਾਂ ਨਾਲੇ ਮੱਥਾ ਕਿਵੇਂ ਟਿਕਣਾ ਚਾਹੀਦਾ ਕਿਸੇ ਨੂੰ ਟਿਕਣਾ ਨਹੀਂ ਹੁੰਦਾ ਮੱਥਾ ਵੀ ਸਵੇਰੇ ਉੱਠ ਕੇ ਕਿਹਨੂੰ ਪੁੱਜੀ ਅਸੀਂ ਕਿਵੇਂ ਨਮਸਕਾਰ ਕਰੀਏ ਕਿਵੇਂ ਅਰਦਾਸ ਕਰੀਏ ਦੇਖੋ ਜਿਹੜਾ ਤੁਸੀਂ ਜਿੰਨੂੰ ਵੀ ਮੰਨਦੇ ਹੋ ਜੀ ਉਹਨੂੰ ਅਰਦਾਸ ਕਰੋ ਮੈਨੂੰ ਲੱਗਦਾ ਕਿ ਦੋਵੇਂ ਹੱਥ ਜੋੜ ਕੇ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਪਹਿਲਾ ਪੈਰ ਨੀਚੇ ਧਰਤੀ ਤੇ ਲੱਗਦਾ ਨਾ ਤੇ ਉਸ ਪਰਮਾਤਮਾ ਦਾ ਉਹ ਚਾਹੇ ਤੁਸੀਂ ਉਹਨੂੰ ਵਾਹਿਗੁਰੂ ਕਹਿੰਦੇ ਹੋ ਜਾਂ ਕੁਝ ਵੀ ਨਾਮ ਦੇ ਨਾਲ ਬੁਲਾਉਂਦੇ ਹੋ ਔਰ ਉਸ ਤੋਂ ਬਾਅਦ ਕੁਦਰਤ ਦਾ ਬਿਲਕੁਲ ਉਸ ਤੋਂ ਬਾਅਦ ਆਪਣੇ ਮਾਪੇ ਦਾ ਥੈਂਕਸ ਕਰੋ ਕਿ ਅੱਜ ਇੱਕ ਹੋ ਸੋਹਣਾ ਦਿਨ ਚੜਿਆ ਤੇ ਪਰਮਾਤਮਾ ਮੇਰੇ ਕੋਲੋਂ ਸੋਹਣੇ ਕੰਮ ਕਰਾਈ ਮੈਂ ਕੁਝ ਵੀ ਇਹੋ ਜਿਹਾ ਨਾ ਕਰਾਂ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਇਹ ਪਹਿਲੀ ਅਰਦਾਸ ਹੈ ਜਿਹੜੀ ਸਵੇਰੇ ਉੱਠ ਕੇ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ ਉਦੋਂ ਲੱਗ ਕਿ ਉਹਦਾ ਸਾਰਾ ਦਿਨ ਤੁਹਾਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਰਹਿੰਦਾ ਕਿ ਮੈਂ ਸਵੇਰੇ ਇੱਕ ਪ੍ਰੋਮਿਸ ਕਰਕੇ ਉੱਠਿਆ ਕਿ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਤੇ ਜਦੋਂ ਤੁਸੀਂ ਰਾਤ ਨੂੰ ਬਿਲਕੁਲ ਸੌਣ ਲੱਗਦੇ ਹੋ ਨਾ ਆਪਣੇ ਬੈੱਡ ਦੇ ਉੱਤੇ ਲੰਮੇ ਪੈ ਜਾਂਦੇ ਤੁਹਾਨੂੰ ਲੱਗਦਾ ਕਿ ਹੁਣ ਮੈਂ ਸੌਣ ਲੱਗਾ ਮੈਨੂੰ ਲੱਗਦਾ ਕਿ ਉਦੋਂ ਸਾਨੂੰ ਇੱਕ ਅਰਦਾਸ ਇਹ ਵੀ ਕਰਨੀ ਚਾਹੀਦੀ ਕਿ ਮੈਂ ਅੱਜ ਸਾਰੇ ਦਿਨ ਦੇ ਵਿੱਚ ਜੇ ਕਿਸੇ ਦਾ ਦਿਲ ਦਿਖਾਇਆ ਜਾਣੇ 'ਚ ਅਣਜਾਣੇ 'ਚ ਉਹ ਚਾਹੇ ਕੋਈ ਮਤਲਬ ਕੀੜੀ ਪਤੰਗਾ ਵੀ ਸੀ ਕੋਈ ਜਾਨਵਰ ਸੀ ਕੋਈ ਪੰਛੀ ਸੀ ਕੋਈ ਇਨਸਾਨ ਸੀ ਨਾ ਮੇਰੇ ਕੋ ਚਾਹੇ ਜਾਣ ਬੁੱਝ ਕੇ ਹੋ ਗਿਆ ਚਾਹੇ ਅਣਜਾਣ ਚ ਹੋ ਗਿਆ ਮੈਂ ਆਪਣੇ ਸੱਚੇ ਦਿਲੋਂ ਉਹਨਾਂ ਕੋਲੋਂ ਮਾਫੀ ਮੰਗਦਾ ਕਿ ਮੈਨੂੰ ਇਸ ਕਰਮ ਤੋਂ ਮੁਕਤ ਕਰ ਦੇ ਜੀ ਜੇ ਮੈਨੂੰ ਲੱਗਦਾ ਕਿ ਅਸੀਂ ਥੋੜੇ ਜੇ ਧਾਰਮਿਕ ਰੱਬ ਦੇ ਕਰੀਬ ਹੋ ਜਾਾਂਗੇ ਕਿਉਂਕਿ ਜਦੋਂ ਤੁਸੀਂ ਬੁਰੇ ਦੇ ਲਈ ਮਾਫੀ ਮੰਗ ਲੈਂਦੇ ਹੋ ਤੇ ਚੰਗਾ ਕਰਨ ਦੇ ਲਈ ਸ਼ੁਕਰਾਨਾ ਕਰ ਦਿੰਦੇ ਹੋ ਜੋ ਚੰਗਾ ਹੋ ਰਿਹਾ ਉਹਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰ ਦਿੰਦੇ ਹੋ ਤੇ ਤੁਸੀਂ ਬਹੁਤ ਜ਼ਿਆਦਾ ਪਿਓਰ ਹੋਣੇ ਸ਼ੁਰੂ ਹੋ ਜਾਂਦੇ ਹੋ ਤੁਹਾਡਾ ਪਹਿਲਾ ਕਦਮ ਹੀ ਜਿਹੜਾ ਉਹ ਉਸ ਪਾਸੇ ਨੂੰ ਅਸੀਂ ਯਾਤਰਾ ਵੱਲ ਨੂੰ ਇਹ ਹੀ ਹੁੰਦਾ ਇਵੋਲਵ ਗਏ ਮੈਂ ਮੈਨੂੰ ਲੱਗਦਾ ਵੀ ਰੱਬ ਨਾਲ ਜੁੜਨਾ ਚਾਹੀਦਾ ਤੇ ਮੈਂ ਕੋਸ਼ਿਸ਼ ਕਰਦਾ ਹਾਂ ਹਰ ਇੰਟਰਵਿਊ ਚ ਵਾਇਗਰੂ ਦੀ ਆ ਰੱਬ ਦੀ ਜਿਹੜੀ ਸ਼ਕਤੀ ਨੂੰ ਮੰਨਦੇ ਹੋ ਤੁਸੀਂ ਹੋਣੀ ਚਾਹੀਦੀ ਗੱਲ ਤੇ ਹੁਣ ਮੈਂ ਜੋ ਮੌਸਮ ਬਦਲਾਅ ਆ ਰਹੇ ਮੈਨੂੰ ਡਰ ਲੱਗਦਾ ਮੈਂ ਤਾਂ ਵੀ ਮੈਨੂੰ ਪਤਾ ਨਹੀਂ ਮੈਂ ਜ਼ਿਆਦਾ ਓਵਰ ਰੀਐਕਟ ਕਰ ਰਹੀ ਹਾਂ ਪਰ ਸੱਚੀ ਜਿਵੇਂ ਗਲੇਸ਼ੀਅਰ ਬਗੈਰ ਲਿਆ ਉਹ ਚੀਜ਼ਾਂ ਹੋ ਰਹੀਆਂ ਅਰਜ਼ਮੀ ਅਸੀਂ ਆਪ ਜੀ ਮਹਿਮਾਰੇ ਨਾ ਬਿਟਾਓ ਹੀ ਹੋਵੇ ਚਾਹੀ ਤਾਂ ਮੈਂ ਕਹਿ ਰਹੀ ਹਾਂ ਕਿ ਅਸੀਂ ਸਿਰਫ ਇੱਕ ਦਿਨ ਦੀ ਮਿਹਨਤ ਦੇ ਨਾਲ ਇਸ ਸੀਜ਼ਨ ਨੂੰ ਬਚਾ ਸਕਦੇ ਹਾਂ ਇੱਕ ਰੁੱਖ ਲਾ ਦਈਏ ਇੱਕ ਇੱਕ ਬੰਦਾ ਇੱਕ ਪਰਿਵਾਰ ਚ ਜੇ 7 ਜਾਨੇ ਦਾ 7 ਰੁੱਖ ਲੱਗ ਜਾਣ ਇਸ ਮਸੱਈਆ ਜਿਹੜੀ ਹੱਲ ਹੋ ਜੇਗੀ। ਸੋ ਯਾਰ ਬਈ ਇੱਥੋਂ ਇਨੀਸ਼ੀਏਟਿਵ ਲੈ ਲੈਣੇ ਆ ਜ਼ਰੂਰ ਲਗਾਓ। ਮੈਮ ਨੂੰ ਟੈਗ ਕਰਿਓ ਮੈਮ ਰੀਸ਼ੇਅਰ ਕਰਨਗੇ। ਹਾਂ ਹਾਂ ਬਿਲਕੁਲ। ਠੀਕ ਆ ਕਰੂੰਗੀ। ਤਨਵੀ ਮੈਮ ਨੂੰ ਤਨਵੀ ਨਾਗੀ ਜੀ ਤਨਵੀ ਨਾਗੀ .official ਪਰ ਮੈਨੂੰ ਤੇ ਇਹ ਲੱਗਦਾ ਕਿ ਇਹ ਵੀ ਕਿੰਨਾ ਕਿੰਨੀ ਪਿਆਰੀ ਚੀਜ਼ ਹੋਵੇ ਨਾ ਕਿ ਜੇ ਮਤਲਬ ਨੀਵੇਂ ਸਸ ਕੁੱਟਣੀ ਪੌਦਾ ਹਾਂ ਸਹੀ ਗੱਲ ਹੈ ਬਿਲਕੁਲ ਇਹ ਸਾਨੂੰ ਲੱਗੇ ਕਿ ਸਾਡੀ ਗੱਲ ਨੂੰ ਸੁਣ ਕੇ ਤੁਸੀਂ ਲਗਾਇਆ ਤੁਸੀਂ ਜਿਹਦੀ ਜਿਹਦੀ ਗੱਲ ਨੂੰ ਸੁਣ ਕੇ ਲਗਾਇਆ ਨਾ ਪੌਦਾ ਉਹਦੇ ਉਹਦਾ ਨਾ ਉਹ ਜੇ ਕਿਸੇ ਦਾ ਕੋਈ ਗਾਣਾ ਹਿੱਟ ਹੈ ਉਹਦੇ ਗਾਣੇ ਦੀ ਟੈਗ ਲਾਈਨ ਹੈ ਨਾ ਤੇ ਜੇ ਕੋਈ ਕੁਝ ਵੀ ਨਹੀਂ ਹੋ ਚਲੋ ਜੂ ਉਹਦਾ ਦਿਲ ਕਰਦਾ ਉਹ ਟੈਗ ਲਾਈਨ ਲਗਾ ਕੇ ਕਰੇ ਤੇ ਸਾਨੂੰ ਕਲਾਕਾਰਾਂ ਨੂੰ ਘਟੋ ਘਟੇ ਅਹਿਸਾਸ ਹੋਵੇ ਨਾ ਕਿ ਅਸੀਂ ਇੰਨੇ ਲੋਕਾਂ ਨੂੰ ਪ੍ਰੇਰ ਸਕੇ ਬਿਲਕੁਲ ਸਿਰਫ ਇਸ ਲਈ ਨਹੀਂ ਬਹੁਤ ਬਹੁਤ ਗੁੱਡ ਥੋਟ ਹੈ ਗੁੱਡ ਕਾਸ ਹੈ ਕਰਨਾ ਚਾਹੀਦਾ ਇੰਸਟਾਗ੍ਰਾਮ ਤੇ ਮੈਂ ਇੱਕ ਚੀਜ਼ ਦੇਖ आर्टिस्ट ਦੇ ਨਾਮ ਤੇ ਨਾ ਪਲਾਂਟਸ ਲਗਾ ਰਹੇ ਸੀਗੇ ਮੈਂ ਵੀ ਦੇਖੀ ਸੀ ਉਹ ਚੀਜ਼ ਕਿ ਅਗਰ ਕੋਈ ਆਰਟਿਸਟ ਕਮੈਂਟ ਕਰੇਗਾ ਤਾਂ ਉਹਦੇ ਨਾਮ ਤੇ ਆਪਾਂ ਪਲਾਂਟਸ ਲਗਾਵਾਂਗੇ ਇਹ ਚੀਜ਼ ਚੱਲਦੀ ਹੈ ਜੀ ਹਾਂ ਔਰ ਮੇਰੀ ਆਈਡੀ ਇੰਸਟਾ ਤੇ ਅਨੀਤਾ ਦੇਵਗਨ 101 ਆ ਮੈਨੂੰ ਟੈਗ ਕਰਨ ਦੇ ਲਈ ਬਟਾ ਯਾਦ ਰੱਖਿਓ ਇਸ ਚੀਜ਼ ਨੂੰ ਮੈਨੂੰ ਬੜਾ ਹੀ ਅੱਛਾ ਲੱਗੂਗਾ ਜੇ ਤੁਸੀਂ ਮੇਰੀ ਅਪੀਲ ਸੁਣ ਕੇ ਥੋੜੇ ਚ ਰੁੱਖ ਲਾ ਲਓ ਜੀ ਬਹੁਤ ਬਹੁਤ ਵਧੀਆ ਗੱਲ ਆ ਕਰਿਓ ਯਾਰ ਇਨੀਸ਼ੀਏਟਿਵ ਕੋਈ ਰੁੱਖ ਲਗਾਇਓ ਨੀ ਟੈਗ ਬਾਇਓ ਨੀ ਮੈਨੂੰ ਸਸਕੋਟਣੀ ਟੂ ਹਾਂ ਮੈਮ ਨੂੰ ਟੈਗ ਕਰਿਓ ਉਧਰ ਤਨਵੀਰ ਮੈਮ ਨੂੰ ਟੈਗ ਕਰਿਓ ਤੇ ਇਹ ਦੇਖਣਗੇ ਨਾ ਜਦੋਂ ਮੈਨੂੰ ਪੁੱਛੋ ਵੀ ਇਹਨਾਂ ਨੇ ਸਮਾਈਲ ਕਰਨੀ ਆ ਦੇਖੋ ਕਿ ਨਸਮਾ ਲਾਏ ਸਮਾਈਲ ਕਰਨੇ ਉਹ ਜਿਹੜਾ ਉਹ ਇੰਜ ਕਰਕੇ ਹੱਡ ਜਾਂ ਨਹੀਂ ਬਣਿਆ ਹੁੰਦਾ ਫਿੱਕੇ ਰੰਗ ਦਾ ਮੈਂ ਉਹਦੇ ਉੱਤੇ ਇੰਜ ਕਰਕੇ ਹੱਥ ਰੱਖਣਾ ਤੇ ਉਹਨੇ ਲਾਲ ਸੁਰਖ ਗਲਾਬ ਹੋ ਜਾਂਦਾ ਓਕੇ ਯਾਰ ਕਰਿਓ ਯਾਰ ਗੱਲ ਪਹੁੰਚਣੀ ਚਾਹੀਦੀ ਆ ਠੀਕ ਆ ਵੀ ਚਲੋ ਮੈਂ ਵੀ ਗੈਣ ਕੇ ਵੀ ਚੱਲ ਕਿਸੇ ਮੁੰਡੇ ਦੇ ਜੋਤੇ ਗਏ ਸੀ ਵੀ ਉੱਥੋਂ ਚੱਲ ਯਾਰ ਵੀ 10 15 ਜਣੇ ਨੇ ਰੁੱਖ ਵੀ ਲਾਏ ਤੇ ਦੇਖਿਆ ਚੱਲ ਵਧੀਆ ਮੁੰਡਾ ਵੀ ਬlesing ਮਿਲਲੀ ਆ ਇਹ ਬlesing ਦੇਣ ਕੇ ਚੱਲ ਮੁੰਡੇ ਦਾ ਕੰਮ ਵਧੀਆ ਰਵੇ ਮੈਂ ਤੁਹਾਨੂੰ ਬlesing ਦਊਗਾ ਜਿੰਨੀਆਂ ਬlesings ਇਕੱਠੀਆਂ ਕਰ ਲਵਾਂ ਨੂੰ ਲੱਗਦਾ ਘਾਟ ਜਿੰਦਗੀ ਦੀ ਸਖਤੋਂ ਵੱਡੀ ਮਾਇਆ ਤੇ ਜੀ ਜੀ ਬlesings ਹੈ ਨਾ ਯਾ ਲਾਸਟ ਕੁਐਸਚਨ ਆ ਫਿਰ ਆਪਾਂ ਐਂਡ ਕਰਦੇ ਆ ਪੋਡਕਾਸਟ ਕਿਉਂਕਿ ਮਨ ਲੱਗਦਾ ਵੀ ਨਰਮਲ ਈਸ਼ੀ ਮੈਮ ਦੀ ਗੱਲ ਹੁਣ ਬਹੁਤ ਜ਼ਰੂਰੀ ਆ ਨਾ ਅਧੂਰਾ ਰਹਿ ਜੂ ਪੋਡਕਾਸਟ ਇੱਕ ਇੱਕ ਮੈਮਰੀ ਜਸਨੀਆ ਫਸਟ ਟਾਈਮ ਜਦੋਂ ਮਿਲੇ ਸੀ ਤੁਹਾਨੂੰ ਦੋਨਾਂ ਨੂੰ ਸਵਾਲ ਆ ਫਿਰ ਅਪਾ ਪੋਡਕਾਸਟ ਸੈਂਡ ਕਰਾਂਗੇ ਜੀ ਨਰਮਲ ਰਿਸ਼ੀ ਮੈਮ ਨੂੰ ਤੁਸੀਂ ਪਹਿਲੀ ਵਾਰ ਕਦੋਂ ਮਿਲੇ ਸੀ ਮੈਂ ਨਹੀਂ ਮੈਂ ਸਸਕੁਟਨੀ ਦੇ ਸੈੱਟ ਤੇ ਮਿਲੀ ਸੀਗੀ ਤੇ ਜਿਵੇਂ ਮੈਂ ਉਹਨਾਂ ਦੀ ਪਹਿਲੇ ਫਿਲਮਾਂ ਕਾਫੀ ਦੇਖੀ ਹੋਈਆਂ ਸੀ ਪਰ ਜਿਹੜਾ ਨਿੱਕਾ ਜੈਲਦੌਰ ਚ ਉਹਨਾਂ ਦਾ ਕੈਰੈਕਟਰ ਸੀਗਾ ਨਾ ਇੱਕ ਪੂਰੀ ਕੱਬੀ ਦਾਦੀ ਵਾਲਾ ਤੇ ਪੂਰੀ ਕੌਨਫੀਡੈਂਟ ਉਹ ਗਨ ਰੱਖਦੇ ਸੀ ਆਪਣੇ ਕੋਲ ਉਹ ਦੇਖ ਕੇ ਨਾ ਮੈਨੂੰ ਤਾਂ ਲੱਗਿਆ ਹਾਈ ਉਹ ਕਿ ਪਤਾ ਨਹੀਂ ਰੀਅਲ ਲਾਈਫ ਚ ਕਿਦਾਂ ਦੇ ਹੋਣੇ ਆ ਪਰ ਜਦੋਂ ਮੈਂ ਉਹਨਾਂ ਨੂੰ ਰੀਅਲ ਲਾਈਫ ਚ ਦੇਖਿਆ ਉਹਨਾਂ ਨੂੰ ਮਿਲੀ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਕੀਤੀਆਂ ਸੋ ਆਈ ਵਾਸ ਲਿਟਰਲੀ ਇਮਪ੍ਰੈਸਡ ਕਿ ਮੈਮ ਤਾਂ ਇੰਨੀ ਸੌਫਟ ਹਾਰਟਡ ਤੇ ਮੈਮ ਕੋਲ ਇੰਨੀ ਨੌਲੇਜ ਹੈਗੀ ਹੈ ਕਿਉਂਕਿ ਸ਼ੀ ਇਸ ਜਸਟ ਬੈਸਟ ਐਟ ਵਾਟ ਸ਼ੀ ਡੂਸ ਸੋ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਐਂਡ ਜਿੰਨੇ ਉਹ ਸਖਤ ਬਾਹਰੋਂ ਦੇ ਲੱਗਦੇ ਨੇ ਉਹ ਬਿਲਕੁਲ ਵੀ ਨਹੀਂ ਅੰਦਰੋਂ ਬਹੁਤ ਹੀ ਸੌਫਟ ਸੋਲ ਨੇ ਤੇ ਇੰਨਾ ਵਧੀਆ ਵਧੀਆ ਪਿਆਰੀਆਂ ਫੇਰੀਆਂ ਗੱਲਾਂ ਕਰਦੇ ਨੇ ਸਾਡੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਤੋਂ ਤੇ ਹੁਣ ਤਾਂ ਉਹ ਪਦਮਸ਼੍ਰੀ ਜੀ ਵੀ ਨੇ ਹੈਗੇ ਸੋ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਐਂਡ ਉਮੀਦ ਕਰਦੀ ਆ ਕਿ ਅੱਗੇ ਵੀ ਉਹਨਾਂ ਨਾਲ ਹੋਰ ਵਧੀਆ ਵਧੀਆ ਫਿਲਮਸ ਕਰਾਂ ਤੇ ਹੋਰ ਉਹਨਾਂ ਨਾਲ ਬੈਠ ਕੇ ਗੱਲਾਂ ਵਾਤਾ ਕਰਾਂ ਵਧੀਆ ਮੈਮਰੀਜ਼ ਕ੍ਰੀਏਟ ਕਰੀਏ ਸੀ ਜੀ ਅਮੀਦਾ बच्चन ਨੂੰ ਪੰਜਾਬੀ ਇੰਡਸਟਰੀ ਸਾਰੇ ਨੇ ਸ਼ੇਅਰ ਕੀਤਾ ਕਿਉਂਕਿ ਉਹ ਮੈਨੂੰ ਲੱਗਿਆ ਵੀ ਉਹ ਟਰੋਫੀ ਸਿਰਫ ਨੈਲਵਨ ਮੈਮਲੀ ਨਹੀਂ ਸੀ ਹਰ ਇੱਕ ਧੀ ਲਈ ਸੀ ਹਰ ਇੱਕ ਐਕਟ੍ਰੈਸ ਲਈ ਸੀ ਸਾਡੇ ਲਈ ਵੀ ਸੀ ਸਾਰੇ ਸ਼ੇਅਰ ਕੀ ਮੈਂ ਵੀ ਕੀਤਾ ਸਾਰਾ ਸਾਡੇ ਰੋਲ ਮਾਡਲ ਨੇ ਉਹਨਾਂ ਨੂੰ ਦੇਖ ਕੇ ਸਾਨੂੰ ਇਨਸਪੀਰੇਸ਼ਨ ਮਿਲਦੀ ਹੈ ਕਿ ਅਗਰ ਉਹ ਕਰ ਸਕਦੇ ਹਨ ਤਾਂ ਅੱਜ ਦੀ ਪੀੜ੍ਹੀ ਅੱਗੇ ਆਉਣ ਵਾਲੀ ਜਿਹੜੀ ਪੀੜ੍ਹੀ ਉਹ ਕਿਉਂ ਨਹੀਂ ਕਰ ਸਕਦੀ ਅਸੀਂ ਆ ਉਮਰਾਂ 'ਚ ਥੱਕ ਜੰਨੇ ਆ ਤੇ ਉਹਨਾਂ ਦੀ ਉਮਰ ਦੇਖੋ ਸੈਟ ਤੇ ਹੁੰਦੇ ਨੇ 80 ਹੋਸ ਰਹੇ ਆਂ ਔਰ ਹੁਣ ਵੀ ਉਹ ਕੰਮ ਕਰ ਰਹੇ ਨੇ ਜੀ ਜੀ ਅੱਜ ਇੰਗਲੈਂਡ ਹੁੰਦੇ ਅਗਲੇ ਦਿਨ ਕੈਨੇਡਾ ਔਰ ਇਨੀ ਪ੍ਰੋਫੈਸ਼ਨਿਜ਼ਮ ਨਾਲ ਇਨੀ ਡੈਡੀਕੇਸ਼ਨ ਨਾਲ ਆਪਣਾ ਕੰਮ ਕਰਦੇ ਨੇ ਬਸ ਸਾਨੂੰ ਤਾਂ ਇਦਾਂ ਹੁੰਦਾ ਹੈ ਕਿ ਵਾਓ ਤੁਹਾਡੀ ਮੈਮਰੀ ਮੈਮ ਫਸਟ ਟਾਈਮ ਜਦੋਂ ਇੰਟਰੈਕਸ਼ਨ ਕੀਤੀ ਮੈਂ ਉਹਨਾਂ ਨੂੰ ਪਹਿਲਾਂ ਜਾਂਦਾ ਫਿਲਮਾਂ 'ਚ ਹੀ ਦੇਖਿਆ ਸੀ ਤੇ ਮੈਨੂੰ ਬੜੇ ਕੱਬੇ ਲੱਗਦੇ ਸੀ ਕਿਉਂਕਿ ਪੁਰਾਣੀਆਂ ਫਿਲਮਾਂ ਉਹਨਾਂ ਦੀਆਂ ਜਿਹੜੀਆਂ ਉਹ ਮੈਂ ਦੇਖੀਆਂ ਹੋਈਆਂ ਸੀ ਉਹ ਥੋੜੇ ਜਿਹਾ ਕੈਰੈਕਟਰ ਉਦਾਂ ਹੁੰਦਾ ਸੀ ਤੇ ਮੈਨੂੰ ਜੋ ਯਾਦ ਹੁੰਦਾ ਮੈਂ ਪਹਿਲੀ ਵਾਰੀ ਅੰਗਰੇਜ਼ ਦੇ ਵਿੱਚ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕੀਤੀ ਤੇ ਹਾਲਾਂਕਿ ਮਤਲਬ ਉਹਨਾਂ ਵਾਲੇ ਸੀਨ ਜਿਆਦਾ ਅਲੱਗ ਹੀ ਹੋਏ ਮੇਰੇ ਵਾਲੇ ਅਲੱਗ ਹੋਏ ਉਦੋਂ ਜਿਆਦਾ ਮੌਕਾ ਨਹੀਂ ਮਿਲਿਆ ਸਭ ਤੋਂ ਵੱਧ ਕੇ ਫਿਰ ਉਸ ਤੋਂ ਬਾਅਦ ਉਹ ਰੱਬ ਦਾ ਰੈਡੀ ਹੋਈ ਠੀਕ ਹੈ ਠੀਕ ਹਾਂ ਜੀ ਤਾਂ ਉਹਦੇ ਉੱਚ ਸਾਨੂੰ ਤੁਹਾਡੇ ਤੇ ਗੁੱਸਾ ਚੜਿਆ ਸੀ ਨਾ ਕਿਰਦਾਰ ਕਿੱਦਾਂ ਦੇ ਹੁੰਦੇ ਨੇ ਵੀ ਸੌਰੀ ਟੂ ਸੇਪ ਅਡਾ ਸਕਰੀਨ ਤੇ ਆ ਹੁੰਦਾ ਹਾਂ ਮਾਰਾ ਚੜਿਆ ਕੋਲ ਮਾਰ ਮਨ ਲਾ ਤਾਂ ਫਿਲਮ ਹੈ ਗੁੱਸਾ ਅਗਰ ਇਹ ਕੋਈ ਨੈਗੇਟਿਵ ਕਰੈਕਟਰ ਕਰ ਰਿਹਾ ਨਾ ਗੁੱਸਾ ਹੋਣਾ ਚਾਹੀਦਾ ਜੀ ਜੋ ਕਰੈਕਟਰ ਤੇ ਗੁੱਸਾ ਨਹੀਂ ਆ ਰਿਹਾ ਤਾਂ ਹੈ ਨਾ ਸਾਨੂੰ ਐ ਹੋਇਆ ਇਹ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਦਿੱਤਾਉਣਾ ਚਾਹੀਦਾ ਇੱਕ ਤੁਹਾਡਾ ਉਹ ਅੰਗਰੇਜ਼ੀ ਮੂਵੀ ਵਾਲਾ ਨਹੀਂ ਮੇਰੀ ਕੋਈ ਚੀਜ਼ ਨਹੀਂ ਮੇਰੀ ਮੋਚੀ ਉਹ ਮੈਂ ਨੇਚਰੋਂ ਲਾਉਂਦਾ ਹਾਂ ਹਾਂ ਉਹ ਜੱਟ ਐਂ ਜੁਲੀਅਟ ਸੀਗਾ ਜਨਜੀਤ ਵਾਲੀ ਫਿਲਮ ਚ ਆਉੀ ਸੀਗਾ ਇੱਕ ਤੁਹਾਡਾ ਸੀਨ ਕਦੇ ਭੁੱਲ ਨਹੀਂ ਸਕਦੇ ਅੰਗਰੇਜ਼ ਮੂਵੀ ਦਾ ਸੀ ਆਈ ਗੈਸ ਵੀ ਜਿਹੜਾ ਉਹ ਬੇਬੇ ਨੂੰ ਪਿਆਰ ਹੋ ਗਿਆ ਪਿਆਰ ਹੋ ਗਿਆ ਪਤਾ ਨਹੀਂ ਕੀ ਐਨੀ ਕੀ ਗੱਲ ਕੀਤੀ ਸੀ ਹਾਂ ਹਾਂ ਨਹੀਂ ਮਾਰ ਗਈ ਲੁੱਟੀ ਗਈ ਹੈ ਪਹਿਲਾਂ ਐ ਹੀ ਹੁੰਦਾ ਸੀ ਨਾ ਪੁਰਾਣੇ ਜਵਾਨ ਹੈ ਅੰਗਰੇਜ਼ ਦਾ ਸੀਗਾ ਉਹ ਠੀਕ ਬੜਾ ਨਾ ਫੈਮਿਲੀਅਰ ਜਾਏ ਜੀ ਸਾ ਬਈ ਸਾਡੇ ਜਿਹੜੇ ਪੇਰੈਂਟਸ ਨੇ ਜਾ ਪੰਜਾਬੀ ਨੂੰ ਪਿਆਰ ਕਰਦੇ ਆ ਇਹ ਚੀਜ਼ਾਂ ਨੂੰ ਬਹੁਤ ਲਾਈਕ ਕਰਦੇ ਆ ਉਹ ਜ਼ਿਆਦਾ ਮਾਡਰਨ ਹੋਣਾ ਨਹੀਂ ਚਾਹੁੰਦੇ ਹੌਲੀ ਹੌਲੀ ਅਸੈਪਟ ਕਰ ਰਹੇ ਜਦ ਮੈਂ ਕਹਾਂ ਮੇਰੇ ਫਾਦਰ ਸਾਹਿਬ ਨੇ WhatsApp ਬਹੁਤ ਲੇਟ ਅਸੈਪਟ ਕੀਤਾ ਜੀ ਕਦੇ ਨਹੀਂ ਯਾਰ ਸਾਨੂੰ ਬਟਨ ਵਾਲਾ ਫੋਨ ਠੀਕ ਆ ਉਹ ਨਵੀਆਂ ਚੀਜ਼ਾਂ ਚ ਨਹੀਂ ਹੋਣਾ ਚਾਹੁੰਦੇ ਤਾਂ ਆਹ ਕਿਰਦਾਰਾਂ ਨਾਲ ਉਹ ਪਿਆਰ ਕਰਦੇ ਨੇ ਮੈਨੂੰ ਲੱਗਦਾ ਵੀ ਜਣਾ ਨਾਲ ਆਪਣੀ ਬਿਲਕੁਲ ਮੈਮ ਠੀਕ ਰਿਹਾ ਜੀ ਬਹੁਤ ਵਧੀਆ ਬਹੁਤ ਮਜ਼ਾ ਆਇਆ ਬਿਲਕੁਲ ਮਜ਼ਾ ਆਇਆ ਗੱਲਾਂ ਕਰਕੇ ਬਿਲਕੁਲ ਹੋਰ ਜ਼ਿਆਦਾ ਅੱਛਾ ਲੱਗਾ ਕਿ ਤੇਰੀ ਪੰਜਾਬੀ ਬੜੀ ਸੋਹਣੀ ਹੈ ਠੀਕ ਹੈ ਤੁਹਾਡੀ ਪੀੜ੍ਹੀ ਦੇ ਵਿੱਚ ਬਹੁਤ ਘੱਟ ਬੱਚੇ ਨੇ ਜਿਹੜੇ ਇੰਨੀ ਸੋਹਣੀ ਪਿਆਬੀ ਬੋਲਦੇ ਜਿਨ੍ਹਾਂ ਕੋ ਇੰਨਾ ਅੱਛਾ ਕੌਨਫੀਡੈਂਸ ਆ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਆਪਣੇ ਵਿਸ਼ੇ ਦੇ ਉੱਤੇ ਪਕੜ ਹੈ ਸੋ ਵਧੀਆ ਲੱਗਦਾ ਬਸ ਕੋਸ਼ਿਸ਼ ਕਰ ਰਹੀ ਆ ਮੈਮ ਕੋਸ਼ਿਸ਼ ਕੀਤਾ ਅਨਫਿਲਟਰਡ ਰਵੇ ਨੇਚਰਲੀ ਗੱਲਾਂ ਹੋਈਆਂ ਨੇ ਨਹੀਂ ਮੈਂ ਸੱਸ ਘੁੱਟਨੀ ਟੂ ਆ ਰਹੀ ਆ ਦੇਖਿਓ ਜਾ ਕੇ ਨਜ਼ਦੀਕੀ تھیатра ਵਿੱਚ ਜਿਵੇਂ ਕਹਿੰਦੇ ਹੁੰਦੇ ਜੀ 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 ਤੇ ਮੁਹਾਲੀ ਮੈਂ ਕਿਥੇ ਮੈਂ ਸੀਪੀ 67 ਜਾਣਾ ਨਵਾਂ ਬਣਿਆ ਥੀਟਰ ਬੜੇ ਸੋਨੇ ਯਰ ਸਪੀਕਰ ਸਪੋਕਰ ਜੇ ਲੱਗੇ ਅਸੀਂ ਉੱਥੇ ਜਾਂਦੇ ਹਾਂ ਨਾ ਉੱਥੇ ਤੇ ਜਿੱਥੇ ਤੇ ਵੀ ਹੈਗੇ ਉਹ ਦੇਖੋ ਜਾ ਕੇ ਗਿਫਟ ਕਰਿਓ ਬਹੁਤ ਵਧੀਆ ਵਿਚਾਰ ਆ ਗਿਫਟ ਕਰਿਓ ਪੇਰੈਂਟਸ ਨੂੰ ਫੈਮਲੀ ਨੂੰ ਇੱਕ ਦਿਨ ਹੁੰਦਾ ਯਾ 3 ਘੰਟੇ ਨਹੀਂ ਦੇ ਸਕਦੇ ਫੈਮਲੀ ਨੂੰ ਜ਼ਬਰਦਸਤੀ ਕੋ ਨਹੀਂ ਜਾਣਾ ਟਾਈਮ ਗੱਡੋ ਤਾਂ ਉਠੋ ਜਾਓ 7 ਜੂਨ ਐਕ ਕਰਿਓ ਗਿਫਟ ਕਰੋ ਮੈਮ ਨੂੰ ਯਾਰ ਅਗਰ ਅਪ ਰਿਸਪੈਕਟ ਕਰਦੇ ਨਾ ਆਪਾਂ ਪੋਸਟਾਂ ਸ਼ੇਅਰ ਕਰਨ ਜੋਗੇ ਨਹੀਂ ਥੱਲੇ ਹਾਂਜੀ ਮੈਮ ਫੈਨ ਆਈ ਐਮ ਬਿਗ ਫੈਨ ਪ੍ਰੂਫ ਕਰੋ ਠੀਕ ਹੈ ਮੈਮ ਨੂੰ ਪਤਾ ਲੱਗੇ ਵੀ ਹਾਂ ਮੇਰੀ ਓਪਨਿੰਗ ਆਈ ਆ ਫਿਲਮ ਫਰਾਈਡੇ ਤੇ ਅੱਖਾਂ ਚ ਪਾਣੀ ਆਵੇ ਖੁਸ਼ੀ ਦੇ ਕਿਉਂਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਇਹ ਕਿਹਾ ਕਿ ਮੈਨੂੰ ਵੱਡੀ ਓਪਨਿੰਗ ਚਾਹੀਦੀ ਆ ਫਰਾਈਡੇ ਨੂੰ ਬਿਲਕੁਲ ਮੈਂ ਪਹਿਲੀ ਫਿਲਮ ਲੈ ਕੇ ਆਇਆ ਹੌਗੀ ਹੋਗੀ ਕੋ ਕੋ ਵੀ ਸਾਰਿਆਂ ਨੂੰ ਮੈਂ ਕਹਿਣਾ ਯਾਰ ਹੱਥ ਜੋੜ ਕੇ ਮਤਲਬ ਜਿਵੇਂ ਵੀ ਛੋਟਾ ਭਰਾ ਵੱਡਾ ਭਰਾ ਜਿਵੇਂ ਤੁਸੀਂ ਮੈਨੂੰ ਮੰਨਦੇ ਹੋ ਐਟ ਲੀਸਟ ਆਪਾਂ ਨੂੰ ਤੁਸੀਂ ਜਿਹੜੇ ਜਿਹ ਵੇ ਫਰਡੇ ਮੂਵੀ ਲਗਣੀ ਹੈ 7 ਜੂਨ ਜੀ ਤੇ ਸ਼ਾਇਦ ਕੀ ਪਤਾ ਪ੍ਰੀਮੀਅਰ ਤੇ ਜਿਹੜੇ ਸਟਾਰ ਹੁੰਦੇ ਆ ਨਾ ਉਹ ਤੁਹਾਡੇ ਨੇੜੇ-ਜੜੇ ਵੀ ਆ ਸਕਦੇ ਉਸ ਹਾਂ ਨਾ ਸੀਟਰ ਵਿਜ਼ਿਟ ਕਰਾਂ ਕਰ ਰਹੇ ਹਾਂ ਬਹੁਤ ਵਧੀਆ ਜੀ ਕਿਉਂਕਿ ਪ੍ਰੀਮੀਅਰਸ ਅਸੀਂ ਦੋ ਦਿਨ ਪਹਿਲਾਂ ਕਰ ਲੈਣਾ ਜੀ ਠੀਕ ਹੈ ਠੀਕ ਹੈ ਹਾਂ 5 ਤਰੀਕ ਨੂੰ ਕਰ ਲੈਣਾ ਪ੍ਰੀਮੀਅਰ ਹਾਂ ਫਿਰ ਤਿਆਰ ਹੋ ਕਿਸੇ ਵੀ ਉਸ ਦਿਨ ਅਸੀਂ ਵੇ ਲੈਣਾ ਕਦੋਂ ਵੀ ਆ ਸਕਦੇ ਆਪਾਂ ਤੁਮਾ ਕਾ ਆ ਸਕਦਾ ਆ ਆਪਾਂ ਬੈ ਸਕਦਾ ਤਾਂ ਬਸ ਇਧਰ ਤੋਂ ਦੇਖ ਲੈਣਾ ਕੌਣ ਆਇਆ ਤੇ ਕੌਣ ਨਹੀਂ ਆਇਆ ਟੈਗ ਜ਼ਰੂਰ ਕਰਿਓ ਯਾਰ ਜਿਵੇਂ ਨਾ ਫਿਲਮ ਰਿਲੀਜ਼ ਹੁੰਦੀ ਆ ਮਨ ਲੱਗਦਾ ਤੁਹਾਡੇ ਸਕੂਲ ਦੇ ਪੇਪਰਾਂ ਦੇ ਰਿਜ਼ਲਟ ਹੁੰਦਾ ਨਾ ਉਹ ਫੀਲਿੰਗ ਹੁੰਦੀ ਆ ਇੱਕ ਅਸਾਈਨਮੈਂਟ ਜਿਹੜੀ ਆਜੀ ਫਿਲਮ ਰਿਲੀਜ਼ ਹੋ ਰਹੀ ਆ ਵੀ ਟਾਈਮ ਹੋ ਗਿਆ ਇਸ ਨੂੰ ਨੋਟੀਫਿਕੇਸ਼ਨ ਬਜਿਏ ਟੈਗ ਦੀ ਤੁਹਾਨੂੰ ਬਹੁਤ ਮਜ਼ਾ ਆਊ ਗਿਫਟ ਕਰਕੇ ਆਪਾਂ ਕਿਸੇ ਨੂੰ ਗਿਫਟ ਕਰਦੇ ਆ ਮੈਨੂੰ ਬਹੁਤ ਮਜ਼ਾ ਆਉਂਦਾ ਗਿਫਟ ਕਰਨਾ ਇੱਕ ਫੀਲਿੰਗ ਹੁੰਦੀ ਆ ਵੀ ਉਹ ਸਾਹਮਣੇ ਹੱਸਿਆ ਹੋ ਹਨ ਮਜ਼ਾ ਆਇਆ ਪਸੰਦ ਆਇਆ ਤਾਂ ਕਰੋ ਯਾਰ ਇਹ ਨੇਚਰ ਆ ਜੋਤੀ ਤੁਸੀਂ ਦੋਗੇ ਨੇਚਰ ਨੂੰ ਵਾਪਸ ਦੁਗਣੀ ਆਉ ਤੁਹਾਡੇ ਕੋਲ ਖੁਸ਼ੀਆਂ ਵੰਡੋ ਡਬਲ ਖੁਸ਼ੀਆਂ ਵਾਪਸ ਆਉਣਗੀਆਂ ਬਿਲਕੁਲ ਠੀਕ ਆ ਸਿਆਣਾ ਵਿੱਚ ਬਹਿ ਕੇ ਮੈਂ ਜਿਆਦਾ ਸਿਆਣੀ ਅਗਲਾ ਕਿਸੇ ਚੰਗੇ ਨਹੀਂ ਲਾਤਾ ਮੈਂ ਨਲਾਇਕ ਆ ਤੇ ਤੁਸੀਂ ਇਸ ਨਲਾਇਕ ਨੂੰ ਪਿਆਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਮੈਂ ਵਾਈਬਰੂ ਦਾ ਹਮੇਸ਼ਾ ਸ਼ੁਕਰ ਕਰਦਾ ਤੇ ਮਿਲਦੇ ਜੀ ਨੈਕਸਟ ਪੋਡਕਾਸਟ ਵਿੱਚ ਬਹੁਤ ਜਲਦੀ ਤੇ ਜਿਹੜੇ ਜਿਹੜੇ ਪਲੇਟਫਾਰਮ ਤੇ ਦੇਖ ਰਹੇ ਹੋ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਕਮੈਂਟ ਵਗੈਰਾ ਕਰਿਓ ਸਸੀ ਗਾ ਜੀ ਸਸੀ ਗਾ